ਪੰਜਾਬੀ ਪੌਡਕਾਸਟ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਹੋਰ ਖਾਸ ਪੌਡਕਾਸਟ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆ ਜਿਵੇਂ ਤੁਹਾਨੂੰ ਸਭ ਨੂੰ ਪਤਾ ਵੀ ਪੌਡਕਾਸਟ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਲੈ ਕੇ ਆਉਣੇ ਆ ਜੋ ਕੁਝ ਵੱਖਰਾ ਕਰ ਰਹੇ ਨੇ ਜਾਂ ਗਰਾਊਂਡ ਦੇ ਉੱਤੇ 24 ਘੰਟੇ ਵਿਚਰਦੇ ਨੇ ਉਹਨਾਂ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਦੇ ਆ ਹਾਲਾਂਕਿ ਪੌਡਕਾਸਟ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਹੀ ਆ ਪਰ ਜੇ ਅਸੀਂ ਇੱਕ ਅਜਿਹੀ ਬਿਮਾਰੀ ਦੀ ਗੱਲ ਕਰਦੇ ਆ ਜਿਹੜੀ ਬਿਮਾਰੀ ਨੂੰ ਬੇਰੋਜ਼ਗਾਰੀ ਦੇ ਨਾਮ ਦੇ ਨਾਲ ਜਾਣਿਆ ਜਾਂਦਾਗਾ ਬੇਰਸ ਗਰੀ ਦੇ ਵਿੱਚ ਬਹੁਤ ਸਾਰੇ ਪਹਿਲੂ ਨੇ ਇੱਕ ਜਿਹੜਾ ਖਿੱਤਾਗਾ ਪੰਜਾਬ ਦੇ ਵਿੱਚ ਉਹ ਇਹ ਕਹਿੰਦਾਗਾ ਵੀ ਅੱਜ ਦਾ ਜਿਹੜਾ ਨੌਜਵਾਨ ਆ ਉਹ ਕੰਮ ਨਹੀਂ ਕਰਨਾ ਚਾਹੁੰਦਾ ਉਹ ਵਿਹਲਾ ਰਹਿਣਾ ਚਾਹੁੰਦਾਗਾ ਜਾਂ ਉਹਨੂੰ ਜਿਹੜੀਆਂ ਸੁੱਖ-ਸੁਵਿਧਾਵਾਂਆਂ ਗੀਆਂ ਉਹ ਇੰਨੀਆਂ ਮਿਲ ਗਈਆਂ ਵੀ ਉਹ ਹੁਣ ਕੰਮ ਕਰਨ ਦੇ ਯੋਗ ਨਹੀਂ ਰਹਾ ਪਰ ਇੱਕ ਜਿਹੜਾ ਖਿੱਤਾਗਾ ਜਾਂ ਕੁਝ ਵਰਗ ਨੇ ਉਹ ਕਹਿੰਦੇ ਵੀ ਅਸੀਂ ਕੰਮ ਕਰਨਾ ਚਾਹੁੰਦੇ ਆ ਪਰ ਸਾਨੂੰ ਸਹੀ ਦਿਸ਼ਾਣੀ ਮਿਲ ਰਹੀ ਜਾਂ ਸਹੀ ਦਿਸ਼ਾ ਦੱਸਣ ਵਾਲਾ ਨਹੀਂ ਮਿਲ ਰਹਾ ਜਿਵੇਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਪਲੈਟਫਾਰਮ ਨੇ ਜਿੱਥੋਂ ਤੁਸੀਂ ਪੈਸੇ ਕਮਾ ਰਹੇ ਹੋ ਜਾਂ ਕਮਾ ਸਕਦੇ ਹੋ ਪਰ ਉਹ ਪੈਸਾ ਕਿਵੇਂ ਆ ਰਿਹਾ ਤੁਹਾਡੇ ਕੋਲੇ ਤੇ ਤੁਹਾਡਾ ਜਿਹੜਾ ਪਰਿਵਾਰ ਆ ਜਾਂ ਤੁਹਾਡੀ ਜਿਹੜੀ ਇਮੇਜ ਆ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਉਹ ਕਿਵੇਂ ਜਾ ਰਹੀ ਆ ਉਹਦੇ ਵੀ ਗਾਂ ਆਪਾਂ ਕਹਿੰਦੀਏ ਡੂ ਐਂਡ ਡਾਈਜ਼ ਨੇ ਹਾਂ ਤੇ ਨਾ ਵਾਲੇ ਦੋ ਜਿਹੜੇ ਤਿਆਰਬੇ ਆ ਜਾਂ ਦੋ ਜਿਹੜੀਆਂ ਸੋਚਾਂ ਗੀਆਂ ਉਹ ਬਣ ਜਾਂਦੀਆਂ ਗੀਆਂ ਅੱਜ ਐਸਾ ਹੀ ਇੱਕ ਨੌਜਵਾਨ ਆਪਣੇ ਅਸੀਂ ਸਟੂਡੀਓ ਦੇ ਵਿੱਚ ਸੱਦਿਆ ਗਿਆ ਇਹਦੇ ਨਾਲ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਕੋਈ ਇੰਟਰਵਿਊ ਨਹੀਂ ਹੋਊਗਾ ਇੱਕ ਪੌਡਕਾਸਟ ਆ ਜਿਵੇਂ ਤੁਹਾਨੂੰ ਸਭ ਨੂੰ ਸਾਡਾ ਫਾਰਮੈਟ ਪਤਾਗਾ ਨੌਜਵਾਨ ਦਾ ਨਾਮ ਆ ਗੁਰਪ੍ਰੀਤ ਸਿੰਘ ਪਰ ਇਹਨੂੰ ਸਾਰੇ ਜਾਣਦੇ ਨੇ ਗੁਰੀ ਘਰਾਂਗਣਾ ਦੇ ਨਾਮ ਦੇ ਨਾਲ ਕੋਠੀਆਂ ਦਿਖਾਉਂਦਾਗਾ ਬਹੁਤ ਸਾਰਾ ਚੀਜ਼ਾਂ ਜਿਹੜੀਆਂ ਕੋਠੀਆਂ ਦੇ ਨਾਲ ਜਾਂ ਘਰ ਬਣਾਉਣ ਦੀ ਨੀਤੋਂ ਸ਼ੁਰੂ ਤੇ ਛੱਤ ਤੋਂ ਲੈ ਕੇ ਉਹ ਚੀਜ਼ਾਂ ਬਾਰੇ ਵੀ ਦੱਸਦਾਗਾ ਗੁਰੇ ਬਾਈ ਸਵਾਗਤ ਹੈ ਹਸਤੀਕਾਲ ਬਾਈ ਜੀ ਹਸਤੀਕਾਲ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਜੀ ਜੀ ਨਹੀਂ ਨਹੀਂ ਸਮਾਂ ਤੁਸੀਂ ਦਿੱਤਾ ਤੁਸੀਂ ਆਇਆ ਸਾਡੇ ਕੋਲੇ ਜੀ ਜੀ ਬਾਈ ਬਹੁਤ ਧੰਨਵਾਦ ਸਾਨੂੰ ਤੇ ਗੁਰੇ ਇੱਕ ਮੈਂ ਗੱਲ ਕਲੀਅਰ ਕਰਦਾ ਗੱਲਾਂ ਬਾਤਾਂ ਆਗੀਆਂ ਓਵੇਂ ਜਿਹੜੀ ਬਠਰਾ ਵੀ ਪੱਤਰਕਾਰ ਬੈਠਾ ਸਾਹਮਣੇ ਹੈਣਾ ਤੁਹਾਡਾ ਥੋੜਾ ਜਿਹਾ ਸਿਸਟਮ ਆਏ ਹੋ ਜਾਂਦਾਗਾ ਜੀ ਬਾਈ ਮੈਨੂੰ ਇੱਕ ਗੱਲ ਆਪਾਂ ਵਿਚਾਰਨ ਦੀ ਗੱਲ ਤੋਂ ਸ਼ੁਰੂ ਕਰਾਂਗੇ ਸ਼ੁਰੂ ਵਾਲੀ ਗੱਲ ਤੇ ਫੇਰ ਆਵਾਂਗੇ ਮੈਨੂੰ ਇਹ ਵੀ ਨਹੀਂ ਪਤਾ ਵੀ ਤੁਹਾਡਾ ਕੋਈ ਕਦੇ ਇੰਟਰਵਿਊ ਹੋਇਆ ਜਾਂ ਕੁਝ ਹੋਇਆ ਹਾਲਾਂਕਿ ਇਹ ਤੁਸੀਂ ਕਾਮਯਾਬ ਹੋ ਗਏ ਜੀ ਬਾਈ ਪੈਸਾ ਕਮਾਉਣ ਡਾਲਰ ਕਮਾਉਣ ਲੱਗੇ ਪੈਸਾ ਨਹੀਂ ਡਾਲਰ ਕਮਾਉਣ ਲੱਗੇ ਉਹ ਵੀ ਮਾਨਸੇ ਚ ਬੈਠੇ ਬੈਠੇ ਜੀ ਹਾਲਾਂਕਿ ਮਾਨਸੇ ਦਾ ਨਾਮ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਬਹੁਤ ਵੱਡਾ ਜੀ ਪਰ ਜਿਹੜਾ ਉਹ ਦੂਜਾ ਆਈਡੀਆ ਹੈਗਾ ਨੌਜਵਾਨਾਂ ਨੂੰ ਕਲਾਸ ਲਵਾਉਣ ਦਾ ਟ੍ਰੇਨਿੰਗ ਦੇਣ ਦਾ ਉਹਦੇ ਤੇ ਕਿੰਤੂ ਪ੍ਰੰਤੂ ਤਾਂ ਬਹੁਤ ਜ਼ਿਆਦਾ ਹੈਗਾ ਪਰ ਮੈਂ ਸੋਡੇ ਆਈਡੀਏ ਦੀ ਗੱਲ ਕਰੂੰਗਾ ਵੀ ਉਹ ਆਈਡੀਆ ਸਾਨੂੰ ਕਿੱਥੋਂ ਆਇਆ ਜੀ ਬਾਈ ਜੀ ਜੇ ਸ਼ੁਰੂਆਤ ਕਰੀ ਹਾਂ ਪਹਿਲਾਂ ਜਦੋਂ ਮੈਂ ਸਟੱਡੀ ਮੇਰੀ MBA ਮਾਰਕੀਟਿੰਗ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੱਕ ਤਾਂ ਮੈਂ ਉੱਥੋਂ ਜੋ ਵੀ ਗੱਟ ਕੀਤਾ ਕਿਉਂਕਿ ਸਾਡੀ ਜਿਹੜੀ MBA ਆ ਗਈ ਉਹਨਾਂ ਮੇਨ ਮਾਰਕੀਟਿੰਗ ਨਾਲ ਹੀ ਰਹਿੰਦੀ ਹੈਗੀ ਜੀ ਉਸ ਤੋਂ ਬਾਅਦ ਮੈਂ ਬੈਂਕ জব ਕੀਤੀ 9 ਸਾਲ ਪਹਿਲਾਂ 7 ਸਾਲ ਐਕਸੈਸ ਬੈਂਕ ਐਜ ਬ੍ਰਾਂਚ ਮੈਨੇਜਰ ਤੇ ਦੋ ਸਾਲ ਮੈਂ ਕ੍ਰੈਡਿਟ ਮੈਨੇਜਰ ਹ ਐਚਡੀਐਫਸੀ ਬੈਂਕ ਦੇ ਵਿੱਚ ਜਦੋਂ ਮੈਂ ਐਚਡੀਐਫਸੀ ਬੈਂਕ ਦੇ ਵਿੱਚ ਜੋਬ ਸਟਾਰਟ ਕੀਤੀ ਸੀ ਤਾਂ ਮੈਨੂੰ ਇੰਟਰਸਟ ਸੀਗਾ ਜੇ ਮਤ ਤੁਹਾਨੂੰ ਸੁਣਦਾ ਸੀਗਾ ਜੋ ਜੋ ਵੀ ਆਪਣਾ ਸੋਸ਼ਲ ਮੀਡੀਆ ਤੇ ਨੌਜਵਾਨ ਕੰਮ ਕਰ ਰਹੇ ਸੀ ਤਾਂ ਮੈਂ ਲੋਕਲ ਲੈਵਲ ਤੇ ਆਪਦੀ ਕੋਈ ਵੀਡੀਓ ਵਗੈਰਾ ਪਾਉਂਦਾ ਰਹਿੰਦਾ ਸੀ ਪਾਉਂਦਾ ਰਹਿੰਦਾ ਸੀ ਪਰ ਇੱਕ ਟਾਈਮ ਆਇਆ ਮੇਰੀ ਵੀ ਵੀਡੀਓ ਵਾਇਰਲ ਹੋਈ ਤੇ ਮੈਂ ਨਹਿਰ ਦੀ ਵੀਡੀਓ ਪਾਈ ਸੀਗੀ ਦੋਸਤਾਂ ਮਿੱਤਰਾਂ ਨਾਲ ਕਿਤੇ ਘੁੰਮਣ ਗਏ ਸੀਗੇ ਤੇ ਉਹ ਚੀਜ਼ ਦੇਖਣ ਨੂੰ ਆਮ ਸੀ ਪਰ ਕਿਸੇ ਨੇ ਦਿਖਾਈ ਨਹੀਂ ਸੀ ਉਹ ਮੈਂ ਫਸਟ ਟਾਈਮ ਦਿਖਾਈ ਸੀ ਤੋ 80 85 ਲੱਖ ਤੇ ਦੋ ਤਿੰਨ ਦਿਨਾਂ ਦੇ ਵਿੱਚ ਹੀ ਚਲੀ ਗਈ ਤੇ ਮਤਲਬ 8 ਮਿਲੀਅਨ ਮੈਨੂੰ ਵਿਊ ਆਏ ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਵਿਊ ਆਉਣੇ ਤਾਂ ਯਾਰ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਉਹ ਤਾਂ ਯਾਰ ਵੀ ਪਹਿਲਾਂ ਆਪਾਂ ਨੂੰ ਹੀ ਆਉਂਦਾ ਸੀ ਵੀ ਮਿਲੀਅਨ ਕੋਈ ਵੱਡੀ ਚੀਜ਼ ਹੈ ਪਰ ਉਹਦਾ ਮਖਾਜ਼ ਮਿਲੀਅਨ ਕੋਈ ਵੱਡੀ ਚੀਜ਼ ਨਹੀਂ ਹੈਗੀ ਇਹ ਤਾਂ ਆ ਜਾਂਦੇ ਨੇ ਪਰ ਇਹ ਤੋਂ ਅੱਗੇ ਕਿਵੇਂ ਜਾ ਸਕਦੇ ਆ ਹਾਂ ਤਾਂ ਮੈਂ ਉਦੋਂ ਬਹੁਤ ਵੱਡੇ ਵੱਡੇ ਚੈਨਲਾਂ ਨੂੰ ਜਾਂ ਵੱਡੇ ਬਲੌਗਰ ਜਿਹੜੇ ਆਪਣੇ ਪੰਜਾਬ ਦੇ ਸੀਗੇ ਜਿਨ੍ਹਾਂ ਨੂੰ ਮੈਂ ਜਾਣਦਾ ਸੀਗਾ ਉਹਨਾਂ ਦੇ ਨੰਬਰ ਵੀ ਹੈਗੇ ਸੀ ਕਿਉਂਕਿ ਉਹ ਐਡ ਵਗੈਰਾ ਕਰਦੇ ਰਹਿੰਦੇ ਆ ਆਪਾਂ ਉਹਨਾਂ ਨੂੰ ਕਾਲ ਕਰੀ ਬਾਈ ਜੀ ਮੈਨੂੰ ਐਂ ਵੀਊ ਆ ਗਏ ਤੇ ਮੈਂ ਇਹ ਤੋਂ ਪੈਸੇ ਕਿਵੇਂ ਕਮਾ ਸਕਦਾ ਹਾਂ ਹਾਂ ਮੈਨੂੰ ਕਿਸੇ ਨੇ ਬਈ ਐ ਲਾਲੂ ਨਿਆਣ ਨਹੀਂ ਦਿੱਤਾ ਰਾ ਨਹੀਂ ਪਾਇਆ ਕਿਸੇ ਨੇ ਰਾ ਨਹੀਂ ਪਾਇਆ ਹਾਂ ਤੇ ਜਿੰਨੇ ਕੁ ਲੈਵਲ ਤੇ ਆਪਾਂ ਹੈਗੇ ਸੀ ਬੈਂਕ 'ਚ ਤੁਹਾਨੂੰ ਪਤਾ ਕਿੰਨਾ ਕੁ ਟਾਈਮ ਹੁੰਦਾ ਬਈ ਪ੍ਰਾਈਵੇਟ ਜੌਬ 'ਚ ਉਹਦੇ ਵਿੱਚ ਦੀ ਮੈਂ ਜਿੰਨਾ ਕੁ ਹੋ ਸਕਿਆ ਮੈਂ ਸਭ ਨਾਲ ਗੱਲਬਾਤ ਕੀਤੀ ਮੈਨੂੰ ਕਹਿੰਦੇ ਬਈ ਇਹ ਤਾਂ ਕੁਝ ਨਹੀਂ ਆਉਂਦਾ ਹੈਗਾ ਇਹ ਤਾਂ ਗੇਦੀ ਪ੍ਰੋਮੋਸ਼ਨ ਪ੍ਰੋਸ਼ਨ ਕਰ ਦਿੰਨੇ ਆ 5-7 ਹਜ਼ਾਰ ਬਣ ਜਾਂਦਾ ਕੋਈ ਵੱਡੀ ਵੱਡੀ ਗੱਲ ਨਹੀਂ ਹੈਗੀ ਮੈਂ ਫਿਰ ਟਿਲਾ ਜਾ ਪੈ ਗਿਆ ਮਾਂ ਚੱਲ ਯਾਰ ਕੋਈ ਗੱਲ ਨਹੀਂ ਮਾ ਇਹਦੀ ਕਮਾਈ ਹੋਣੀ ਨਹੀਂ ਫਿਰ ਮੈਂ 3-4 ਮਹੀਨੇ ਬਈ ਆਪ ਦੇ ਕੋਲੋਂ ਖਰਚਾ ਕਰਕੇ ਸੰਡੇ ਵਾਲੇ ਦਿਨ ਮੈਨੂੰ ਜਿੱਥੇ ਜਿਹੜੀ ਨਵੀਂ ਚੀਜ਼ ਮਿਲਦੀ ਮੈਂ ਫਿਰ ਮੈਂ ਸੋਚਿਆ ਮਖਾ ਯਾਰ ਇਹ ਤਾਂ ਆਪਾਂ ਅੱਗੇ ਕਿਵੇਂ ਲੰਗੀ ਵੀ ਇਹ ਤਾਂ ਵੀਡੀਓ ਤਾਂ ਹਰ ਤਰ੍ਹਾਂ ਦੀ ਲੋਕ ਪਾਉਂਦੇ ਹੀ ਆ ਵੀ ਇੱਕ ਟੌਪਿਕ ਲੈ ਕੇ ਚੱਲਣਾ ਆਪਾਂ ਫਿਰ ਮੈਨੂੰ ਵਿਰਸੇ ਨਾਲ ਥੋੜਾ ਜਿਹਾ ਪਿਆਰ ਜ਼ਿਆਦਾ ਮਾਲੇ ਮੈਂ ਪੁਰਾਣੀਆਂ ਚੀਜ਼ਾਂ ਤੇ ਫੋਕਸ ਜ਼ਿਆਦਾ ਕਰਦਾ ਕਿਤੇ ਵੀ ਮੈਨੂੰ ਪੁਰਾਣੀ ਚੀਜ਼ ਮਿਲ ਗਈ ਮੈਂ ਉਹਨੂੰ ਖੜ ਕੇ ਦੇਖੂਗਾ ਜਾਂ ਮੈਂ ਨਾਲ ਗੱਲਬਾਤ ਕਰੂੰਗੀ ਇਹ ਬਣਾਇਆ ਕਿਵੇਂ ਆ ਚੀਜ਼ ਬੇਸੇ ਤੋਂ ਮੈਂ ਖੇਤ ਕੋਠੇ ਤੇ ਬੈਠਾ ਸੀ ਆਪਦੇ ਉਥੋਂ ਕੋਠੇ ਤੋਂ ਕੋਠੀਆਂ ਦਾ ਮੈਨੂੰ ਆਈਡੀਆ ਆ ਗਿਆ ਪਹਿਲਾਂ ਤਾਂ ਮੈਂ ਦਾ ਕਨਸੈਪਟ ਮੈਂ ਉਹ ਸ਼ੁਰੂ ਕਰ ਲਿਆ ਜੀ ਮੈਂ ਉਧਰ ਸ਼ੁਰੂ ਕਰਦਾ ਗਿਆ ਕਿਤੇ ਖਰਚਾ ਪਾਣੀ ਕਿਸੇ ਨੇ ਦੇ ਦੇਣਾ ਕਿਤੇ ਆਪਾਂ ਨਹੀਂ ਨੋਰਮਲ ਫ੍ਰੀਜ ਬਣਾਉਂਦੇ ਰਿਹਾ ਵੀਡੀਓ ਆਪਾਂ ਤੋਰਾ ਫੇਰਾ ਚੱਲਦਾ ਰਿਹਾ 8 ਮਿੰਟ ਟੱਪ ਗਏ 8 ਮਿੰਟ ਬਾਅਦ ਕੋਈ ਮਿੱਤਰ ਇੰਟਰਵਿਊ ਕਰਨ ਆਇਆ ਮੇਰੀ ਉਹ ਮੈਨੂੰ ਕਹਿੰ ਮਾ ਯਾਰ ਫਿਰ ਤੁਸੀਂ 15000 ਤੀ ਕਿਉਂ ਇੰਟਰਵਿਊ ਕਰਦੇ ਫਿਰਦੇ ਹੋ ਮੈਂ ਤੂੰ ਹੀ ਆਵੇ ਚੈਨਲ ਕਿਉਂ ਨਹੀਂ ਬਣਾਉਂਦੇ ਮੇਰਾ ਪਹਿਲਾ ਉਹਨਾਂ ਨੂੰ ਇਹ ਸਵਾਲ ਸੀਗਾ ਉਹ ਕਹਿੰਦੇ ਸਾਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ ਫਿਰ ਮੈਂ ਉਸ ਟਾਈਮ ਇੱਕ ਮਤਲਬ ਹੀ ਮਨ 'ਚ ਬਣਾ ਲਿਆ ਪੱਕਾ ਵੀ ਯਾਰ ਆਪਾਂ ਇਹ ਜਿਹਾ ਕੰਮ ਕਰਨਾ ਹੈ ਵੀ ਜਿਹੜਾ ਬੰਦਾ ਮੈਂ ਆਪਣੇ ਆਪ ਤੇ ਸੋਚਿਆ ਐਮਬੀਏ ਮੇਰੀ ਕੀਤੀ ਬ੍ਰਾਂਚ ਮੈਨੇਜਰ ਮੈਂ ਰਹਾ ਕ੍ਰੈਡਿਟ ਮੈਨੇਜਰ ਮੈਂ ਲੈਪਟਾਪ ਤੇ ਸਾਰਾ ਦਿਨ ਬੈਟਰ ਰਹਿਣਾ ਇੱਕ ਨੰਬਰ ਨਿਗਾ ਘਟਾ ਲਈ ਪਰ ਯਾਰ ਮੈਨੂੰ ਸੋਸ਼ਲ ਮੀਡੀਆ ਬਾਰੇ ਮੈਂ ਇੰਗਲਿਸ਼ ਨਹੀਂ ਪੜ ਸਕਦਾ ਮੈਨੂੰ ਆਉਂਦਾ ਕਿ ਨਹੀਂ ਮੈਂ ਇਹਦੇ ਕੰਮ ਆਪ ਕਿਉਂ ਨਹੀਂ ਕਰ ਸਕਦਾ ਮੈਂ ਕਿਉਂ ਨਹੀਂ ਕਮਾ ਸਕਦਾ ਫਿਰ ਉਹਦਾ ਵੀ ਮੈਂ ਡੇਢ ਤੋਂ 2 ਮਹੀਨੇ ਰੈਗੂਲਰ ਇੱਕ ਨਾਸ ਡੇਲੀ ਚੈਨਲ ਤੁਸੀਂ ਸ਼ਾਇਦ ਦੇਖਿਆ ਹੋਵੇ ਮੈਂ ਉਹਨੂੰ ਫੋਲੋ ਕਰਨਾ ਸ਼ੁਰੂ ਤੋਂ ਉਹ ਵੀ ਇਹ ਕਮਿਊਨਿਟੀ ਉਹਨਾਂ ਦੀ ਬਣੀ ਹੋਈ ਆ ਉਹਨਾਂ ਨੂੰ ਫੋਲੋ ਕੀਤਾ ਉਹਨਾਂ ਤੋਂ ਥੋੜੀ-ਮੋਟੀ ਸਲਾਹ ਲਈ ਉਹ ਮੇਰੇ ਨਾਲ ਜੁੜੇ ਹੋਏ ਨੇ ਰੈ ਤੇ ਮੈਂ ਆਪਣੀ ਨਾ ਬਈ ਫਿਰ ਇੱਕ ਸੋਚ ਰੱਖੀ ਵੀ ਯਾਰ ਪਿੰਡਾਂ 'ਚ ਕਿਸੇ 'ਚ ਟੈਲੈਂਟ ਹੈ ਉਹਦੀਆਂ 100-100 ਇੰਟਰਵਿਊਆਂ ਚੈਨਲ ਕਰਕੇ ਤੇ ਚੈਨਲ 'ਤਰ ਵੀ ਇਹ ਕਮਾਗੇ ਪਰ ਉਹ ਬੰਦੇ ਨੂੰ ਕੀ ਮਿਲਿਆ ਉਹਨੂੰ ਸਿਰਫ ਫੇਮ ਤਾਂ ਮਿਲ ਗਈ ਵੀ ਮੇਰੀਆਂ 5 ਇੰਟਰਵਿਊ ਹੋ ਗੀਆਂ ਮੇਰੀਆਂ 50 ਹੋ ਗਈਆਂ ਪਰ ਉਹਨੂੰ ਕੁਝ ਨਹੀਂ ਮਿਲਿਆ ਮੈਂ ਕਿਹਾ ਉਹ ਲੋਕਾਂ ਨੂੰ ਮੈਂ ਆਪਣੇ ਪੈਰਾਂ ਤੇ ਆਪ ਖੜੇ ਕਰਨਾ ਹੈ ਵੀ ਕਿਸੇ ਪਿੱਛੇ ਉਹਨਾਂ ਨੂੰ ਆਏ ਨਾ ਫੋਨ ਕਰਨਾ ਮੇਰੀ ਇੰਟਰਵਿਊ ਕਰ ਲੋ じゃ ਤੂੰ ਪੈਸਾ ਕਿਵੇਂ ਆਉਂਦਾਗਾ ਤੇ ਫਿਰ ਬਈ ਮੈਂ ਬੈਂਕ ਦੀ ਜੌਬ ਛੱਡਤੀ ਤੇ ਕਿਉਂਕਿ ਜਦੋਂ ਮੈਂ ਆਪ ਕਮਾਉਣ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਵੀ ਕਿਹੜੀ ਕਿਹੜੀ ਸਾਈਟ ਤੋਂ ਕਿਵੇਂ ਪੈਸਾ ਆਉਂਦਾ ਜਿਹੜੇ ਬੰਦੇ ਇੱਕ ਟਾਈਮ ਤੇ ਮੈਨੂੰ ਇਹ ਕਹਿੰਦੇ ਹੁੰਦੇ ਸੀਗੇ ਬਾਈ ਇਹ ਤਾਂ ਕੁਝ ਨਹੀਂ ਆਉਂਦਾ ਉਹ ਬੰਦੇ ਮੇਰੇ ਕੋਲੇ ਆ ਕੇ ਕਰ ਉਦੋਂ ਬਾਈ ਮੈਨੂੰ ਘੱਟ ਹੀ ਆਉਂਦੇ ਹੁੰਦੇ ਜਦੋਂ ਮੈਂ ਤੈਨੂੰ ਤਾਂ ਨਹੀਂ ਦੱਸਿਆ ਸੀਗਾ ਹੁਣ ਉਹ ਮੈਥੋਂ ਰੈ ਲੈ ਲੈਂਦੇ ਨੇ ਤੇ ਅਸੀਂ ਮਤਲਬ ਕਿ ਕਿਸਮਤ ਵਾਲੇ ਮੰਨਦੇ ਆ ਆਪਣੇ ਆਪ ਨੂੰ ਵੀ ਜੇ ਮੈਂ ਇੱਕ ਲੀ ਤੇ ਮਿਹਨਤ ਕਰੀ ਤਾਂ ਅੱਜ ਮੇਰੇ ਨਾਲ ਜੁੜ ਕੇ 170 ਪਲੱਸ ਚੈਨਲ ਨੇ ਜਿਹੜੇ ਕਮਾਈ ਕਰ ਰਹੇ ਨੇ ਤਾਂ ਛੋਟੇ ਸਪੈਮ ਦੇ ਵਿੱਚ ਜੋ ਸਾਹਮਦੇ ਵੀ ਤੁਸੀਂ ਹੋ ਉਹ ਸਾਰੇ ਅਸੀਂ ਸਾਹਮਣੇ ਜੀ ਓਕੇ ਓਕੇ ਤੇ ਉਹਨਾਂ ਤੋਂ ਫਿਰ ਤੁਸੀਂ ਪੈਸੇ ਪੂਸੇ ਲੈਣੇ ਕੋਈ ਉਹਨਾਂ ਤੋਂ ਭਈ ਹੁਣ ਕੋਈ ਪੈਸਾ ਨਹੀਂ ਲੈਂਦੇ ਅਸੀਂ ਜਿਵੇਂ ਸਾਡੇ ਨਾਲ ਜੁੜਨ ਦਾ ਜਿਵੇਂ 1100 ਰੁਪਏ ਫੀਸ ਆ ਜਾਂ ਉਹ ਲੈਣੇ ਆ ਅਸੀਂ ਪੁੱਛ ਆਓ ਤੁਸੀਂ ਆਪਦਾ ਇੱਕ ਕ੍ਰਾਈਟੇਰੀਆ ਰੱਖ ਤੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਜਿੰਨਾ ਕਿ ਉਹਦਾ ਹੁੰਦਾ ਅਸੀਂ ਬਜਟ ਦੇ ਹਿਸਾਬ ਨਾਲ ਉਹਵੇਂ ਲੈ ਲੈਣੇ ਆ ਜਿੰਨਾ ਕਿ ਤੇ ਅਸੀਂ ਅੱਗੇ ਤੋਂ ਵੀ ਕੰਮ ਕਰਾਉਣੇ ਆ ਕੋਈ ਬੰਗਲੌਰ ਤੋਂ ਵੀ ਕਰਾਉਣਾ ਪੈਂਦਾ ਹੈਦਰਾਬਾਦ ਤੋਂ ਵੀ ਕੋਈ ਦਿੱਲੀ ਤੋਂ ਵੀ ਕਰਾਉਣੇ ਕੋਈ ਮੋਗੇ ਤੋਂ ਇੱਕ ਮੇਰਾ ਮਿੱਤਰ ਉਹ ਤੋਂ ਵੀ ਕੰਮ ਕਰਾਉਣੇ ਆ ਅਸੀਂ ਕਿਉਂਕਿ ਤੇ ਹੈਕ ਹੋ ਗਿਆ ਜਾਂ ਕੁਝ ਹੋ ਗਿਆ ਤਾਂ ਜ ਉਹ ਲੈਣੇ ਜੀ ਹੁਣ ਇੱਕ ਗੱਲ ਹੋਰ ਆ ਬਹੁਤ ਸਾਰੇ ਲੋਕ ਸ਼ਾਇਦ ਮੈਨੂੰ ਫੋਨ ਕਰਕੇ ਕਈ ਵਾਰੀ ਨਾ ਕਈ ਬੰਦੇ ਮੈਸੇਜ ਨਹੀਂ ਕਰਦੇ ਹੁੰਦੇ ਜਿਹੜੇ ਥੋੜੇ ਬਾਲੇ ਆਪਾਂ ਕਹਿ ਦਈਏ ਵੀ ਨੇੜਲੇ ਹੁੰਦੇ ਆ ਜਾਂ ਆਪਾਂ ਕਹਈਏ ਵੀ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਰੈਗੂਲਰ ਫਾਲੋ ਕਰਦੇ ਆ ਜਾਂ ਤੁਹਾਨੂੰ ਸੁਣਦੇ ਆ ਹਨਾ ਉਹਨਾਂ ਨੇ ਮੈਨੂੰ ਮੈਨੂੰ ਪਤਾ ਇੱਕ ਦੋ ਬੰਦੇ ਮੇਰੇ ਹੈਗੇ ਜਿਹੜਾ ਨੇ ਕਿਹਾ ਵੀ ਤੂੰ ਗੁਰੂ ਨੂੰ ਕਿਉਂ ਸੱਦਿਆ ਵੀ ਪੌਡਕਾਸਟ ਗੁਰੂ ਨਾਲ ਕਿਉਂ ਹਨਾ ਵੀ ਉਹ ਇੱਕ ਯੂਟਿਊਬਰ ਜਾਂ ਬਲੌਗਰ ਜਾਂ ਇੱਕ ਬਲਖਣ ਵੀ ਸੱਦਣ ਦਾ ਮਕਸਦ ਬੇਰੋਜ਼ਗਾਰੀ ਜਿਵੇਂ ਮੈਂ ਪਹਿਲਾਂ ਇੱਕ ਸ਼ਬਦ ਬੋਲਤਾ ਹਨਾ ਪਰ ਮੈਂ ਇੱਕ ਗੁਰੂ ਇੱਕ ਹੋਰ ਗੱਲ ਜਾਣਨੀ ਚਾਹਣਾਗਾ ਜਿਹੜਾ ਮੇਰੇ ਹੈਗਾ ਸੀ ਆਪਾਂ ਪਹਿਲਾਂ ਮਿਲੇ ਵੀ ਆ ਹਨਾ ਉਦੋਂ ਵੀ ਨਹੀਂ ਮੈਂ ਗੱਲ ਕਰੀ ਹੁਣ ਜਦੋਂ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਕਲਾਸਾਂ ਦੇ ਵਿੱਚ ਜਾਂ ਫੋਨ ਦੇ ਉੱਤੇ ਜਾਂ ਜੋ ਵੀ ਤੁਹਾਡਾ ਪ੍ਰੋਸੈਸ ਆ ਉਹਦੇ 'ਚ ਨਹੀਂ ਮੈਂ ਪਾਉਂਗਾ ਉਹ ਲੋਕ ਤੁਹਾਨੂੰ ਜਾਣਦੇ ਆ ਜਿਹੜੇ ਤੁਹਾਨੂੰ ਫੋਲੋ ਕਰਦੇ ਆ ਤੁਸੀਂ ਉਹਦੇ ਨਾਲ ਕਾਉਂਸਲਿੰਗ ਕੀ ਕਰਦੇ ਹੋ ਬੱਚਿਆਂ ਨੂੰ ਮਤਲਬ ਉਹ ਛੋਟੇ ਦਾ ਬੱਚੇ ਸਟੂਡੈਂਟ ਹੀ ਹੋਗੇ ਤੁਹਾਡੇ ਚਾਹੇ ਵੱਡੀ ਉਮਰ ਦਾ ਕਿ ਛੋਟੀ ਉਮਰ ਦਾ ਕਾਉਂਸਲਿੰਗ ਤੋਂ ਭਾਵ ਇਹ ਆ ਵੀ ਖਾਸ ਕਰਕੇ ਪੰਜਾਬ ਦੀ ਏਸੀ ਗੱਲ ਕਰਦੇ ਆ ਸਾਡੀ ਜਿਹੜੀ ਬਲੱਡ ਲਾਈਨ ਦੀ ਆਪਾਂ ਗੱਲ ਕਰਦੇ ਆ ਵੀ ਇਹੀ ਬਲੱਖਣ ਆ ਸਾਡੀ ਕੌਮ ਬਲੱਖਣਾ ਹੜੀ ਧਰਤੀ ਬਲੱਖਣਾ ਹਨਾ ਪਰ YouTube ਤੇ ਜਦੋਂ ਅਸੀਂ ਜਾਣਦੇ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਹੀ ਜਾਣਦੇ ਆ ਕਈ ਚੀਜ਼ਾਂ ਜਈਆਂ ਗਈਆਂ ਜਿਹੜੀਆਂ ਸਾਡੇ ਵਿਰਸੇ ਨੂੰ ਕੱਟਦੀਆਂ ਗਈਆਂ ਜਿਹੜੀਆਂ ਹਲਾਉਂਦੀਆਂ ਨੇ ਸਾਡੇ ਬੈਸਟ ਕਣੀ ਨਹੀਂ ਲੈ ਕੇ ਜਾਂਦੀਆਂ ਬੈਸਟ ਇੱਕ ਹੋਰ ਚੀਜ਼ ਹੈ ਜਿਹੜੀਆਂ ਸਾਨੂੰ ਉਸ ਤੋਂ ਵੀ ਨਿਹਾਰ ਵੱਲ ਲੈ ਕੇ ਜਾਂਦੀਆਂ ਜੇ ਸੱਚ ਆ ਇਹ ਸੱਚ ਆ ਗੱਲ ਤਾਂ ਨੈਗੇਟਿਵ ਆ ਪਰ ਗੱਲ ਇਹ ਸੱਚ ਆ ਉਹਦੇ ਲਈ ਤੁਸੀਂ ਕਾਉਂਸਲਿੰਗ ਕੀ ਕਰਦੇ ਕੋਈ ਦੱਸਦੇ ਉਹਨਾਂ ਨੂੰ ਜੀ ਬਈ ਸਾਡਾ ਜਿਹੜਾ ਕਲਾਸ 'ਚ ਰਹਿੰਦਾ ਨਾ ਜਾਂ ਕੋਈ ਵੀ ਮਿੱਤਰ ਮੇਰੇ ਕੋਲੇ ਆਉਂਦਾ ਹੈ ਮੇਰੀਆਂ ਕਾਫੀ ਵੀੜੇ 'ਚ ਵੀ ਤੁਸੀਂ ਦੇਖੋਗੇ ਮੈਂ ਉਹ ਇੱਕ ਚੀਜ਼ ਜ਼ਰੂਰ ਕਲੀਅਰ ਕਰਦਾ ਵੀ ਇਹਦੇ ਵਿੱਚ ਨਾ ਬਹੁਤ ਲੋਕਾਂ ਦਾ ਜਿਹੜਾ ਨੈਗੇਟਿਵ ਹੈਗਾ ਵੀ ਇਹ ਤੇ ਸੋਸ਼ਲ ਮੀਡੀਆ ਤੇ ਔਰਤਾਂ ਨਹੀਂ ਆ ਸਕਦੀ ਜ਼ਿਆਦਾਤਰ ਪਰ ਉਹ 네ਗੇਟਿਵ ਮੇਰਾ ਵੀ ਹੈਗਾ ਇੱਕ ਪੁਆਇੰਟ ਤੇ ਉਹ 네ਗੇਟਿਵ ਮੇਰਾ ਇਹ ਪੁਆਇੰਟ ਤੇ ਆ ਵੀ ਜੇ ਤੁਸੀਂ ਔਰਤ ਦੀ ਕੋਈ ਵੀਡੀਓ ਬਣਾਉਣੀ ਆ ਜੈਨੂਇਨ ਬਣਾਓ ਜੇ ਫੂਡ ਰੈਸਪੀਜ਼ ਦੀ ਹੋ ਗਈਆਂ ਜਾਂ ਕੋਈ ਸੂਟ ਬਣਾਉਂਦੇ ਨੇ ਕੋਈ ਵਧੀਆ ਜਾਂ ਉਹਨਾਂ ਦੇ ਕਿੱਤਾ ਮੁਖੀ ਜਿਹੜੇ ਕੰਮ ਨੇ ਉਹ ਤੇ ਉਹ ਵੀਡੀਓ ਬਣਾਉਣ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਕਿਤੇ ਆਪਾਂ ਆਪਣੇ ਪਰਿਵਾਰ ਦੀ ਪ੍ਰਾਈਵੇਸੀ ਲੀਕ ਕਰਦੇ ਆ ਜਾ ਆਪਣੇ ਕਹਿੰਦੇ ਹੁੰਦੇ ਆ ਜੋ ਆਪਣਾ ਕਲਚਰ ਹੈ ਆਪਣਾ ਸੱਭਿਆਚਾਰਾ ਉਹ ਤੋਂ ਹਟ ਕੇ ਕੋਈ ਆਪਾਂ ਕੰਮ ਕਰਦੇ ਆ ਅਸੀਂ ਉਹਨੂੰ ਕਦੇ ਵੀ ਮਤਲਬ ਹਾਂ ਪੱਖੀ ਨਹੀਂ ਕਹਿੰਦੇ ਵੀ ਸਾਡੇ ਨਾਲ ਜੁੜੋ ਸਾਡੇ ਕੋਲੇ ਬਹੁਤ ਚੈਨਲ ਆਉਂਦੇ ਇਹ ਜਿਹੜੇ ਕਹਿੰਦੇ ਵੀ ਅਸੀਂ ਐ ਬਲੌਗ ਬਣਾਉਣੇ ਮੈਂ ਉਹਨੂੰ ਕਹਿੰਦਾ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਜੇ ਤੁਸੀਂ ਬਲੌਗ ਬਣਾਉਣਾ ਇੱਕ ਪ੍ਰੋਫੈਸ਼ਨਲ ਬਣਾਓ ਕਿਉਂਕਿ ਦੁਨੀਆ ਹੀ ਬਣਾਉਂਦੀ ਆ ਪਰ ਅਸੀਂ ਆਪਦੀ ਕਲਾ ਦੇ ਵਿੱਚ ਹਮੇਸ਼ਾ ਇੱਕ ਇਹ ਚੀਜ਼ ਰੱਖਦੇ ਆ ਵੀ ਕਦੇ ਵੀ ਔਰਤਾਂ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ ਕਿਉਂਕਿ ਬਈ ਔਰਤਾਂ ਨਾਲ ਹੀ ਸਮਾਜ ਚੱਲਦਾ ਪਰ ਔਰਤਾਂ ਨੂੰ ਜ਼ਿਆਦਾਤਰ 네ਗੇਟਿਵ ਔਰਤਾਂ ਵਾਲੀ ਦੇਖਿਆ ਜਾਂਦਾ ਇਹਦੇ ਵਿੱਚ ਹਾਂ ਬਿਲਕੁਲ ਬਿਲਕੁਲ ਪਰ ਇਹਦੇ ਵਿੱਚ ਮੁੰਡੇ ਵੀ ਬਹੁਤ ਇਹੋ ਜਿਹੇ ਨੇ ਜਿਹੜੇ ਕਿ ਗਲਤ ਵੀਡੀਓ ਜਾਂ ਗਲਤ ਨਾਟਕ ਸਟੋਰੀਆਂ ਬਣਾ ਕੇ ਲੋਕਾਂ 'ਚ ਆਪਣੀ ਜਿਹੜੀ ਇਮੇਜ ਆ ਇਹ ਇੱਕ ਪੈਸਾ ਦੇਖ ਰਹੇ ਨੇ ਉਹ ਸਾਨੂੰ ਡਾਲਰ ਆ ਰਹੇ ਨੇ ਪਰ ਉਹ ਆਪਣੇ ਪੰਜਾਬ ਦੀ ਆਪਣੀ ਪੰਜਾਬੀ ਦੀ ਗੱਲ ਨਹੀਂ ਕਰਦੇ ਉਹਨੂੰ ਢਾਲ ਆ ਰਹੇ ਨੇ ਉਹਨਾਂ ਨੂੰ ਅਸੀਂ ਬਹੁਤ ਕੋਸ਼ਿਸ਼ ਰੱਖਦੇ ਆਂ ਵੀ ਅਸੀਂ ਉਹਨਾਂ ਨੂੰ ਇੱਕੋ ਲੈਵਲ ਤੇ ਲੈ ਕੇ ਆਈਏ ਵੀ ਉਹ ਲੈਵਲ ਤੇ ਰਹੋ ਤੁਸੀਂ ਉਦੋਂ ਅੱਗੇ ਨਾ ਜਾਓ ਇੱਥੇ ਇੱਥੇ ਨਾਲ ਮੇਰੀ ਕਈ ਬੰਦਿਆਂ ਨਾਲ ਗੱਲਬਾਤ ਹੋਈ ਆ ਇਹ ਗੱਲ ਨੂੰ ਲੈ ਕੇ ਉਹ ਇੱਥੇ ਇੱਕ ਗੁਰੀ ਇੱਕ ਹੋਰ ਗੱਲ ਆ ਜਾਂਦੀ ਆ ਜੀ ਬਾਈ ਉਹ ਕਈ ਵਾਰੀ ਬੰਦੇ ਕਹਿ ਦਿੰਦੇ ਆ ਵੀ ਇੱਕ ਨਾ ਥਿਓਰਮ ਆ ਜੀ ਉਹ ਥਿਓਰਮ ਇਹ ਕਹਿੰਦੀ ਆ ਵੀ ਸਾਨੂੰ ਵਕਤ ਦੇ ਨਾਲ ਚੱਲਣਾ ਚਾਹੀਦਾ ਹੈਗਾ ਇਹ ਅੱਜ ਦੀ ਨਹੀਂ ਇਹ ਪਹਿਲਾਂ ਤੋਂ ਹੀ ਗੱਲ ਆਉਂਦੀ ਆ ਵੀ ਜਿਵੇਂ ਜਿਵੇਂ ਵਕਤ ਚੱਲਦਾ ਸਾਨੂੰ ਵਕਤ ਦੇ ਨਾਲ ਹਾਣੀ ਹੋ ਕੇ ਚੱਲਣਾ ਚਾਹੀਦਾ ਨਹੀਂ ਅਸੀਂ ਪਿੱਛੇ ਰਹਿ ਜਾਂਦੇ ਆ ਸਾਡੇ ਸਮਾਜ ਤੋਂ ਸਾਡੀਆਂ ਉਹ ਗੱਲਾਂ ਤੋਂ ਜਿਵੇਂ ਆਪਾਂ ਕੰਪਿਊਟਰ ਦੀ ਹੀ ਗੱਲ ਕਰ ਲਈ ਜੀ ਵੀ ਕੰਪਿਊਟਰ ਦੇ ਨਾਲ ਵੀ ਚੱਲੀ ਆ ਮੋਬਾਈਲ ਵੀ ਛੋਡੇ ਕੋਲੇ ਵੀ ਹੈਗਾ ਹੀ ਆ ਜੀ ਪਰ ਤੁਹਾਨੂੰ ਲੱਗਦਾਗਾ ਵੀ ਇਸ ਗੱਲ ਦਾ ਕੀ ਉੱਤਰ ਹੋਊਗਾ ਜਾਂ ਕੀ ਹੋਊਗਾ ਵੀ ਪੋਜ਼ਿਟਿਵ ਗੱਲ ਕੀ ਹੋਣੀ ਨਹੀਂ ਭਾਈ ਹਾਨੀ ਵਾਲੀ ਗੱਲ ਤਾਂ ਜਿਹੜੀ ਹੈਗੀ ਬਿਲਕੁਲ ਸਹੀ ਆ ਹਾਂ ਜੇ ਆਪਾਂ ਇੱਕ ਟਾਈਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਰੇਡੀਓ ਜਾਂ ਅਖਬਾਰ ਸੀਗਾ ਹਾਂ ਜਿਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਵੀ ਕੀ ਚੱਲ ਰਿਹਾ ਦੁਨੀਆ 'ਤੋਂ ਹਾਂ ਫਿਰ ਇੱਕ ਟੀਵੀ ਆਏ ਨੇ ਬਈ ਟੀਵੀ ਤੋਂ ਬਾਅਦ ਸਿਨੇਮਾ ਮਤਲਬ ਜਿਵੇਂ ਕਨਾਲ ਉਤਪੰਨ ਹੋ ਗਿਆ ਜਾਂ ਬੀਸੀਆਰ ਵਗੈਰਾ ਜੋ ਵੀ ਸਾਈਟਾਂ ਆਉਂਦੀਆਂ ਨੇ ਫਿਰ ਸੀਡੀ ਵਗੈਰਾ ਹਾਂ ਜੋ ਵੀ ਮਤਲਬ ਆਉਂਦਾ ਰਿਹਾ ਫਿਰ ਡਿਸਟੀਵੀ ਆ ਗਈ ਬਈ ਜਿਵੇਂ ਆਪਣੇ ਜਨਮ 'ਚ ਆਪਾਂ ਦੇਖਿਆ 90 ਵਾਲਿਆਂ ਨੇ ਨਾਰਮਲ ਸਾਰਿਆਂ ਨੇ ਦੇਖਿਆ ਹੁਣ ਉਹ ਐਂਡ ਪੁਆਇੰਟ ਆ ਗਿਆ ਮੋਬਾਈਲ ਤੇ ਹਾਂ ਇੰਟਰਨੈਟ ਆ ਗਿਆ ਇੰਟਰਨੈਟ ਆ ਗਿਆ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਇੱਕ ਮੋਬਾਈਲ ਸਭ ਤੋਂ ਵੱਡੀ ਚੀਜ਼ ਆ ਗਈ ਪਰ ਇਹਦੇ ਨਾਲ ਆਪਾਂ ਨੂੰ ਦਾ ਪੂਰ ਨਾਮ ਨਾਲ ਪਰ ਉਹਨੂੰ ਪੋਜ਼ਿਟਿਵ ਲੈ ਕੇ ਕਿਵੇਂ ਚੱਲਣਾ ਹੈ ਉਹ ਆਪਾਂ ਦੇਖਣਾ ਵੀ ਆਪਾਂ ਇਨਕਮ ਵੀ ਕਰੀਏ ਆਪਣੇ ਸਮਾਜ ਨੂੰ ਕੋਈ ਸੇਧ ਵੀ ਦੇਈਏ ਹੁਣ ਇੱਕ ਵੀਡੀਓ ਆਪਾਂ ਬਣਾਉਣੇ ਆ ਬਈ ਹਾਸੇ ਮਜ਼ਾਕ ਲਈ ਚਲੋ ਕੋਈ ਐਂਟਰਟੇਨਿੰਗ ਉਹ ਠੀਕ ਹੈ ਇੱਕ ਵੀਡੀਓ ਆਪਾਂ ਬਣਾਉਣੇ ਆ ਕਿਸੇ ਨੂੰ ਸੇਧ ਦੇਣ ਲਈ ਤੁਸੀਂ ਇੱਥੇ ਬੈਠੇ ਕੋਈ ਐਹ ਜੀ ਨੌਲੇਜ ਦੇ ਦਦਨੇ ਹੋ ਜੋ ਸਿਰਫ ਤੁਹਾਨੂੰ ਪਤਾ ਹੈ ਜਾਂ ਤੁਹਾਡੇ ਨਾਲ ਦੇ 10% ਲੋਕਾਂ ਨੂੰ ਪਤਾ ਪਰ ਜੇ ਤੁਸੀਂ ਚੰਗੀ ਚੀਜ਼ ਦੇ ਦਦਨੇ ਹੋ ਤਾਂ ਸੋਸ਼ਲ ਮੀਡੀਆ ਆਪਾਂ ਪੋਜ਼ਿਟਿਵ ਵਾਈਬ ਨਾਲ ਦੇਖਾਂਗੇ ਜੇ ਤੁਸੀਂ ਕੋਈ ਕਹੇ ਜੀ ਚੀਜ਼ ਦੇ ਦਦਨੇ ਹੋ ਜਿਹਦੇ ਨਾਲ ਚਾਰ 10 ਨੌਜਵਾਨ ਪੁੱਠੇ ਰਸਤੇ ਪਹਿਣਗੇ ਜਾਂ ਨਸ਼ਿਆਂ ਵੱਲ ਪਹਿਣਗੇ ਜਾਂ ਕੋਈ ਗਲਤ ਰਸੰਗ ਚ ਪਹਿਣਗੇ ਤਾਂ ਉਹ ਨੈਗੇਟਿਵ ਹੋ ਜਾਂਦੀ ਹੈ ਇੱਕ ਇੱਕ ਮੈਂ ਰੋਕਣਾ ਜਾਊਂਗਾ ਜਿਵੇਂ ਆਪਾਂ ਟਰਾਈ ਕਰਦੇ ਆਂ ਵੀਡੀਓ ਲੋਕ ਬਣਾ ਰਹੇ ਆ ਥੋਡੇ ਕੋਲੇ ਬਹੁਤ ਆਉਂਦੇ ਹੋਣਗੇ ਜਦੋਂ ਕਿਸੇ ਦੀ ਕੋਈ ਵੀਡੀਓ ਕਲਿੱਕ ਜਿਵੇਂ ਤੁਸੀਂ ਕਹੇ ਵੀ ਸਾਡੀ ਉਹ ਨਾਇਰ ਵਾਲੀ ਵੀਡੀਓ ਚੱਲ ਗਈ ਜਿਵੇਂ ਕਿਸੇ ਦੀ ਕੋਈ ਵੀਡੀਓ ਕਲਿੱਕ ਕਰਦੀ ਆ ਜੇ ਉਹ ਵੀਡੀਓ ਥੋੜੀ ਜਿਹੀ ਨੈਗੇਟਿਵ ਪੱਖਣੀ ਚੁਗਾ ਤੇ ਬੰਦਾ ਸੋਚਦਾ ਯਾਰ ਇਹੇ ਜੀਆਂ ਚੱਲਦੀਆਂ ਫਿਰ ਕਈ ਵਾਰੀ ਉਵੇਂ ਵੀ ਹੋ ਜਾਂਦਾ ਬਾਈ ਬਹੁਤ ਨੇ ਮੇਰੇ ਕੋਲ ਬਹੁਤ ਮਿੱਤਰ ਆ ਇਹ ਜੇ ਨੇ ਜਿਹੜੇ ਆਉਂਦੇ ਆ ਉਹ ਕਹਿੰਦੇ ਮਾਦਾ ਵਿੱਚ ਫਿਰ ਉਹਨਾਂ ਨੇ ਇੱਕ ਗੱਲ ਰਾਇ ਦੰਨ ਉਹਨਾਂ ਵੀ ਥੋੜਾ ਜਿਹਾ ਤੂੰ ਹਾਸੀ ਮਜ਼ਾਕ ਇਹੀ ਰੱਖ ਆਪਦਾ ਜਾਂ ਲੈਵਲ ਤੂੰ ਇਹੀ ਰੱਖ ਪਰ ਜਿਹੜਾ ਪੰਜਾਬੀ ਹੈ ਤਾ ਜਾਂ ਪੰਜਾਬ ਹੈ ਉਹਨੂੰ ਨਾ ਥੋੜਾ ਜਿਹਾ ਪਲਾ ਹੁਣ ਜਿਵੇਂ ਮੇਰੇ ਕੋਲ ਕਾਫੀ ਮਿੱਤਰ ਆਏ ਨੇ ਇੱਕ ਮੈਂ ਮਿੱਤਰ ਦਾ ਚੈਨਲ ਬਣਾਇਆ ਕਿਉਂਕਿ ਭਾਈ ਮੈਨੂੰ ਕੁਦਰਤ ਨਾਲ ਬਹੁਤ ਪਿਆਰ ਆ ਪਾਣੀ ਤੇ ਮੈਂ ਕਹਿੰਦਾ ਨਾ ਪੰਜਾਬੀ ਸੰਭਾਲ ਲਓ ਆਪਾਂ ਕਿਤੇ ਨਹੀਂ ਖਤਮ ਹੋ ਸਕਦੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਪਾਣੀ ਆ ਪਾਣੀ ਦਾ ਆਪਣਾ 10-12 ਸਾਲ ਹੀ ਆ ਤੇ ਆਪਣੇ ਲੋਕ ਇਹ ਚੀਜ਼ ਨੂੰ ਮੰਨਦੇ ਹੈਗੇ ਨਹੀਂ ਪਰ ਐਪਲੀਕੇਬਲ ਨਹੀਂ ਕੋਈ ਵੀ ਕਰਦਾ ਤੇ ਰੁੱਖ ਕੋਈ ਲਾਉਂਦਾ ਨਹੀਂ ਹੁਣ ਇੱਕ ਮਿੱਤਰ ਨੂੰ ਮੈਂ ਰੁੱਖਾਂ ਦੇ ਵੀਡੀਓ ਬਣਾਉਣ ਲਾਤਾ ਚੈਨਲ ਉਹ ਕਹਿੰਦਾ ਵੀ ਮੈਂ ਪਹਿਲਾਂ ਘਰੇ ਆਪਣੇ ਬੱਚਿਆਂ ਦੇ ਵੀਡੀਓ ਬਣਾਈ ਸੀ ਉਹ ਹੁਣ ਹਰ ਤਰ੍ਹਾਂ ਦਾ ਰੁੱਖ ਦਿਖਾਉਂਦਾ ਤੇ ਤੁਸੀਂ ਯਕੀਨ ਨਹੀਂ ਮੰਨਣਾ ਬਾਈ ਉਹਦਾ 3.5 ਮਹੀਨਿਆਂ 'ਚ 1 ਲੱਖ ਫੋਲੋਅਰ ਹੋ ਗਏ ਕਿਉਂ ਹੋ ਗਏ ਲੋਕ ਆਪ ਰੁੱਖ ਲਾਉਣਾ ਨਹੀਂ ਚਾਹੁੰਦੇ ਪਰ ਕੋਈ ਲਾਰਿਆ ਉਹਨੂੰ ਦੇਖ ਕੇ ਮਤਲਬ ਵਾਹਿਗੁਰੂ ਜੀ ਲਿਖਣਾ ਜਾਂ ਵੀ ਕੁਦਰਤ ਪ੍ਰਤੀ ਕੋਈ ਪ੍ਰੇਮ ਵਾਲਾ ਮੈਸੇਜ ਲਿਖਣਾ ਕੀ ਕਰਨੀ ਹਾਂ ਟਿੱਪਣੀ ਕਰਨੀ ਜ਼ਰੂਰ ਚਾਹੁੰਦੇ ਨੇ ਉਹ ਮੈਨੂੰ ਕਹਿੰਦਾ ਬਾਈ ਯਾਰ ਮੈਨੂੰ ਆਈਡੀਆ ਬਹੁਤ ਵਧੀਆ ਦਿੱਤਾ ਨਾਲੇ ਤਾਂ ਉਹ ਤੋਂ ਨਰਸਰੀ ਵਾਲੀ ਵੀਡੀਓ ਬਣਵਾ ਰੇ ਨੇ ਹੁਣ ਉਹ 5-7000 ਜੋ ਲੈਂਦਾ ਹੈ ਕਈ ਰੁੱਖਾਂ ਬਾਰੇ ਆਪਾਂ ਨੂੰ ਕਈਆਂ ਦੇ ਗੁਣਾਂ ਦਾ ਨਹੀਂ ਪਤਾ ਕਈਆਂ ਦੀ ਹਾਨੀਆਂ ਦਾ ਨਹੀਂ ਪਤਾ ਉਹ ਦੱਸ ਵੀ ਰਿਹਾ ਵੀ ਹੁਣ ਜੇ ਮੇਰੇ ਖੇਤ ਵੀ ਉਹ ਪਿਲਕਣ ਦਾ ਰੁੱਖ ਲਾ ਕੇ ਗਿਆ ਮਤਲਬ ਉਹ ਇਸ ਤਰ੍ਹਾਂ ਦੇ ਰੁੱਖ ਜਿਹੜੇ ਪਹਿਲਾਂ ਆਪਾਂ ਗਾਣੇ ਸੁਨੇ ਆ ਨਹੀਂ ਨਹੀਂ ਪਤਾ ਪਣੂ ਨਹੀਂ ਨਹੀਂ ਪਤਾ ਨਹੀਂ ਤੇ ਉਹ ਚੀਜ਼ ਉਹ ਮਤਲਬ ਉਹ ਬਹੁਤ ਫੀਲਡ ਨੇ ਇੰਨੀ ਕਿ ਜ਼ਿਆਦਾ ਸਪੇਸ ਆ ਬਾਈ ਜੇ ਕਈ ਵਾਰ ਮੈਨੂੰ ਇਹ ਵੀ ਇੱਕ ਸ਼ਿਕਾਇਤ ਆਉਂਦੀ ਆ ਵੀ ਤੂੰ ਬਾਈ ਇਹਦੇ ਬਾਰੇ ਦ ਤੁਸੀਂ ਕੋਠੀ ਦੀ ਕੱਲੀ ਜੇ ਇੱਕ ਕਹਿੰਦੇ ਹੁੰਦੇ ਨੇ ਆਪਾਂ ਛੱਤ ਦੀ ਵੀ ਵੀਡੀਓ ਪਾਉਣ ਲੱਗ ਜੀਏ ਤਾ 10 ਸਾਲ ਤੱਕ ਵੀਡੀਓ ਪਾਈ ਹੋਏ ਇੰਨੇ ਤਰ੍ਹਾਂ ਦੀਆਂ ਛੱਤਾਂ ਪਈਆਂ ਨੇ ਇੰਨੇ ਤਰ੍ਹਾਂ ਦਾ ਮਤਲਬ ਮਸਾਲਾ ਪਿਆ ਵੀ ਤੁਸੀਂ ਵੀਡੀਓ ਨਹੀਂ ਮੁੱਕ ਸਕਦੀ ਹਾਂ ਤਾਂ ਸਪੇਸ ਬਹੁਤ ਹੈ ਦੇ ਵਿੱਚ ਉਹ ਤੁਹਾਡੇ ਤੇ ਆ ਤੁਹਾਡੇ ਤੇ ਆ ਵੀ ਤੁਸੀਂ ਕੀ ਕ੍ਰੀਏਟੀਵਿਟੀ ਕੀ ਚੀਜ਼ ਤੁਸੀਂ ਦਿਖਾਉਣੀ ਹੋ ਪਰ ਜ਼ਿਆਦਾਤਰ ਸਾਨੂੰ ਇਹ ਰਹਿੰਦਾ ਵੀ ਪੰਜਾਬੀ ਦੀ ਅੱਧੀ ਗੱਲ ਆਪਾਂ ਕਰੀਏ ਆਪਣੇ ਪਾਣੀਆਂ ਦੀ ਗੱਲ ਕਰੀਏ ਹੁਣ ਪਾਣੀਆਂ ਦੇ ਰਾਖੇ ਬਣ ਕੇ ਆਪਾਂ ਗੱਲ ਕਰਦੇ ਆਂ ਆਪਾਂ ਕਮੈਂਟ ਪਤਾ ਨਹੀਂ ਕਿੰਨੇ 네ਗੇਟਿਵ ਕਰ ਦਿੰਨੇ ਆਂ ਵੀ ਸੈਂਟਰ ਲਈ ਜਾਂ ਆਪਣੇ ਆਲੇ ਦੁਆਲੇ ਲਈ ਪਰ ਆਪਾਂ ਇਹ ਨਹੀਂ ਦੇਖਦੇ ਜੇ ਆਪਾਂ ਜੋ ਆਪਣੇ ਕੋਲੇ ਪਾਣੀ ਆ ਆਪਾਂ ਘਰੇ ਕਿੰਨਾ ਬਚਾਉਣੀ ਆਂ ਮੈਂ ਜਦੋਂ ਕਿਸੇ ਦਾ ਵੀ ਵੀਡੀਓ ਬਣਾਉਣ ਜਾਂਦਾ ਮੇਰਾ ਇੱਕ ਸਵਾਲ ਹੁੰਦਾ ਵੀ ਪਾਣੀ ਲਈ ਕੀ ਕਰ ਰਹੇ ਹੋ ਕੁਦਰਤ ਲਈ ਕਰ ਰਹੇ ਹੋ ਜੇ ਮੈਨੂੰ ਕਹਦੇ ਵੀ ਮੈਂ ਬਹੁਤ ਪ੍ਰੇਮੀ ਆ ਕਿਉਂਕਿ ਵੀਡੀਓ 'ਚ ਵੀ ਬੰਦੇ ਨੇ ਕਹਿਣੀ ਕਹਿਣਾ ਕਹਿਣੀ ਕਹਿਣਾ ਕਿਉਂਕਿ ਉਹਨੂੰ ਪਤਾ ਮੇਰੀ ਵੀਡੀਓ ਬਣ ਰਹੀ ਆ ਪਰ ਮੈਂ ਇੱਕ ਦੇਖਦਾ ਵੀ ਜੁਰੀ ਨਾਲ ਲੱਗਿਆ ਹੁੰਦਾ ਜਿਹੜੇ ਖਰਚ ਜੂਰੀ ਨਾਲ ਲੱਗਿਆ ਹੋਊ ਵਾਸ਼ਰੂਮ ਚ ਸਮਝ ਲਓ ਉਹਨੂੰ ਪਤਾ ਹੈ ਵੀ ਮੈਂ 15 ਲੀਟਰ ਦੀ ਥਾਂ 1 ਲੀਟਰ ਪਾਣੀ ਇੱਕ ਵਾਰ ਵਾਸ਼ਰੂਮ ਦਾ ਜਿਹੜਾ ਯੂਜ਼ ਕਰਨਾ ਤਾਂ ਉਹ ਚੀਜ਼ ਉਹ ਛੋਟੇ ਛੋਟੇ ਚੀਜ਼ਾਂ ਨਹੀਂ ਜੇ ਤੁਸੀਂ ਉਹਤੇ ਵੀ ਜੁੜ ਕੇ ਕੰਮ ਕਰੋਗੇ ਸਾਰੇ ਜੇ ਆਪਾਂ ਹੁਣ ਇੱਕ ਕਿਸਾਨ ਨੂੰ ਦੋਸ਼ੀ ਲਈ ਚੱਲਾਂਗੇ ਜਾਂ ਵਾ ਫੈਕਟਰੀਆਂ ਨੂੰ ਦੋਸ਼ੀ ਲਈ ਚੱਲਾਂਗੇ ਪਰ ਹੱਲ ਕਿੱਥੇ ਆਊਗਾ ਬਈ ਹਮ ਹਲੋ ਥੀ ਆਊਗਾ ਜੇ ਆਪਾਂ ਆਪਣੇ ਲੈਵਲ ਤੇ ਆਪਾਂ ਆਪਦੇ ਘਰ ਚ ਜੇ ਆਪਾਂ ਦਿਨ ਪਰਿਵਾਰ ਦੇ ਚਾਰ ਮੈਂਬਰ ਹੈ ਤਾਂ ਜੇ ਦੋ ਵਾਰ ਚਾਰ ਵਾਰ ਵੀ ਆਪਾਂ ਜੂਰੀ ਨਾਲ મતલਬ ਜਾਵਾਂਗੇ ਬਾਥਰੂਮ ਤਾਂ ਆਪਣਾ 15 ਤੋਂ 20 ਲੀਟਰ ਇੱਕ ਬੰਦਾ ਪਾਣੀ ਬਚਾਉਂਦਾ ਸਾਲ ਦਾ ਦੇਖ ਲਓ ਬਈ ਕਿੰਨਾ ਹੋ ਗਿਆ ਤਾਂ 10 ਸਾਲਾਂ ਚ ਮੈਨੂੰ ਲੱਗਦਾ ਆਪਾਂ ਵਧੀਆ ਆਪਣਾ ਜਿੰਨਾ ਕ ਆਪਾਂ ਵੇਸਟ ਕਰਨ ਉਹਨਾਂ ਕ ਤਾਂ ਬਚਾਈ ਲਵਾਂਗੇ ਹਮ ਤੇ ਉਹ ਚੀਜ਼ਾਂ ਤੇ ਬਈ ਅਸੀਂ ਮਤਲਬ ਫੋਕਸ ਰੱਖਦੇ ਆ ਜਿੰਨੇ ਕ ਸਾਡੇ ਨਾਲ ਜੁੜਦੇ ਆ ਵੀ ਬਈ ਚੰਗੇ ਵਾਲੇ ਪਾਸੇ ਜਾਓ ਚੰਗੇ ਵਾਲੇ ਪਾਸੇ ਜਾਓ ਵਿਰਸੇ ਦੀਆਂ ਵੀਡੀਓ ਬਣਾ ਲਓ ਸਿੱਖ ਹਿਸਟਰੀ ਨੇ ਬਣਾ ਲਓ ਤੇ ਹੁਣ ਮੇਰੇ ਕੋਲ ਕੱਲ ਮਿੱਤਰ ਆਇਆ ਸੀਗਾ ਉਹ ਕਹਿੰਦਾ ਮੈਂ ਹਰਵਿੰਦਰ ਸਾਹਿਬ ਦੀ ਵੀਡੀਓ ਬਣਾਉਣਾ ਚਾਹਣਾ ਹੂੰ ਤੇ ਮੈਂ ਕਿਹਾ ਜੀ ਉਹ ਮੈਨੂੰ ਕਹਿੰਦਾ ਭਾਈ ਯਾਰ ਇੱਕ ਵੀਡੀਓ ਬਣਾਈ ਜਾ ਮੈਂ ਮੈਂ ਕਿਹਾ ਇੱਕ ਵੀਡੀਓ ਨਹੀਂ ਮੈਂ ਕਿਹਾ ਤੂੰ ਸ਼ੁਰੂ ਤੋਂ ਲੈ ਕੇ ਜੋ ਪਹਿਲੀ ਬੁੱਕ ਤੇ ਲਿਖਿਆ ਸ਼੍ਰੀ ਹਰਵਿੰਦਰ ਸਾਹਿਬ ਦਾ ਇਤਿਹਾਸ ਮੈਂ ਕਿਹਾ ਉਹ ਤੋਂ ਲੱਗ ਜਾ ਇੱਕ ਸਾਲ ਬਾਅਦ ਆ ਕੇ ਤੂੰ ਮੈਨੂੰ ਕਹੇਂਗਾ ਭਾਈ ਮੈਥੋਂ ਅਜੇ ਤੱਕ ਪੂਰਾ ਨਹੀਂ ਹੋਇਆ ਕਿਉਂਕਿ ਆਪਣਾ ਇਤਿਹਾਸ ਹੀ ਬਹੁਤ ਰਿੱਚਾ ਭਾਈ ਹੂੰ ਕਿੰਨਾ ਮਰਜ਼ੀ ਬਣਾ ਲਓ ਤੁਸੀਂ ਕਿੰਨੀਆਂ ਮਰਜ਼ੀ ਵੀਡੀਓ ਬਣਾ ਲਓ ਮੈਂ ਕਿਹਾ ਤੁਹਾਨੂੰ ਬੁਲਾਉਣਗੇ ਫਿਰ ਲੋਕ ਵੀ ਭਾਈ ਸਾਡਾ ਪਰਿਵਾਰ ਇੱਥੇ ਆ ਕੁਰਬਾਨੀ ਦਿੱਤੀ ਆ ਸਾਡੇ ਪਿੰਡੋਂ ਆ ਕੁਰਬਾਨੀ ਦਿੱਤੀ ਆ ਉਹ ਮੈਂ ਕਿਹਾ ਤੇਰੇ ਕੋਲੇ ਜਦੋਂ ਸਟੋਰੀਆਂ ਆਉਣਗੀਆਂ ਨਾ ਤੇ ਤੈਨੂੰ ਸਟੋਰੀਆਂ ਨਹੀਂ ਕਰੀ ਹੋਣੀਆਂ ਚਲ ਇੱਕ ਗੱਲ ਤਾਂ ਹੁਣ ਮੈਨੂੰ ਸੰਤੁਸ਼ਟੀ ਹੋ ਗਈ ਵੀ ਜਿਹੜੇ ਬੰਦੇ ਨੇ ਮੈਨੂੰ ਫੋਨ ਕਰਨੇ ਸੀ ਵੀ ਗੁਰੇ ਨੂੰ ਕਿਉਂ ਸੱਦਿਆ ਆ ਪਾਣੀ ਵਾਲੀ ਗੱਲ ਨੇ ਸਾਰੀਆਂ ਗੱਲਾਂ ਮੁਕਾ ਦੇਣੀਆਂ ਸਾਰੀਆਂ ਗੱਲਾਂ ਮੁਕਾ ਦੇਣੀਆਂ ਹਾਂ ਜੇ ਹੋਰ ਦੇਖਦੇ ਆ ਹੋਰ ਚੀਜ਼ਾਂ ਹਨ ਨੂੰ ਬਹੁਤ ਲੋਕ ਮਿਲਦੇ ਆ ਮੁੰਡੇ ਮਿਲਦੇ ਆ ਕੀ ਦੇਖ ਰਹੇ ਹੋ ਆਲੇ ਦਿਵਾਲੇ ਦੇ ਵਿੱਚ ਆਰੇਦ ਵਾਲੇ ਦੇ ਵਿੱਚ ਵੀ ਪੋਜੀਟਿਵ ਦੇਖ ਰਿਹਾ ਮੈਂ ਤਾਂ ਹਾਂ ਮੇਰਾ ਇੱਕ ਜਿਹੜਾ ਸਭ ਤੋਂ ਵੱਡਾ ਰੂਲ ਹੈ ਵੀ ਕਾਫੀ ਚੀਜ਼ਾਂ ਨੇ ਮੈਂ ਰੂਲ ਬਣਾਇਆ ਆਪਣੀ ਜ਼ਿੰਦਗੀ ਦੇ ਜਦੋਂ ਦਾ ਇਧਰ ਆਇਆ ਸੋਸ਼ਲ ਮੀਡੀਆ 'ਚ ਮੈਂ ਪ੍ਰਾਈਵੇਟ ਜੌਬ ਲੱਗਿਆ ਉਦੋਂ ਮੈਂ ਵੀ ਸ਼ਾਇਦ ਸੋਚਦਾ ਹੁੰਦਾ ਜੀ ਕਿਤੇ ਨਾ ਕਿਤੇ ਵੀ ਬਾਹਰ ਵਾਲੀ ਕੁੜੀ ਮਿਲ ਜੇ ਬਾਹਰ ਵਾਲਾ ਕੋਈ ਬੰਦਾ ਮਿਲ ਜੇ ਮੈਂ ਬਾਹਰ ਭਾਗਿਆ ਹੂੰ ਠੀਕ ਹੈ ਜੀ ਕਿਉਂਕਿ ਜਦੋਂ ਮੈਂ ਪਲੱਸ 2 ਕੀਤੀ ਆ ਮੈਂ ਬੀਬੀਏ ਕੀਤੀ ਐ ਐਮਬੀਏ ਕੀਤੀ ਆ ਉਦੋਂ ਬਾਹਰ ਤਾਂ ਸਾਡੇ ਮਾਨਸਾ 'ਚ ਕਰੇਜ ਨਹੀਂ ਹੈਗਾ ਸੀਗਾ ਜਿਵੇਂ ਬਾਈ ਸਿੱਧੂ ਹਰੀ ਜਦੋਂ ਗਏ ਨੇ ਉਹ ਸਾਤੋਂ ਛੋਟ ਨੇ 4-4-5-5 ਸਾਲ ਪਰ ਜਦੋਂ ਸਾਡੀ ਉਮਰ 'ਚ ਉਦੋਂ ਇੰਨਾ ਕਰੇਜ ਨਹੀਂ ਹੈਗਾ ਸੀ ਉਦੋਂ ਹੈਗਾ ਜੀ ਦੁਆਬੇ ਮਾਝੇ 'ਚ ਤੇ ਜabb ਠੰਡਾ ਸਾਈਡ ਹੋਊਗਾ ਮਾਨਸਾ ਦਾ ਸਾਡੇ ਆਈਲੈਂਡ ਸੈਂਟਰ ਨਹੀਂ ਹੈਗਾ ਸੀਗਾ ਨਹੀਂ ਠੰਡੇ ਵੀ ਹੈ ਨਹੀਂ ਸੀ ਉਦੋਂ ਬਾਤ ਚ ਹੀ ਚੱਲੇ ਉਦੋਂ ਬਾਤ ਹੀ ਚੱਲੇਗੀ ਪਰ ਜਦੋਂ ਮੈਂ ਜੋਬ ਲੱਗਿਆ ਪ੍ਰਾਈਵੇਟ ਹੂੰ ਮੈਨੂੰ ਮਤਲਬ ਇਹ ਲੱਗਿਆ ਮੈਂ 16000 ਤੇ ਬਈ ਜੋਬ ਸਟਾਰਟ ਕੀਤੀ ਸੀ ਜਿਸ ਦਿਨ ਮੈਂ ਲਾਸਟ ਦਿਨ ਸੀ ਉਦੋਂ ਮੇਰੀ 72000 ਸੈਲਰੀ ਸੀ ਤਾਂ ਇਹ ਸੋਚਿਆ ਮੈਂ ਵੀ ਮੈਂ ਇੱਥੇ ਵੀ ਲੱਖ ਰੁਪਇਆ ਕਮਾਉਣ ਲੱਗਿਆ ਬ੍ਰਾਂਚ ਮੈਨੇਜਰ ਆ ਮੇਰੇ ਅੰਡਰ 10 ਬੰਦੇ ਕੰਮ ਕਰਦੇ ਆ ਵਧੀਆ ਰੋਤਵਾ ਸ਼ਾਮ ਨੂੰ ਘਰੇ ਆ ਜਣੇ ਆ ਚਲੋ ਪ੍ਰਾਈਵੇਟ ਜੋਬ ਜੀ ਸਾਨੂੰ ਪਤਾ ਹੈ ਹੈਡੈਕ ਤਾਂ ਹੈਗੀ ਆ ਟੈਨਸ਼ਨ ਰਹਿੰਦੀ ਆ ਬੰਦੇ ਨੂੰ ਮੈਂ ਉੱਥੇ ਦੇਖਿਆ ਵੀ ਆਪਣੇ ਲੋਕਾਂ ਦੇ ਜਿਹੜੇ ਮੇਰੇ ਕੋਲ ਨੌਜਵਾਨ ਮੁੰਡੇ ਜਾਂ ਕੋਈ ਮੈਨੂੰ ਹੁਣ ਵੀ ਮਿਲਦੇ ਆ ਉਹਨਾਂ ਦੀ 100 ਜੀ ਇੱਕ ਸਿਰਫ ਇਹ ਆ ਉਹ ਮੇਰਾ 2 ਸਾਲ ਦਾ ਜਾਂ ਮੇਰਾ 9 ਸਾਲ ਦਾ ਫ ਮਾਲੋ ਮੇਰਾ 15 ਸਾਲ ਨਹੀਂ ਦੇਖਦੇ ਵੀ ਮਿਹਨਤ ਕਿੱਥੇ ਕੀਤੀ ਅੱਜ ਕਿੱਥੇ ਕਿਵੇਂ ਆਇਆ ਉਹ ਸਿਰਫ ਇਹ ਦੇਖਦੇ ਵੀ ਅੱਜ ਇਹ ਬੰਦਾ ਇਹਨੇ ਦਫ਼ਤਰ ਕਰ ਲਿਆ ਇਹਨੇ ਆਹ ਕਰ ਲਿਆ ਇਹਨੇ ਗੱਡੀ ਦੀ ਲੈਣ ਦੀ ਸੋਚ ਰਿਹਾ ਇਹਦੇ ਕੋਲੇ ਰੁਪਏ ਆ ਗਏ ਵੀ ਇੰਨੇ ਸਾਨੂੰ ਅੱਜ ਪਹਿਲੇ ਦਿਨ ਆ ਜਾਣ ਪਰ ਪਹਿਲੇ ਦਿਨ ਕਦੇ ਵੀ ਨਹੀਂ ਹੋਣਗੇ ਜੇ ਮੈਂ 16000 ਤੇ ਨੌਕਰੀ ਲੱਗਿਆ ਜੇ ਮੈਂ ਉੱθεν ਛੱਡਦਾ 16000 ਤੇ ਹੀ ਰਹਿਣਾ ਸੀ ਜੇ ਮੈਂ ਉੱਥੇ ਰੈਗੂਲਰ ਵਰਕ ਕੀਤਾ ਮਿਹਨਤ ਕੀਤੀ ਤਾਂ ਮੈਂ 7 ਸਾਲਾਂ 'ਚ 9 ਸਾਲਾਂ 'ਚ 72000 ਤੇ ਪਾ ਗਿਆ ਮਤਲਬ ਕਿ ਆਪਾਂ ਨੂੰ ਜਿੰਨੀ ਚਾਹੇ ਜੀ ਤੁਸੀਂ ਮਿਹਨਤ ਕਰ ਲੇਗੇ ਉੰਨਾ ਹੀ ਮਿੱਠਾ ਮਿਲ ਲਈ ਜਾਣਾ ਤੇ ਜਿਆਦਾਤਰ ਹੁਣ ਨੌਜਵਾਨੇ ਜਿਹੜੇ ਮਿਹਨਤ ਕਰਕੇ ਰਾਜੀ ਆ ਇੱਕੇ ਬਾਹਰ ਦੀ ਰੀਸ ਨੇ ਬਹੁਤ ਮਾਰੇ ਹੋਏ ਆ ਲੋਕ ਵੀ ਹਰੇਕ ਨੂੰ ਕੀ ਐ ਨਾ ਜਦੋਂ ਚਾਰ ਟੈਸਟਾਂ ਦੀ ਕੋਈ ਤਿਆਰੀ ਕਰਦਾ ਮੇਰੇ ਬਹੁਤ ਰਿਲੇਟਿਵ ਨੇ ਮੇਰੇ ਬਹੁਤ ਫਰੈਂਡ ਨੇ ਜਿਹੜੇ ਐਸ ਐਚਓ ਚੰਗੀਆਂ ਪੋਸਟਾਂ ਤੇ ਲੱਗੇ ਆ ਸੀਬੀਆਈ ਤੱਕ ਮੇਰੇ ਨਾਲ ਦੇ ਮਿੱਤਰ ਲੱਗੇ ਨੇ ਪਰ ਉਹਨਾਂ ਦਾ ਫੋਕਸ ਕੀ ਸੀ ਵੀ ਚਾਰ ਸਾਲ ਤਿਆਰੀ ਕਰਨੀ ਐ ਅਸੀਂ ਜੋਬ ਹੀ ਲੈਣੀ ਆ ਤੇ ਜਿਹੜੇ ਉੱਥੇ ਟੁੱਟ ਗਏ 1 ਸਾਲ ਬਾਅਦ ਵੀ ਯਾਰ ਕਿੱਥੇ ਯਾਰ ਬਹੁਤ ਕੰਪੀਟੀਸ਼ਨ ਐ ਉਹ ਬਾਹਰ ਬੈਠੇ ਤੇ ਬਾਹਰ ਉਹਨਾਂ ਦਾ ਹੁਣ ਮੈਨੂੰ ਇਹ ਫੋਨ ਆਉਂਦਾ ਵੀ ਭਾਈ ਸਾਨੂੰ ਇਹ ਨਹੀਂ ਪਤਾ ਲੱਗਦਾ ਸੋਮਵਾਰ ਕਦੋਂ ਆ ਵੀਰਵਾਰ ਕਦੋਂ ਆ ਸ਼ੁੱਕਰਵਾਰ ਕਦੋਂ ਆ ਹੂੰ ਸਾਨੂੰ ਗੁਰੀ ਤੇਰੀ ਵੀਡੀਓ ਦੇਖ ਕੇ ਪਤਾ ਲੱਗਦਾ ਵੀ ਦੁਨੀਆ ਕਿੱਥੇ ਵਸ ਰਹੀ ਆ ਅਸੀਂ ਤੇਰੇ ਨਾਲ ਜੁੜੇ ਰਹਿਣੇ ਆ ਮੈਂ ਉਹਨੂੰ ਕਹਿ ਦਿੰਨਾ ਹਜੇ ਵੀ ਵਾਪਸ ਆ ਜਾਓ ਹਾਂ ਕੋਈ ਮਰਜ਼ੀ ਕੰਮ ਕਰ ਲਓ ਵੀਡੀਓ ਮੈਂ ਦੱਸ ਪਾਉਂਗਾ ਹੂੰ ਪੰਜਾਬ ਆ ਕੇ ਤੁਸੀਂ ਕੰਮ ਤੋਰੋ ਮੈਂ ਮੇਰਾ ਫੋਕਸ ਵੀ ਰਹਿੰਦਾ ਬਈ ਜੋ ਕੋਈ ਕੈਨੇਡਾ ਅਮਰੀਕਾ ਛੱਡ ਕੇ ਆਉਂਦਾ ਮੈਂ ਉਹਦੀ ਵੀਡੀਓ ਵੀ ਕਰਦਾ ਤੇ ਫਿਰ ਹੀ ਆਫ ਕੋਸਟ ਕਰਦੇ ਕਿਸੇ ਤੋਂ ਅਸੀਂ ਰੁਪਈਆ ਨਹੀਂ ਲੈਂਦੇ ਹੂੰ ਤੇ ਕਿਉਂਕਿ ਸਾਨੂੰ ਇਹ ਹੁੰਦਾ ਹੈ ਵੀ ਕਿਸੇ ਨਾ ਕਿਤੇ ਨਾ ਕਿਤੇ ਪੰਜਾਬ ਮੈਨੂੰ ਪਤਾ ਵਾਪ ਉੱਥੇ ਆਪਾਂ ਬਗਾਨੇ ਮੁਲਕ 'ਚ ਵੀ ਇੰਨੇ ਔਖੇ ਹੁੰਦੇ ਆ ਇੱਥੇ ਅਸੀਂ ਇੱਕ ਪ੍ਰਾਈਵੇਟ ਸੈਕਟਰ 'ਚ ਔਖੇ ਹੁੰਦੇ ਆ ਤੇ ਬਗਾਨੇ 'ਚ ਤਾਂ ਪਤਾ ਨਹੀਂ ਕੀ ਹੁੰਦਾ ਉੱਥੇ ਗਾਹਾਂ ਪ੍ਰਾਈਵੇਟ ਸੈਕਟਰ ਹਾਲਾਂਕਿ ਕਈ ਵੀ ਗੱਲ ਆ ਜਿਵੇਂ ਅਸੀਂ ਰਿਵਰਸ ਮਾਈਗ੍ਰੇਸ਼ਨ ਤੇ ਬਹੁਤ ਇੰਟਰਵਿਊਜ਼ ਕਰੀਆਂ ਗੀਆਂ ਜਾਂ ਬਹੁਤ ਇਹ ਗੱਲ ਤੇ ਟਾਪਿਕ ਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਹਨਾ ਕਾਫੀ ਗੱਲਾਂ ਜਿਹੜੀਆਂ ਬੰਦੇ ਪੋਜ਼ਿਟਿਵ ਲੈਂਦੇ ਆ ਕਈ ਬੰਦੇ ਨੈਗੇਟਿਵ ਲੈਂਦੇ ਆ ਪਰ ਉਹਨਾਂ ਨੂੰ ਵੀ ਆਪਣਾ ਇਹ ਦੱਸਣ ਦਾ ਹੁੰਦਾ ਜਿਵੇਂ ਤੁਸੀਂ ਗੱਲ ਕਰ ਰਹੇ ਮੈਂ ਮੈਂ ਥੋੜੀ ਗੱਲ ਉੱਤੇ ਇੱਕ ਗੱਲ ਫੜ ਰਹੇ ਹਾਂਗਾ ਵੀ ਅਸੀਂ ਨਿੰਦ ਵੀ ਆਪਣੇ ਪੰਜਾਬ ਨਾਲ ਆਏ ਹੋ ਰਿਹਾਗਾ ਆਏ ਹੋ ਰਿਹਾਗਾ ਜਿਵੇਂ ਗਿਲਰਾਉਂ ਤੇ ਨਾਲ ਆਪਾਂ ਗੱਲਬਾਤ ਕਰੀਓ ਕਹਿੰਦਾ ਹੋਣਾ-ਹੋਣਾ ਤਾਂ ਕੁਛ ਨਹੀਂ ਜੀ ਵੀ ਔਖਾ ਟਾਈਮ ਆ ਔਖਾ ਟਾਈਮ ਲੰਘ ਜਾਣਾਗਾ ਲੰਘ ਜਾਣਾ ਬਈ ਪਰ ਗੱਲ ਇਹ ਆ ਵੀ ਆਪਾਂ ਗੱਲ ਕਰ ਰਹੇ ਹਾਂ ਵੀ ਆਪਦੇ ਵਾਪਸ ਘਰ ਪਰਤਣ ਦੀ ਬਸ ਬਿਲਕੁਲ ਸਹੀ ਬਈ ਹੁਣ ਬਈ ਇੱਕ ਇਹਦੇ ਵਿੱਚ ਹੋਰ ਵੱਡੀ ਜਿਹੜੀ ਤੁਸੀਂ ਇਹ ਅਲੱਗ ਵੀ ਤੁਸੀਂ ਨਾ ਇੱਕ ਚਾਹੇ ਰੀਲ ਬਣਾ ਕੇ ਪਾਇਓ ਕਿਉਂਕਿ ਇਹ ਚੀਜ਼ ਵਾਇਰਲ ਹੋਣੀ ਚਾਹੀਦੀ ਆ ਜੀ ਇੱਕ ਮੈਨੂੰ ਮਿੱਤਰ ਦਾ ਫੋਨ ਆਇਆ ਕਹਿੰਦਾ ਯਾਰ ਬਈ ਤੂੰ ਕਰੋੜ-ਕਰੋੜ ਦੀਆਂ ਕੋਠੀਆਂ ਦਿਖਾਈ ਜਾਂਦਾ ਹਾਂ ਵੀ ਯਾਰ ਕੀ ਐ ਚੁ ਕੀ ਮਿਲੂਗਾ ਕਹਿੰਦਾ ਪੰਜਾਬ ਨੂੰ ਮਗਾ ਜਿਹੜੀਆਂ ਕਰੋੜ ਕਰੋੜ ਦੀਆਂ ਕੋਠੀਆਂ ਹਨ ਇਹ ਬਾਹਰਲੇ ਦੇ ਜਿਆਦਾ ਨੇ ਮੇਰੇ ਮਿੱਤਰਾਂ ਦੀਆਂ ਜਿਹੜੇ ਨੇ ਉੱਥੇ ਮਿਹਨਤਾਂ ਕਰਕੇ ਟਰੱਕ ਚਲਾ ਕੇ ਇੱਥੇ ਰੁਪਿਆ ਭੇਜਿਆ ਪਰ ਜੇ ਹਰ ਇੱਕ ਪੰਜਾਬੀ ਜਿਹੜਾ ਬਾਹਰ ਜਾ ਕੇ 10 ਕਰੋੜ ਕਮਾਉਂਦਾ ਹੈ ਜੋ 1 ਕਰੋੜ ਇੱਕ ਦਾ ਕੋਠੀ ਤੇ ਲਾ ਦੇ ਟਰੈਕਟਰ ਗੱਡੀ ਜੋ ਵੀ ਆਪਣੇ ਸੰਦ ਸੰਦੇੜੇ ਆ ਜਾ ਆਪਣੇ ਖੇਤ ਫਾਰਮ ਹਾਊਸ ਪਾ ਲਈ ਵੀ ਮੈਂ ਕਹਣਾ 1 ਕਰੋੜ ਇੱਕ ਪੰਜਾਬੀ ਸਾਨੂੰ ਦੇ ਦੇ ਤਾਂ ਉਹ ਜੋ ਕਰੋੜ ਚੋਂ 40 ਲੱਖ ਆਪਣਾ ਸੈਂਟਰ ਨੂੰ ਜਾਊਗਾ ਹੂੰ ਕਿਉਂਕਿ ਟੈਕਸ ਵਗੈਰਾ ਵੀ ਦੇਣਾ ਆਪਾਂ ਸਾਰਾ ਕੁਝ ਪਰ 60 ਲੱਖ ਜੇ ਆਪਣੇ ਪਿੰਡ ਚ ਲੱਗ ਗਿਆ ਉਹ ਇੱਕ ਤਰ੍ਹਾਂ ਦਾ ਕਿਉਂਕਿ ਮਿਸਤਰੀ ਵੀ ਆਪਣੇ ਬਿਲਕੁਲ ਮਜ਼ਦੂਰ ਵੀ ਆਪਣੇ ਨੇ ਕੋਈ ਉਹਨਾਂ ਦਾ ਰਿਸ਼ਤੇਦਾਰ ਉਹਨੇ 6 ਮਹੀਨੇ ਰੱਖਣਾ ਵੀ ਆ ਵੀ ਤੂੰ ਸਾਡੀ ਕੋਠੀ ਬਣਵਾਈ ਬਾਈ ਉਹਨੂੰ ਵੀ ਖਰਚਾ ਪਾਣੀ ਦੇਣਾ ਤਾਂ ਮਤਲਬ ਜੇ 60 ਲੱਖ ਇੱਕ ਬੰਦਾ ਦਿੰਦਾ ਤਾਂ ਪੰਜਾਬ ਜਿਹੜਾ ਅਮੀਰੀ ਵੱਲ ਆ ਜਾਊਗਾ ਵਾਪਸ ਉਹ ਬੰਦਾ ਨੂੰ ਆਪਾਂ ਉੱਥੇ ਨਹੀਂ ਲੰਨ ਸਕਦੇ ਕਿਉਂਕਿ ਹੁਣ ਜਿਹੜਾ ਉਹਨਾਂ ਨੇ ਰੁਪਈਆ ਲਾ ਦੇਣਾ ਉਹ ਭਈ ਆਪਾਂ ਇੱਥੇ ਕਿੰਨਾ ਮਰਜ਼ੀ ਕਮਾ ਲਈ ਆਪਣੇ ਤੋਂ ਨਹੀਂ ਲੱਗ ਸਕਦਾ ਉਹ ਵੀ ਇੱਕ ਮੈਸੇਜ ਆ ਮੇਰਾ ਵੀ ਸਾਰੇ ਮਿੱਤਰ ਆ ਜਿਹੜੇ ਬਾਹਰ ਬੈਠੇ ਉਹ ਜਰੂਰ ਇਹ ਨਾ ਕਰੋ ਵੀ ਇੱਥੋਂ ਜ਼ਮੀਨਾਂ ਵੇਚ ਕੇ ਜਾਓ ਤੁਸੀਂ ਜ਼ਮੀਨਾਂ ਵੇਚਦੇ ਹੋ ਤਾਂ ਬਾਅਦ ਚ ਮੈਸੇਜ ਆਉਂਦੇ ਨੇ ਭਾਈ ਦਿੱਲੀ ਦੇ ਬੰਦੇ ਜ਼ਮੀਨਾਂ ਲਈ ਜਾਂਦੇ ਪੰਜਾਬ ਦੀਆਂ ਮੇਰੇ ਕੋਲ ਬਹੁਤ ਮੈਸੇਜ ਆਉਂਦੇ ਆ ਵੀ ਆਹ ਸੜਕ ਬਣੋ ਭਾਈ ਇੱਥੋਂ ਦੀ ਮੈਂ ਤੁਹਾਨੂੰ ਕੀ ਬਤਾ ਸੜਕ ਬਣੋ ਵੀ ਦਿੱਲੀ ਵਾਲੇ ਬੰਦਿਆਂ ਨੇ ਭਾਈ 250 ਕਿੱਲਾ ਲੈ ਲਿਆ ਸੜਕ ਤੇ ਵੀ ਆਹ ਏਰੀਆ ਚ ਮੈਂ ਕਿਹਾ ਉਹ ਸੜਕ ਨਹੀਂ ਬਣਨੀ ਭਾਈ ਉਹਨਾਂ ਕੋਲੇ ਚਾਰ ਪੀਏ ਨੇ ਉਹ ਸਹੀ ਥਾਂ ਤੇ ਲਾਰੇ ਨੇ ਉਹਨਾਂ ਨੂੰ ਪਤਾ ਸਿਆਉਣਾ ਮਿੱਟੀ ਪੰਜਾਬ ਦੀ ਆ ਤੇ ਆਪਣੇ ਬੰਦੇ ਵੇਚ ਕੇ ਜਾ ਰਹੇ ਨੇ ਮੈਂ ਆਪਣੇ ਵਾਲ ਨੂੰ ਇਹ ਕਹਿਣਾ ਵੀ ਚਾਹੇ ਅਣਖ ਲਈ ਲੈ ਲੋ ਚਾਹੇ ਪੰਜਾਬ ਲਈ ਲੈ ਲੋ ਚਾਹੇ ਆਪਦੇ ਬਜ਼ੁਰਗਾਂ ਲਈ ਲੈ ਲੋ ਪਰ ਆਪਦੀ ਜ਼ਮੀਨ ਲੈ ਲੋ ਇੱਥੇ ਚਾਹੇ ਆਪਦਾ ਘਰ ਪਾ ਲੋ ਪਰ ਇੱਥੇ ਆਉਣਾ ਜਾਣਾ ਤੁਹਾਡਾ ਲੱਗਿਆ ਰਹੂ ਤੁਹਾਡੇ ਬੱਚੇ ਸਾਡੇ ਨਾਲ ਜੁੜੇ ਰਹਿਣਗੇ ਆਪਣਾ ਪੰਜਾਬ ਬਚਿਆ ਰਹੂਗਾ ਤੇ ਇੱਕ ਜਿਹੜੀ ਬਾਈ ਗਿਲਰਾਂ ਤੇਲ ਤੁਸੀਂ ਗੱਲ ਦਾ ਆਦੇ ਸੀ ਵੀ ਹੋਣਾ ਹੋਣਾ ਹੋ ਕੁਝ ਨਹੀਂ ਸਕਦਾ ਗੁਰੂ ਦੀਆਂ ਫੌਜਾਂ ਨੂੰ ਕਦੇ ਕੁਝ ਹੋਇਆ ਨਹੀਂ ਨਾ ਆਪਾਂ ਹੁਣ ਦੇਈ ਹਾਂ ਜਿੰਨਾ ਯਾਰ ਕਹਿੰਦੇ ਹੁੰਦੇ ਵੀ ਬੈਠੇ ਆ ਖੂਨ ਹੈਗਾ ਉਹਨਾਂ ਜਿਹੜਾ ਕਿਤੇ ਬਈ ਤੁਸੀਂ ਵਗ ਜਿਓ ਆਪਾਂ ਨੂੰ ਕਿਸੇ ਮਰਜ਼ੀ ਬੱਚੇ ਨੂੰ ਛੇੜ ਦੇ ਤੁਸੀਂ ਪੰਜਾਬੀ ਨੂੰ ਜਿੰਨਾ ਮਰਜ਼ੀ ਉਹ ਕਮਜ਼ੋਰ ਹੈ ਪਰ ਜਦੋਂ ਆਪਣੇ ਆਪ ਤੇ ਆਉਂਦਾ ਉਹ ਤਾਂ ਗੁਰੂ ਨੇ ਬਸ ਕਿਰਪਾ ਕੀਤੀ ਨਹੀਂ ਮੈਂ ਆਪਾਂ ਅਕਸਰ ਮੈਂ ਗੱਲ ਕਰਦਾ ਹਾਂ ਨਾ ਵੀ ਜੇ ਨਸ਼ਾ ਲੱਗਿਆ ਨਸ਼ੇਲਾ ਨਸ਼ੇ ਵਾਲਾ ਟੀਕਾ ਲੱਗਿਆ ਹੋਵੇ ਉਹਨੂੰ ਵੀ ਪੁੱਛ ਲੋਂਗੇ ਵੀ ਅਸੀਂ ਕੌਣ ਆ ਤਾਂ ਜਵਾਬ ਦਿੰਦਾ ਉਹ ਉਹ ਬੋਲਦਾਗਾ ਬਾਲੇ ਮਾਰਦਾ ਹਾਂ ਹਾਂ ਬਾਲੇ ਮਾਰਦਾ ਇਹ ਖੂਨ ਇਹ ਤਾਂ ਇਹ ਤਾਂ ਧਰਤੀ ਦਾ ਖੂਨ ਹੀ ਹੈ ਇਹ ਖਤਮ ਨਹੀਂ ਹੋ ਸਕਦੀ ਕਦੇ ਜੀ ਖੂਨ ਹਾਂ ਦੇਰਬਿਆਂ ਦੇ ਵਿੱਚ ਜਿਵੇਂ ਤੁਸੀਂ ਆਹ ਫੀਲਡ ਦੇ ਵਿੱਚ ਆਏ ਹੋ ਜੀ ਬਾਈ ਕਦੇ ਕੋਈ ਇਹ ਜੀ ਚੀਜ਼ ਦੇਖੀ ਆ ਵੀ ਪੰਗਾਰੇ ਯਾਰ ਰਲਿਆ ਯਾਰ ਜਾਂ ਕੁਝ ਗਲਤ ਜਾ ਕਰ ਲਿਆ ਕੋਈ ਇਹ ਜੀ ਘਟਨਾ ਕੋਈ ਹੋਈ ਹੋਵੇ ਜਾਂ ਕੋਈ ਗੱਲਬਾਤ ਸਾਂਝੀ ਕਰਨੀ ਹੋਵੇ ਨਹੀਂ ਬਾਈ ਜਿਵੇਂ ਨਾਰਮਲ ਰਹਿੰਦੇ ਵੀ ਕੰਪੀਟੀਸ਼ਨ ਜਦੋਂ ਹੋ ਜਾਂਦਾ ਹੈ ਹਾਂ ਕੰਪੀਟੀਸ਼ਨ ਦੇ ਵਿੱਚ ਚੰਗੇ ਵੀ ਬਹੁਤ ਨੇ ਮਾੜੇ ਵੀ ਬਹੁਤ ਨੇ ਹਾਂ ਤੇ ਜਿਹੜੇ ਮਾੜੇ ਅਨਸਰ ਹੈ ਉਹ ਕਿਤੇ ਨਾ ਕਿਤੇ ਛੇੜਦੇ ਨੇ ਕੁਝ ਕਰਦੇ ਨੇ ਅਸਲ 'ਚ ਇਹ ਵੀ ਆ ਗੁਰੂ ਵੀ ਕੰਪੀਟੀਸ਼ਨ ਤੋਂ ਬਣਾ ਸੁਆਦ ਵੀ ਨਹੀਂ ਆਉਂਦਾ ਸੁਆਦ ਵੀ ਨਹੀਂ ਆਉਂਦਾ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਸਿੱਖਿਆ ਜੀ ਤੇ ਕੁਝ ਬਈ ਬੈਂਕ ਨੇ ਬਹੁਤ ਸਾਨੂੰ ਮਤਲਬ ਇਹ ਚੀਜ਼ ਸਿਖਾਈ ਆ ਕਿਉਂਕਿ 9 ਸਾਲ ਦੀ ਨੌਕਰੀ ਪ੍ਰਾਈਵੇਟ ਸੀ ਸਾਨੂੰ ਕੋਈ ਕਸਟਮਰ ਬੋਲ ਜਾਂਦਾ ਅਸੀਂ ਬੋਲ ਨਹੀਂ ਸਕਦੇ ਸੀ ਸਾਨੂੰ ਉੱਪਰੋਂ ਬੋਲ ਦੇਣਾ ਬੌਸ ਨੇ ਅਸੀਂ ਬੋਲ ਨਹੀਂ ਸਕਦੇ ਮਤਲਬ ਸਾਡੇ ਮੂੰਹ ਬੰਦ ਕੀਤੇ ਹੋਏ ਸੀਗੇ ਤੇ ਇਹ ਫੀਲਡ ਦੇ ਵਿੱਚ ਤਾਂ ਅਸੀਂ ਕੀ ਆ ਵੀ ਜੇ ਕੋਈ ਸਾਡੇ ਨਾਲ ਉਨੀ ਕੀ ਕਰਦਾ ਸਾਨੂੰ ਆ ਲੱਗਦਾ ਵੀ ਇਹ ਤਾਂ ਕੁਝ ਵੀ ਨਹੀਂ ਇਹਦੀ ਸੋਚ ਬਹੁਤ ਛੋਟੀ ਆ ਵੀ ਅਸੀਂ ਤਾਂ ਦਿਨ ਰਾਤ ਬੈਂਕ ਦੇ ਵਿੱਚ ਮਤਲਬ ਸਾਡੇ ਟੌਪ ਲੈਵਲ ਤੱਕ 20 ਵੀ ਕੌਨ ਕੌਲਾਂ ਚੱਲਨੀ ਆਉਂਦੀ ਆ ਉਹਨਾਂ ਨਾਲ ਉੱਥੇ ਟਾਰਗੇਟ ਮਿਲਦੇ ਆ ਟਾਰਗੇਟ ਉਹ ਟਾਰਗੇਟ ਨਿਵੇੜੋ ਫਿਰ ਘਰੇ ਜਾਓ ਤੇ ਅਸੀਂ ਤਾਂ ਉਦੋਂ ਨਹੀਂ ਗੋਲੇ ਮਖਾਏ ਇਹ ਚੀਜ਼ਾਂ ਸਾਡੇ ਲਈ ਕੁਝ ਮੈਟਰ ਨਹੀਂ ਕਰਦੀਆਂ ਤੇ ਵੱਧ ਭਾਈ ਮੈਂ ਪੋਜ਼ਿਟਿਵ ਰਹਿਣਾ ਮੇਰੇ ਕੋਲੇ ਜੇ ਕੋਈ ਗੱਲ ਕਰਦਾ ਵੀ ਭਾਈ ਰਤਨ ਜਰ ਆਏ ਆ ਤਾਂ ਮੈਂ ਆਖੂ ਆ ਯਾਰ ਭਾਈ ਉਹ ਉਵੇਂ ਆ ਆਪਾਂ ਆਵੇਂ ਆ ਬਸ ਗੱਲ ਖਤਮ ਆਪਾਂ ਦੂਜੀ ਗੱਲ ਨਹੀਂ ਅੱਗੇ ਵਧਾਉਂਦੇ ਵੀ ਹਾਂ ਯਾਰ ਮੈਨੂੰ ਵੀ ਐ ਲੱਗਿਆ ਕਿਉਂਕਿ ਜਦੋਂ ਦੂਜੀ ਗੱਲ ਵਧਾਵਾਂਗੇ ਜਿਹੜਾ ਬੰਦਾ ਅੱਜ ਮੇਰੇ ਕੋਲੇ ਆ ਕੇ ਇਹ ਕਹਿ ਰਿਹਾ ਉਹ ਕੱਲ ਨੂੰ ਤੁਹਾਡੇ ਕੋਲੇ ਉਹ ਵੀ ਗੁਰੀ ਭਈ ਆਈ ਹਾਂ ਹਾਂ ਤਾਂ ਉਸ ਕਰਕੇ ਉਹਨੂੰ ਆਪਾਂ ਗੱਲ ਨੂੰ ਬਸ ਉੱਥੇ ਹੀ ਡਾਇਲੋਗ ਕੱਟ ਮਾਰ ਦੇਈਦਾ ਤੇ ਆਪਦਾ ਪੁਆਇੰਟ ਬਰਹੀਦਾ ਪੁਆਇੰਟ ਉਮ ਰਹਿਣਾ ਬਾਈ ਪੁਆਇੰਟ ਵੀ ਰਿਸਪੌਂਸ ਮਿਲ ਰਿਹਾ ਥੈਂਕ ਯੂ ਇੱਕ ਮੇਰੇ ਹੋਰ ਗੱਲ ਯਾਦ ਆ ਗਈ ਆ ਗੱਲ ਤੋਂ ਗੱਲ ਯਾਦ ਆ ਗਈ ਉਹ ਜਿੱਮੇ ਅਸੀਂ ਜਿੱਦਣ ਇਹ ਪਾਇਆ ਨਾ ਪਹਿਲਾਂ ਜੀ ਬਈ ਟ੍ਰੇਲਰ ਪਾਇਆ ਗਿਆ ਇਹਦਾ ਪਿਆਮੀ ਪੌਡਕਾਸਟ ਦਾ ਸੀ ਉਹ ਚ ਇੱਕ ਸ਼ਬਦ ਬੋਲਿਆ ਸੀ ਵੀ ਇਹ ਡਿਜੀਟਲ ਚੁਗਲਿੰਗ ਵਾਲਾ ਪਲੈਟਫਾਰਮ ਆ ਠੀਕ ਆ ਬਈ ਜਿਵੇਂ ਮਰਜੀ ਲੈ ਲੋ ਯਾਰ ਹਨਾ ਕੋਈ ਕਹਿ ਦਿੰਦਾ ਜਿਵੇਂ ਸੀ ਇੱਕ ਇਹ ਗੱਲ ਵੀ ਕਹੀ ਸੀ ਵੀ ਖਬਰਾਂ ਦੇ ਸ਼ਬਦਾਂ ਤੋਂ ਦੂਰ ਸੱਥਾਂ ਦੇ ਨੇੜੇ ਉਹ ਕਈ ਬੰਦੇ ਨੇ ਮੈਨੂੰ ਸਾਡੇ ਪੱਤਰਕਾਰਾਂ ਦੇ ਫੋਨ ਆਏ ਉਹ ਕਹਿੰਦੇ ਯਾਰ ਸੱਥਾਂ ਚ ਵੀ ਖਬਰਾਂ ਡਿਸਕਸ ਹੁੰਦੀਆਂ ਗਈਆਂ ਸਾਡਾ ਮੁੰਡਾ ਇੱਕ ਇਧਰੋਂ ਮਲੋਟ ਏਰੀਆ ਚੋਂ ਕਹਿੰਦਾ ਯਾਰ ਵੀ ਇਹ ਕਿਵੇਂ ਵੱਖਰਾ ਕਿਵੇਂ ਆ ਉਹ ਮੈਂ ਕਹਿ ਰਹੀ ਸੀ ਜੋ ਕਰਾਂਗੇ ਨਾ ਉਦੋਂ ਵੱਖਰਾ ਵਾਹੇ ਆਪੇ ਵੱਖਰਾ ਬਣ ਜਾਣਾ ਵੱਖਰਾ ਬਣ ਜਾਣਾ ਫੜੇ ਜਿਹੜੀ ਗੱਲ ਆ ਗਈ ਸੀ ਕਹਿ ਤੀ ਅਸੀਂ ਬੜਾ ਸੋਚਿਆ ਸੋਚਿਆ ਨਹੀਂ ਅਸੀਂ ਅਸੀਂ ਪਹਿਲਾਂ ਲਿਖਿਆ ਲਿਖਿਆ ਨਹੀਂ ਸੀਗਾ ਵੀ ਲਾਈਵ ਕਨਸੈਪਟ ਹੈ ਸਾਡਾ ਫੇ ਪਤਾ ਸਾਨੂੰ ਵੀ ਨਹੀਂ ਪਤਾ ਵੀ ਕੀ ਆ ਪਰ ਸਾਨੂੰ ਪਤਾ ਹੈਗਾ ਵੀ ਕੁਛ ਨਾ ਕੁਛ ਜ਼ਰੂਰ ਆ ਤੇ ਕੋਹ ਨਾ ਕੁਛ ਹੋ ਜੂਗਾ ਹੈ ਵਧੀਆ ਹੀ ਹੋਊਗਾ ਵਧੀਆ ਹੀ ਹੋਊਗਾ ਇੱਕ ਗੱਲ ਹੁਣ ਯਾਦ ਆ ਗਈ ਇੱਕ ਕਈ ਬੰਦੇ ਇੱਕ ਬੰਦਾ ਸੀਗਾ ਉਹ ਕਹਿੰਦਾ ਯਾਰ ਗੁਰੀ ਘਰਾਂਗਣਾ ਜਿੱਥੋਂ ਮੈਨੂੰ ਪਤਾ ਲੱਗਿਆ ਵੀ ਗੁਰੀ ਘਰਾਂਗਣਾ ਉਹ ਕਹਿੰਦਾ ਵੀ ਇਹ ਬੰਦਾ ਲਾਈਵ ਉਹ ਦਸੀ ਜਾਂਦਾਗਾ ਵੀ YouTube ਬਾਰੇ ਵੀ ਇਹ ਮਾਰੂ ਜੀ ਮੈਂ ਕਿਹਾ ਵੀ ਇਹ ਕਿਵੇਂ ਮਾਰ ਦੂ ਉਹ ਕਹਿੰਦਾ ਯਾਰ ਇਹ ਕਹਿੰਦਾ ਕਹਿੰਦਾ ਆਪਣੇ ਦਾ ਕਹਿੰਦਾ ਵੀ ਉਹ ਪਰਦੀ ਖੁੱਲੀ ਜਾਂਦਾ ਹੈਗਾ ਵੀ ਪੈਸਾ ਕਿਵੇਂ ਆਉਂਦਾ ਕਿਵੇਂ ਉਹ ਆਉਂਦਾ ਵੀ ਮੈ ਕਾ ਵੀ YouTube ਕੜਾ ਆਪਣੇ ਮਾਮੇ ਦੇ ਮੁੰਡੇ ਦੀ ਆ ਵੀ YouTube ਕੜਾ ਕਿ ਕੋਈ ਨਹੀਂ ਫਿਰ ਵੀ ਉਹਨਾਂ ਨੇ ਵੀ ਆਪਾਂ ਨੂੰ ਦਿੱਤਾ ਵਾ ਵੀ ਜਿੱਦ ਦਿਨ ਉਹਨਾਂ ਨੂੰ ਕੁਛ ਆ ਇਹ ਜਾਂ ਲੱਗਿਆ ਉਹਨਾਂ ਨੇ ਚੱਕ ਕੇ ਆਪਾਂ ਨੂੰ ਮੱਖੀ ਵਾਂਗੂ ਮਾਰ-ਮਾਰਨਾਗਾ ਵੀ ਇਹ ਕੜਾ ਆਪਣੀਆਂ YouTube Facebook ਜਾਂ Snapchat ਜਾਂ ਕੋਈ ਵੀ ਚੀਜ਼ਾਂ ਆ ਗਈਆਂ ਵੀ ਆਪਾਂ ਉਹਦੇ ਕਿ ਦਿੱਤਾ ਵਾ ਯਾਰ ਉਹ ਵੀ ਆਪਣੇ ਪੈਸੇ ਕੱਢਦੇ ਆ 45 46% ਜਾਂ ਜੋ ਵੀ ਆ ਉਹ ਵੀ ਆਪਣੀ ਪਰਸੈਂਟੇਜ ਰੱਖਦੇ ਉਹਨਾਂ ਨੂੰ ਵੀ ਕਮਾਈ ਹੋ ਰਹੀ ਆ ਤਾਂ ਹੀ ਆਪਾਂ ਨੂੰ ਦੇ ਰਹੇ ਆ ਉਹ ਮੁਫਤੋਂ ਮੁਫਤੀ ਤਾਂ ਕੋਈ ਵੀ ਨਹੀਂ ਦਿੰਦਾ ਹਨ ਉਸ ਗੱਲ ਨੂੰ ਲੈ ਕੇ ਕਰੇ ਤੁਹਾਨੂੰ ਕੁਛ ਕਿਹਾਗਾ ਕਿਸੇ ਨੇ ਵੀ ਐ ਕਰਕੇ ਵੀ ਤੂੰ ਭਾਈ ਦੱਸਣ ਲੱਗਾ ਕਿਉਂ ਦੱਸਣ ਲੱਗਾ ਮੈਨੂੰ ਭਾਈ ਘਟੋ ਘਟ ਜੋ ਮੇਰੇ ਗਿਣਤੀ ਚ ਨੇ 10 ਤੋਂ 11 ਚੈਨਲ ਉਹ ਜੋ ਅੱਠ ਕ ਬਲੌਗਰ ਨੇ ਤਿੰਨ ਕ ਨਿਊ ਚੈਨਲ ਆਏ ਤੇ ਜਿਹਨਾਂ ਦੇ ਸਾੱਦੇ ਆਲੇ ਵੀ ਬੰਦੇ ਆ ਗਏ ਹਾਂ ਨਿਊ ਚੈਨਲਾਂ ਦੇ ਵੀ ਆਏ ਨੇ ਤੇ ਉਹਨਾਂ ਦੇ ਮੈਨੂੰ ਫੋਨ ਵੀ ਆਏ ਨੇ ਵੀ ਭਾਈ ਤੂੰ ਯਾਰ ਆ ਚੀਜ਼ ਨਾ ਦੱਸਿਆ ਕਰ ਤੂੰ ਐਂ ਦੱਸਦਿਆ ਕਰ ਵੀ ਆਏ ਨਾ ਕਰੇ ਕਰ ਆਏ ਨਾ ਦੱਸ ਹਾਂ ਮਖਾ ਜੀ ਦੱਸੋ ਪ੍ਰੋਬਲਮ ਮੈਂ ਕਹਾ ਤੁਸੀਂ ਚੈਨਲ ਕੀ ਤੋਂ ਹੈਂਡਲ ਕਰਦੇ ਹੋ ਕੀ ਤੋਂ ਕੰਮ ਲੈਨੇ ਹੋ ਮਤਲਬ ਜੇ ਕੋਈ ਪ੍ਰੋਬਲਮ ਹਾਂ ਵੀ ਅਸੀਂ ਉਹ ਕਹਿੰਦੇ ਆ ਡਿਜੀਟਲ ਕੰਪਨੀ ਤੋਂ ਆ ਡਿਜੀਟਲ ਕੰਪਨੀ ਤੋਂ ਮੈਂ ਕਹਿੰਦਾ ਕੰਪਨੀ ਕਿੱਥੋਂ ਦੀ ਆ ਹਾਂ ਦਿੱਲੀ ਦੀ ਆ ਕੋਈ ਕੋਈ ਕਿਤੋਂ ਦੀ ਆ ਚਲ ਚੰਡੀਗੜ੍ਹ ਦੀ ਵੇਗੀਆਂ ਕੋਈ ਮਹਾਲੀ ਦੀ ਹਾਂ ਹੈਗੀ ਆ ਮਹਾਲੀ ਚੰਡੀਗੜ੍ਹ ਦੀਆਂ ਮੈਂ ਕਹਾ ਜੇ ਇਹੀ ਚੀਜ਼ ਦਿੱਲੀ ਵਾਲਾ ਜੇ ਚੰਡੀਗੜ੍ਹ ਵਾਲਾ ਜੇ ਮਾਨਸਾ ਬੈਠੇ ਉਹੀ ਚੀਜ਼ ਤੋਂ ਮੈਂ ਕਹਾ ਮੈਰ ਪੀਏ ਕਮਾਰੇ ਹਾਂ ਹਾਂ ਨਾਲੇ ਮੈਂ ਲੋਕਾਂ ਨੂੰ ਸੇਧ ਦੇ ਰਿਹਾ ਸਭ ਤੋਂ ਵੱਡੀ ਗੱਲ ਮੈਂ ਕਹਾ ਮੇਰੇ ਮਾਨਸਾ ਦੇ ਮੁੰਡੇ ਨੂੰ ਸਿੱਧੂ ਕਰਕੇ ਅਸੀਂ ਬਹੁਤ ਅੱਗੇ ਆ ਹਾਂ ਪਰ ਸਾਡੇ ਬੀਜਾ ਮੈਂ ਕਹਾਂ ਨਾ ਬਸ ਨਹੀਂ ਜਾਂਦੀ ਮੇਰੇ ਪਿੰਡ ਵੀ ਨਹੀਂ ਜਾਂਦੀ ਬਸ ਬਈ ਹਾਂ ਤੇ ਮੈਂ ਕਿਹਾ ਸਾਡੇ ਜਿਹੜੇ ਮੁੰਡੇ ਆ ਉਹ ਮੇਰੇ ਕੋਲੇ ਆ ਜਾਂਦੇ ਨੇ ਉਹਨਾਂ ਨੂੰ ਸੰਗ ਨਹੀਂ ਲੱਗਦੀ ਵੀ ਸਾਡੇ ਮੁੰਡੇ ਉਹ ਮੈਥੋਂ ਪੁੱਛ ਕੇ ਸ਼ਾਇ ਚੈਨਲ ਚਲਾ ਲਾ ਨਾ ਕੋਈ ਨਸ਼ਿਆਂ ਤੋਂ ਵੱਜੇ ਹੁਣ ਮੇਰਾ ਇੱਕ ਮਿੱਤਰ ਹੈ ਬਾਹਰ ਗਿਆ ਉਹਨੇ ਟਿੱਬਿਆਂ ਤੋਂ ਕੈਨੇਡਾ ਚੈਨਲ ਬਣਾਇਆਗਾ ਤੇ ਉਹ 6 ਮਹੀਨੇ ਵਿਹਲਾ ਸੀ ਨਹੀਂ ਤਾਂ ਤਾਨਣ ਵਾਲੀ ਮਾਰ ਦਿੰਦੇ ਲੋਕ ਵੀ ਤੇਰੇ ਲਈ ਤਾਂ ਬੁਲਾਉਂਦੀ ਨਹੀਂ ਭਾਈ ਕੁੜੀ ਬਿਲਕੁਲ ਜਿਵੇਂ ਕਿ ਪ੍ਰੋਬਲਮ ਆਪਣੇ ਪਿੰਡਾਂ 'ਚ ਆਮ ਅਕਸਰ ਚੱਲਦਾ ਹੈ ਬਹੁਤ ਕੁਛ ਆ ਮਖਾ ਭਾਈ ਉਹ ਬੰਦਿਆਂ ਨੂੰ ਕੌਣ ਸਪੋਰਟ ਕਰੂਗਾ ਹਾਂ ਅੱਗੇ ਇੱਕ ਮੁੰਡਾ ਸੁਸਾਈਡ ਕਰ ਗਿਆ ਤਾਨਣਿਆ ਕਰਕੇ ਉਹ ਕਹਿੰਦੇ ਸੀ ਵੀ ਤੇਰੇ ਘਰ ਵਾਲੀ ਤੈਨੂੰ ਫੋਨ ਨਹੀਂ ਕਰਦੀ ਬੁਲਾਉਂਦੀ ਨਹੀਂ ਆਏ ਬਹੁਤ ਵੱਡਾ ਮਸਲਾ ਮਖਾ ਭਾਈ ਉਹ ਜਿਹੜੇ ਛੋਟੇ ਲੈਵਲ ਤੇ ਬੈਠੇ ਨੇ ਨ ਉਹ ਵੈਲਕਮ ਪਰ ਅਸੀਂ ਤਾਂ ਜ਼ਿਆਦਾਤਰ ਸਾਡੇ ਫੋਕਸ ਇਹ ਆ ਵੀ ਬਹੁਤ ਮਿੱਤਰ ਇਹ ਜਿਵੇਂ ਬੈਠ ਨੇ ਲੱਖ ਲੱਖ ਦਸ ਦਸ ਲੱਖ ਫੋਲੋਅਰ ਮੇਰੇ ਕੋਲ ਕਈ ਸਿੰਗਰ ਵੀ ਆਏ ਬਈ ਹਾਂ ਤੇ ਜਿਹੜੇ ਸਿੰਗਰ ਕਹਿੰਦੇ ਵੀ ਸਾਨੂੰ ਤਾਂ ਕਿਸੇ ਕੰਪਨੀ ਐ ਨਹੀਂ ਦੱਸਿਆ ਵੀ ਤੇਰਾ ਚੈਨਲ ਮੋਨਟਾਈਜ਼ ਹੋ ਜੂ ਜਾਂ ਬਲੂ ਟਿੱਕ ਲੱਗ ਜੂ ਆ ਲੱਗ ਜੂ ਉਹ ਲੱਗ ਜੂ ਮੈਂ ਕਿਹਾ ਬਈ ਹੁਣ ਤੇ ਜਦੋਂ ਮੈਨੂੰ ਪੁੱਛਦਿਆ ਕਹਿੰਦੇ ਕਿੰਨੇ ਰੁਪਏ ਮੈਂ ਕਿਹਾ ਵੀ 1100 ਰੁਪਏ ਮੈਂਬਰਸ਼ਿਪ ਫੀਸ ਹੈ ਹਾਂ ਕਹਿੰਦੇ 1100 ਮੈਂ ਕਿਹਾ ਵੀ ਸੋਤੋਂ ਕਿੰਨੇ ਮੰਗੇ ਸੀ ਬਈ 48000 85000 ਸਾਢੇ 3 ਲੱਖ ਬਲੂ ਟਿੱਕ ਦਾ ਆ ਕਮਾਲ ਮਤਲਬ ਕਿ ਉਹ ਜਿਹੜੇ ਲੋਅ ਲੈਵਲ ਤੇ ਲੋਕ ਬੈਠੇ ਨੇ ਉਹਨਾਂ ਨੂੰ ਵੀ ਕੋਈ ਵਾਹ ਫੜਨ ਵਾਲਾ ਚਾਹੀਦਾ ਅਸੀਂ ਉਹਨਾਂ ਲਈ ਕੀਤਾ ਹੈ ਤੇ ਜਿਹੜੇ ਮੈਨੂੰ ਨੈਗੇਟਿਵ ਕਰਦੇ ਸੀਗੇ ਵੀ ਬਾਈ ਤੇਰਾ ਕੰਮ ਖੜਜੂਗਾ ਮਾਂ ਖ ਜਿੱਦੇ ਖੜਜੂਗਾ ਆਪਾਂ ਕੁਦਰਤ ਨਾਲ ਜੁੜ ਕੇ ਮੈਂ ਗੱਲ ਕਰਦੇ ਆ ਦੋ ਕਨਾਲਾ ਖੇਤ ਬਈ ਆਪਾਂ ਦਰਖਤ ਲਾਦੇ ਜੇ ਉਹਦੀ ਕਮਾਈ ਹੋਣ ਲੱਗੀ ਆ ਦੋ ਚਾਰ ਕਨਾਲਾ ਹੋਲਾ ਦੇ ਉੱਥੇ ਆਪਾਂ ਇੱਕ ਛੋਟੀ ਕਹਿੰਦੇ ਕੂਟੀਆਂ ਬਣਾਵਾਂਗੇ ਆ ਤੇ ਖੇਤਾਂ ਦੇ ਖਰਚੇ ਘਟਾ ਲਾਂਗੇ ਸਿੱਧੇ ਜੀ ਗੱਲ ਤੁਹਾਡੀ ਇੱਕ ਆਤ ਹੋਣੀ ਚਾਹੀਦੀ ਆ ਵੀ ਜਿਹੇ ਜਾਂ ਮੌਸਮ ਉਹੇ ਜ ਆਪਣੇ ਆਪ ਨੂੰ ਤਬਦੀਲ ਕਰੋ ਉਹ ਇਹ ਜ ਆਪਾਂ ਬਦਲ ਲਾਂਗੇ ਨੜੇ ਯਾਰ ਇਹ ਇਹ ਚੀਜ਼ ਦਾ ਕਿਹੜਾ ਕੋਈ ਲਾਇਸੈਂਸ ਆ ਵੀ ਤੁਸੀਂ ਦੱਸ ਨਹੀਂ ਸਕਦੇ ਬਿਨਾਂ ਲਾਇਸੈਂਸ ਤੋਂ ਇਹ ਤਾਂ ਬਈ ਉਹੀ ਗੱਲ ਯਾਰ ਆ ਆ ਗੱਲ ਬੜੀ ਕਮਾਲ ਦੀ ਕਰਤੀ ਤੂੰ ਯਾਰ ਸਾਡੇ ਨਿਊਜ਼ ਚੈਨਲ ਵਾਲਿਆਂ ਨੇ ਫੋਨ ਕਰੇ ਚੱਲੋ ਬਲੌਗਰ ਵਾਲਾ ਤਾਂ ਪਰ ਮੈਂ ਫੇਰ ਵੀ ਕਹਿ ਸਕਦਾ ਤੇਰੇ ਵਾਲਾ ਤੇਰੇ ਵਾਲਾ ਇੱਕ ਟੌਪਿਕ ਜਾਂ ਉਧਰੋਂ ਕਮਾਈ ਜ਼ਿਆਦਾ ਜਾਂ ਕਿਵੇਂ ਵੀ ਹੈ ਨਾ ਨਿਊਜ਼ ਉਹਨਾਂ ਨੂੰ ਵੀ ਫੋਨ ਪਤਾ ਕਿਵੇਂ ਕਰਨੇ ਪਏ ਕਿਸੇ ਮਿੱਤਰ ਦੇ ਆਪਣੇ ਦੇ ਵੀਡੀਓ ਚੱਕ ਲਈਆਂ ਵੱਡੇ ਚੈਨਲ ਨੇ ਅਸੀਂ ਵੀ ਮੇਲ ਪਾਤੀ ਵੀ ਭਾਈ ਐਂ ਕਰਕੇ ਵੀਡੀਓ ਤੁਸੀਂ ਚੱਕੀਆਂ ਨੇ ਤੇ ਜਾਂ ਤਾਂ ਡਿਲੀਟ ਕਰ ਦਿਓ ਜਾ ਵੀ ਹੁਣ ਬੰਦੇ ਨਾਲ ਵੀ ਕੋਈ ਕੰਪਨਸੇਟ ਤਾਂ ਕਰਨੀ ਪਊਗਾ। ਉਹ ਕਹਿੰਦਾ ਵੀ ਮੈਂ ਵੀ ਆਪਦੇ ਹਿਸਾਬ ਨਾਲ ਚੱਲਣਾ। ਮੈਂ ਕਿਹਾ ਵੀ ਜੇ ਮਰਜ਼ੀ ਚੱਲੋ ਮੈਂ ਤਾਂ ਪਰੇ ਦੇ ਸਕਦੇ ਆ। ਆਪਾਂ ਨੂੰ ਸਾਰੇ ਲਿੰਕ ਦਿੱਤੇ ਐ ਕਾਪੀਰਾਈਟ ਮਾਰਦੇ ਉਹਨੂੰ ਰੁਪਏ ਦੇਣੇ ਪਏ ਵੱਡੇ ਚੈਨਲਾਂ ਨੂੰ। ਉਹ ਕਹਿੰਦੇ ਵੀ ਤੂੰ ਐ ਜਿਹੜੇ ਛੋਟੇ ਬੰਦਿਆਂ ਨੂੰ 7-2-2.5-2.5 ਲੱਖ ਰੁਪਏ ਦਵਾਈ ਜਾਨਾ। ਕੱਲ੍ਹ ਨੂੰ ਸਾਡਾ ਕੀ ਬਣੂ? ਹੂੰ। ਕਹਿੰਦੇ ਹਰੇਕ ਬੰਦਾ ਜਣਾ ਖਣੀ ਉੱਠ ਜਾਊਗਾ। ਮੈਂ ਕਿਹਾ ਤੁਸੀਂ ਇਹ ਸੋਚੋ ਵੀ ਇਹ ਛੋਟੇ ਬੰਦਿਆਂ ਕਰਕੇ ਤੁਸੀਂ ਕਿੰਨੇ ਕਮਾਈ ਹੋਣਗੇ ਪਹਿਲਾਂ? ਇਹ ਤਾਂ ਅੱਜ ਪਤਾ ਲੱਗਿਆ ਲੋਕਾਂ ਨੂੰ ਵੀ ਇਹ ਤਾਂ ਪੈ ਮਗਾ ਹੁਣ ਸ਼ੇਅਰ ਦਾ ਪਤਾ ਲੱਗ ਜੇ ਕਿਸੇ ਨੂੰ ਸ਼ੇਅਰ ਦਾ ਮੁੱਲ ਕੀ ਆ ਹਾਂ ਸਭ ਤੋਂ ਵੱਡੀ ਗੱਲ ਬਈ ਇਹੀ ਆ ਤੇ ਇੱਕ ਹੁਣ ਮੈਂ ਇਹਦੇ ਵਿੱਚ ਗੱਲ ਵਧਾਉਣਾ ਬਈ ਮੈਂ ਦੁਬਈ ਟ੍ਰੇਨਿੰਗ ਲਾ ਕੇ ਆ ਹਾਂ ਨਾਸ ਦਿੱਲੀ ਦੀ ਟ੍ਰੇਨਿੰਗ ਸੀਗੀ ਹਾਂ ਉੱਥੇ ਮੈਂ ਇੱਕ ਚੀਜ਼ ਦੇਖੀ ਉੱਥੇ ਜਿੰਨੇ ਵੀ ਗੋਰੇ 165 ਦੇਸ਼ਾਂ ਚੋਂ 3000 ਬੰਦਾ ਸੀ ਟੋਟਲ ਜਿਨ੍ਹਾਂ ਚੋਂ ਅਸੀਂ ਪੰਜਾਬੀ ਤਾਂ ਹੋਵਾਂਗੇ ਤਿੰਨ ਕਿਹੜੇ ਨੇ ਦੋ ਰਾਜਪੂਰੇ ਤੁਸੀਂ ਇੱਕ ਮੈਂ ਸੀਗਾ ਦਿੱਲੀ ਦੇ ਸੀ ਕਾਫੀ ਬੰਗਲੌਰ ਦੇ ਕਾਫੀ ਸੀ ਠੀਕ ਹੈ ਉੱਥੇ ਇੱਕ ਚੀਜ਼ ਦੇਖੀ ਮੈਂ ਜਿਨ ਜੋ ਵੀ ਮੈਨੂੰ ਮਿਲਦਾ ਸੀ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਆਪਦੇ ਬਾਰ ਕੋਡ ਬਣਾਏ ਹੋਏ ਸਕੇਨਰ ਵੀ ਸਾਡਾ ਸਕੈਨ ਕਰੋ ਚੈਨਲ ਨੂੰ ਲਾਈਕ ਕਰੋ ਜਾਂ ਫੋਲੋ ਕਰੋ ਆਪਾਂ ਸਿੰਪਲ ਬੰਦੇ ਗਏ ਸੀ ਆਪਾਂ ਨੂੰ ਪਤਾ ਹੀ ਨਹੀਂ ਸੀ ਉੱਥੇ ਮਾਹੌਲ ਕੀ ਹੋਣਾ ਤੇ ਆਪਾਂ ਮੋਬਾਈਲ 'ਚ ਖੋਲ ਕੇ ਦਿਖਾ ਦੇ ਗਏ ਵੀ ਆ ਕੇ ਫੋਲੋ ਕਰ ਲਓ ਆ ਨਾਂ ਤੇ ਸਾਡੇ ਚੈਨਲ ਉਹ ਬੰਦੇ ਨੇ ਉੱਥੇ ਵੀ ਜੇ 3000 ਬੰਦਾ ਆਇਆ ਸੀ 2500 ਬੰਦੇ ਨੇ ਮੇਰਾ ਚੈਨਲ ਫੋਲੋ ਕੀਤਾ ਤੇ ਉਹਨਾਂ 'ਚੋਂ ਕੁਝ 200 250 ਬੰਦੇ ਅੱਜ ਵੀ ਮੈਨੂੰ ਮੈਸੇਜ ਵੀ ਕਰਦਾ ਮੈਂ ਉਹਨਾਂ ਨੂੰ ਵੀ ਕਰਦਾ ਜਿਨ੍ਹਾਂ ਨਾਲ ਚਲੋ ਕਹਿੰਦੇ ਦਿਲ ਜੁੜ ਜਾਂਦੇ ਆ ਉਹ ਲੋਕ ਇੰਨੇ ਪੋਜ਼ਿਟਿਵ ਨੇ ਵੀ ਯਾਰ ਜਿਹੜਾ ਬੰਦਾ ਸਾਡੇ ਕਹਿੰਦੇ ਹੁੰਦੇ ਨਾ ਆਪਾਂ ਇੱਕ ਕਿਸੇ ਕਮਿਊਨਿਟੀ 'ਚ ਜੁੜ ਕੇ ਵੀ ਇਹਨੂੰ ਅੱਗੇ ਲੈ ਕੇ ਹੁਣਾ ਇੱਕ ਦੂਜੇ ਨੂੰ ਉੱਥੇ ਕਹਿੰਦੇ ਹੀ ਫੋਲੋ ਕਰੋ ਆਪਣੇ ਲੋਕ ਕੀ ਕਰਦੇ ਨੇ ਮੈਂ ਕਈ ਆਪਣੇ ਇੱਕ ਦੂਜੇ ਦੀਆਂ ਬਾਹਾਂ ਵੜਦੇ ਆ ਕਈ ਮਿੱਤਰ ਮੈਨੂੰ ਇਹੋ ਜਿਹੇ ਮਿਲੇ ਨੇ ਜਿਹੜੇ ਮੈਨੂੰ ਸਾਰਾ ਦਿਨ ਕਹਿੰਦੇ ਬਈ ਬਹੁਤ ਵਧੀਆ ਕੰਮ ਕਰਦਾ ਕਈ ਵਾਰ ਉਹਨਾਂ ਦਾ ਮੈਂ ਮੋਬਾਈਲ ਵੈਸੇ ਫੜ ਲਿਆ ਨਾ ਵੀ ਆਪਾਂ ਉਹਨੂੰ ਦੇਖਣਾ ਹੁੰਦਾ ਆਪਣੇ ਵੀਡੀਓ ਦਾ ਕੁਝ ਜਾਂ ਕੋਈ ਕਮੈਂਟ ਜਾਂ ਕੁਝ ਵੀ ਆਪਾਂ ਦੇਖ ਰਹੇ ਹੁੰਨੇ ਆ ਉਹਨਾਂ ਨੇ ਆਪਾਂ ਨੂੰ ਫੋਲੋ ਵੀ ਨਹੀਂ ਕੀਤਾ ਹੁੰਦਾ ਉਦੋਂ ਐ ਲੱਗਦਾ ਯਾਰ ਵੀ ਆਪਾਂ ਕਿਹੜੇ ਲੈਵਲ ਤੇ ਸੋਚ ਤੇ ਪਰ ਉਹ ਸੋਚ ਬਦਲਨੀ ਬੂ ਪੰਜਾਬੀ ਨੂੰ ਜੇ ਅੱਗੇ ਹੁਣ ਜੇ ਮੈਂ ਆ ਚੀਜ਼ ਦਾ ਦੱਸਿਆ ਵੇ ਇਹ ਤੋਂ ਪੈਸਾ ਆਉਂਦਾ ਇਹੇ ਜੇ ਪਤਾ ਨਹੀਂ ਕਿੰਨੇ ਕੁ ਫੀਲਡ ਹੋਣਗੇ ਜਿੱਥੇ ਪੈਸਾ ਆਉਂਦਾ ਲੋਕ ਇੱਕੇ ਆਣਾ ਸੱਪ ਬਣ ਕੇ ਬੈਠ ਰਹਿੰਦਾ ਦੂਜਿਆਂ ਨੂੰ ਨਹੀਂ ਦੱਸਦਾ ਇੱਕ ਸੱਪ ਜਦੋਂ ਪੈਸੇ ਇਕੱਠੇ ਕਰ ਲੈਂਦਾ ਫਿਰ ਉਹ ਚ ਪੋਲੀਟੀਕਲ ਵੀ ਆ ਜਾਂਦੀ ਆ ਫਿਰ ਉਹ ਚ ਗੁੰਡਾਗਰਦੀ ਵੀ ਆ ਜਾਂਦੀ ਆ ਫਿਰ ਉਹ ਖਤਮਾ ਹੋ ਜਾਂਦਾ ਪਰ ਇੱਥੇ ਆਪਾਂ ਸਾਰਿਆਂ ਨੂੰ ਓਪਨ ਕਹਿੰਦੇ ਓਪਨ ਚੈਲੇ ਜਾਂ ਪਰ ਇੱਕ ਗੱਲ ਦਾ ਮੈਨੂੰ ਹੋਰ ਪਤਾ ਲੱਗਾ ਤੂੰ ਗੱਲ ਤਾਂ ਕਹੇਗਾ ਤੂੰ ਕਹੇਗਾ ਵੀ ਗੱਲ ਹੋਰ ਪਾਸੇ ਲੈ ਗਿਆ ਗੱਲ ਥੋੜੀ ਜਿਹੀ ਪੱਤਰਕਾਰੀ ਵਾਲੀ ਆ ਇਹ ਅੰਦਰ ਟੇਕ ਨਹੀਂ ਰਹੀ ਬਾਹਰ ਆ ਰਹੀ ਆ ਉਹ ਸਾਡੇ ਹੁਣ ਇੱਕ ਨਾ ਇੱਕ ਗੱਲ ਚੱਲੀ ਜਾਂਦੀ ਆ ਵੀ ਪੰਜਾਬ ਦੇ মিডিਏ ਨੂੰ ਲੈ ਕੇ ਐਂ ਲੈ ਕੇ ਉਹ ਲੈ ਕੇ ਪਰ ਮੈਨੂੰ ਇੱਕ ਕਾਰਨ ਦਾ ਪਤਾ ਲੱਗਿਆ ਕਾਰਨ ਨਹੀਂ ਪਤਾ ਲੱਗ ਰਿਹਾ ਵੀ ਥੱਲੇ ਨੂੰ ਕੀ ਨਿਗਾਰ ਹੋ ਗਿਆ ਇੱਕ ਕਾਰਨ ਪਤਾ ਲੱਗਿਆ ਵੀ ਇੱਕ ਕਾਰਨ ਗੁਰੂ ਗ੍ਰੰਥਾ ਗਣਾਂਗਾ ਜਿਹੜਾ ਗੁਰੂ ਗ੍ਰੰਥਾ ਗਣਾਂਗਾ ਸਟ੍ਰਾਈਕ ਕਰਨਾ ਬਾਦ ਨਾ ਲੋਕਾਂ ਤੋਂ ਇਹਨੇ ਪੱਟ ਲਿਆ ਕੰਮ ਆ ਉਹ ਬੰਦੇ ਐਂ ਸੋਚਦੇ ਆ ਹੁਣ ਬਿਲਕੁਲ ਸੋਚਦੇ ਬਈ ਅਸਲ ਬਈ ਸਟ੍ਰਾਈਕਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਕੋਈ ਵੀ ਕੰਮ ਕਰਦੇ ਹੋ ਜੀ ਤੁਸੀਂ ਪੇਟੈਂਟ ਕਰਾਲੀ ਕੰਪਨੀ ਹਾਂ ਕਾ ਪੌਡਕਾਸਟ ਤੁਹਾਡਾ ਪੇਟੈਂਟ ਹੈ ਹੁਣ ਆਪਾਂ ਇੱਥੇ ਡੇਢ ਘੰਟਾ ਗੱਲਬਾਤ ਕਰਦੇ ਆ ਤੁਹਾਡੀ ਮਿਹਨਤ ਹੈ ਤੁਹਾਡੇ ਨਾਲ ਤੁਹਾਡੀ ਟੀਮ ਦੀ ਮਿਹਨਤ ਹੈ ਪਰ ਇਹਨੂੰ ਕੋਈ ਹੋਰ ਬੰਦਾ ਇਹਨੂੰ ਯੂਜ਼ ਕਰੇ ਭੀ ਕਿਵੇਂ ਚੰਗਾ ਨਹੀਂ ਨਹੀਂ ਸਹੀ ਗੱਲ ਆ ਸਹੀ ਗੱਲ ਤੁਸੀਂ ਆਪਦੀ ਮਿਹਨਤ ਨਾਲ ਆਪ ਕਰੋ ਬਾਕੀ ਮੈਂ ਤਾਂ ਇਹਦੇ ਤੇ ਇੰਨੀ ਕੀ ਚੀਜ਼ ਸਮਝਿਆ ਜੋ YouTube ਵਾਲਾ ਜਾਂ ਆਪਾਂ ਕਹੇ ਰਹੀਏ ਵੀ Facebook ਵਾਲਾ ਜੇ ਤੁਹਾਡਾ ਕੰਟੈਂਟ ਓਰੀਜਨਲ ਆ ਜਿਵੇਂ ਇਹ ਟਾਕ ਬੈਦਰ ਰਤਨ ਦਾ ਫਾਰਮੈਟ ਰੱਖ ਚਾਹੇ ਥੋੜਾ ਜੀ ਪਰ ਉਹ ਰੇਨਲਣਾ ਤਾਂ ਤੁਹਾਨੂੰ ਪਿਆਰ ਮਿਲਦਾਗਾ ਡਾਕਟਰ ਬੇਸ਼ੱਕ ਤੁਹਾਨੂੰ ਘੱਟ ਮਿਲ ਜਾਣ ਤਾਂ ਤੁਹਾਡੀ ਇੱਕ ਅਲੱਗ ਪਛਾਣ ਪਛਾਣ ਚਲੋ ਕਿਹੇ ਜੀ ਵੀ ਉਹ ਲੋਕਾਂ ਨੇ ਡਿਸਾਈਡ ਕਰਨਾ 네ਗੇਟਿਵ ਪੋਜ਼ਿਟਿਵ ਕਿਹੇ ਦਾ ਕੈਰੈਕਟਰ ਤੁਸੀਂ ਲੋਕਾਂ ਦੇ ਵਿੱਚ ਜਾਣੇ ਹੋ ਜਾਂ ਲੋਕ ਕਿਵੇਂ ਪਰ ਜੇ ਤੁਸੀਂ ਸਹੀ ਹੋ ਤੇ ਜੇ ਲੋਕ ਤੁਹਾਨੂੰ 네ਗੇਟਿਵ ਵੀ ਉਹ ਕਰਦੇ ਪਰ ਲੋਕਾਂ ਨੂੰ ਇੱਕ ਦਿਨ ਜ਼ਰੂਰ ਪਤਾ ਲੱਗਦਾਗਾ ਵੀ ਨਹੀਂ ਯਾਰ ਕੁਝ ਵਧੀਆ ਹੋ ਰਿਹਾ ਸਪੇਸ ਹਾਂ ਕੁਝ ਤਾਂ ਇਹ ਥੋੜਾ ਕੰਟੈਂਟ ਘੈਂਟ ਆ ਤੇ ਮੈਂ ਕਹਣਾ ਪੂਰੀ ਗੱਲਬਾਤ ਸਹੀ ਆ ਹਾਂ ਜੇ ਤੁਸੀਂ ਹੁਣ ਚੱਕ ਚੱਕ ਹੀ ਪਾਈ ਜਾਣਾ ਫਿਰ ਗੱਲ ਖਤਰਨਾਕ ਬਾਈ ਜਾਂਦੀ ਆ ਪਤਾ ਨਹੀਂ ਮੈਨੂੰ ਤਾਂ ਇੰਨਾ ਵੀ ਨਹੀਂ ਪਤਾ ਮੇਰੇ ਫੇਸਬੁਕ ਦਾ 2018 ਤੋਂ ਆ YouTube ਤਾਂ ਸ਼ੁਰੂ ਤੋਂ ਪੈਸੇ ਦੇ ਰਹੀ ਹੈ ਜਿਹੜੇ ਪਹਿਲਾਂ ਨਿਊ ਚੈਨਲ ਹੋਣਗੇ ਉਹਨਾਂ ਨੇ ਆਪਾਂ ਪਿੰਡ 'ਚ ਕੋਈ ਛੋਟੀ ਜਿਹੀ ਗੱਲਬਾਤ ਹੁੰਦੀ ਆ ਆਪਾਂ ਮਜ਼ਾਕ ਲਈ ਕਿੰਨੀਆਂ ਚੀਜ਼ਾਂ ਵਾਇਰਲ ਹੋ ਗਈਆਂ ਉਹਨਾਂ ਨੇ ਕੀ ਪਰਦਾ ਕਿੰਨੇ ਕੇ ਚੱਕਿਆ ਤੇ ਕਿੰਨੇ ਰੁਪਏ ਕਮਾਏ ਨੇ ਉਹ ਮੈਂ ਤਾਂ ਇੱਕ ਗੱਲ ਵੰਨਦਾਂ ਨੇ ਮੇਰੇ ਪਿੰਡ ਦੇ ਗਏ ਨੇ ਮੇਰੇ ਪਿੰਡ ਵਾਲੇ ਕਿਸੇ ਨੌਜਵਾਨ ਦੇ ਗਏ ਨੇ ਕਿਸੇ ਬਜ਼ੁਰਗ ਦੇ ਗਏ ਨੇ ਉਹ ਜਿਹੜੇ ਨੈਗੇਟਿਵਿਟੀ ਵੀ ਆਈ ਆ ਉਹ ਕਿਹਨੂੰ ਝੱਲਣੀ ਪਈ ਆ ਜਿਹੜੇ ਬੰਦੇ ਨੇ ਵੀਡੀਓ ਬਣਾਈ ਆ ਜਿਹੇ ਤੇ ਜੀ ਬਣੀ ਆ ਮੈਂ ਇਹਨੂੰ ਦੱਸਦਾ ਮੈਂ ਨਾ ਇੱਕ ਸਰਚ ਜੀ ਕਰੀ ਸੀਗੀ ਵੀ ਕੀ ਸਭ ਤੋਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਵੀ ਜਦੋਂ ਫਤੇਬੀਰ ਬੋਰ ਬੈਲਟ ਤੇ ਡਿੱਗਿਆ ਸੀ ਉਦੋਂ ਪੰਜਾਬ ਦੇ ਮੀਡੀਆ ਨੇ ਕਿੰਨਾ ਪੈਸਾ ਕਮਾਇਆ ਹੋਊ ਆਪਾਂ ਸੋਚ ਵੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਮਤਲਬ ਜਿੰਨੀ ਕਿ ਮੇਰੀ ਰਿਸਰਚ ਆ ਉਦੋਂ ਅਸੀਂ ਕੰਮ ਕਰਨ ਲੱਗੇ ਸੀ ਹੋ ਸਕਦਾ ਉਦੋਂ ਪਹਿਲਾਂ ਵੀ ਬਹੁਤ ਕਟਨਾਵਾ ਹੋਣਾ ਜਾਂ ਬਹੁਤ ਚੰਗੀਆਂ ਗੱਲਾਂ ਹੋਣਾ ਪਰ ਉਹ ਚੀਜ਼ ਉਦੋਂ ਇਹ ਜਿਹਾ ਸੀਗਾ ਉਦੋਂ ਥੋੜੇ ਜੇ ਬੰਦੇ ਸੀ YouTube ਵਾਲਾ ਉਦੋਂ ਕਹਿੰ ਚੈਨਲ ਚਲਾਉਂਦੇ ਸੀ ਉਹਨਾਂ ਨੇ ਬਹੁਤ ਪੈਸਾ ਕਮਾਇਆ ਆਪਾਂ ਆਪਣੀ ਸੋਚ ਤੋਂ ਵੀ ਪਰਾਂ ਗਈ ਉਹ ਉਹ ਇੱਕ ਹਫਤਾ ਜਾਂ ਆਪਾਂ ਉਹ ਕੁਛ ਪੰਜ ਦਿਨ ਜਿਹੜੀ ਖਬਰ ਚੱਲੀ ਨਾ ਉਦੋਂ ਬਹੁਤ ਕੁਝ ਹੋਇਆ ਤੇ ਫੇਰ ਬਾਈ ਮੈਂ ਇਹ ਵੀ ਸੁਣਾ ਸਮਝੌਤੇ ਸਮਝਉਤੇ ਵੀ ਤੁਸੀਂ ਬਹੁਤ ਕਰਾਉਣੇ ਹੋ ਬਾਈ ਸਮਝੌਤੇ ਤਾਂ ਆਪਾਂ ਨਾ ਤਾਂ ਕਹਿੰਦੇ ਆਪਾਂ ਕਹਿੰਦੇ ਕਿ 3 4 ਨਾ 13 4 ਆਪਾਂ ਦਾ ਅਗਲੇ ਨਾਲ ਗੱਲ ਇੱਕ ਕਰ ਲੈਣੇ ਆ ਵੀ ਭਾਈ ਆ ਤੂੰ ਮਾਰੇ ਸਟ੍ਰਾਈਕ ਜੋ ਤੂੰ ਲੈਣਾ ਹੈ ਜੋ ਕਰਨਾ ਤੇਰੇ ਹੱਥ ਹੈ ਚਾਹੇ ਤੂੰ ਫਰੀ ਚ ਕਰ ਚਾਹੇ ਰੁਪਈਏ ਲੈ ਮੈਂ ਤਾਂ ਤੈਨੂੰ ਰਸਤਾ ਦਿਖਾਉਣ ਆਲਾ ਉਹ ਆਪਣਾ ਕੰਮ ਹੈ ਆਪਾਂ ਰਸਤਾ ਦਿਖਾਤਾ ਤੇ ਜੇ ਬੰਦਾ ਮੂਰਲਾ ਆਪਾਂ ਨੂੰ ਅਪਰੋਚ ਕਰਦਾ ਭਈ ਆਪਾਂ ਉਹ ਜਸਮੀ ਦਾ ਤਕਰਾ ਦੇਨੇ ਪਰ ਆਪਾਂ ਕੋਸ਼ਿਸ਼ ਅਗਲੇ ਨੂੰ ਐਜੂਕੇਟ ਕਰਦੇ ਆਂ ਆਪਣ ਦਾ ਤੁਸੀਂ ਪੁੱਛ ਲਿਆ ਭਈ ਆਹ ਚੀਜ਼ ਤੇ ਐ ਹੋ ਜੂਗਾ ਆਪਾਂ ਤਾਂ ਉਹਨੂੰ ਦੱਸ ਦਿਆਂਗੇ ਆਪਾਂ ਇਹ ਨਹੀਂ ਹੈਗਾ ਵੀ ਕਿਤੇ ਉਹ ਤੁਸੀਂ ਮੇਰੇ ਕਿਸੇ ਚੈਨਲ ਆਏ ਨੂੰ ਸਟ੍ਰਾਈਕ ਮਾਰਨੀ ਹੋਵੇ ਮੈਨੂੰ ਉਹਦਾ ਕੋਈ ਮਤਲਬ ਨਹੀਂ ਕਿਉਂਕਿ ਭਾਈ ਮੈਂ ਤਾਂ ਸਭ ਲਈ ਸੱਚਾ ਹਾਂ ਮੇਰੇ ਕੋਲ ਤਾਂ ਜਿਹੜਾ ਚੱਲ ਕੇ ਆ ਗਿਆ ਜਿਹਨੇ ਮੈਨੂੰ ਫੋਨ ਕਰ ਲਿਆ ਮੈਂ ਤਾਂ ਸਿੱਧਾ ਲਿੰਕ ਭੇਜ ਦਿੰਨ ਭਈ ਇਹ ਤਾਂ ਐਂ ਸਟ੍ਰਾਈਕ ਵਾਈ ਦੀ ਹੂੰ ਕਿਉਂ ਕਿਉਂਕਿ ਭਾਈ ਪਤਾ ਨਹੀਂ ਉਹਨੇ ਕਿਵੇਂ ਸੋਚ ਕੇ ਬਣਾਈ ਹੋ ਸ਼ਾਇਦ ਕਈ ਵਾਰ ਅਣਪੋਲੇ ਉਹਦੀ ਵੀਡੀਓ ਵਾਇਰਲ ਹੋ ਜਾਂਦੀ ਆ ਮੇਰੇ ਨਾਲ ਆਪ ਨਾਲ ਹੋਇਆ ਬਈ ਮੇਰੀ ਜਿਹੜੀ 80 ਲੱਖ ਦੀ ਵੀਡੀਓ ਗਈ ਆ ਮੇਰੀ ਘਟੋ ਘਟ 103 ਪਤਾ ਨਹੀਂ 4 ਚੈਨਲਾਂ ਨੇ ਚੱਕੀ ਹੋਈ ਆ ਹੁਣ ਰਾਈਟ ਮੈਨੇਜਰ ਦਾ ਦੱਸਦਾ ਪਹਿਲਾਂ ਤਾਂ ਪੂਨ ਕੀ ਪਤਾ ਸੀਗਾ ਤੇ ਮੈਂ ਵਧੀਆ ਚੈਨਲ ਜਿਹੜੇ ਉਹ ਹਜੇ ਵੀ ਸੁੱਤੇ ਪਏ ਸਿਰ ਨੂੰ ਆਏ ਨਹੀਂ ਸੀ ਵੀ ਇੰਨਾ ਚਿਰ ਕਮਾ ਲਿਆ ਇਹਦੀ ਵੀਡੀਓ ਤੋਂ ਤੇ ਵੀ ਅਸੀਂ ਛੱਡ ਦਈਏ ਹੁਣ ਸਾਰੇ ਚੈਨਲ ਤੋਂ ਮੈਂ ਰੁਪਏ ਲੈ ਕੇ ਬਈ ਵੀਡੀਓ ਚੱਕਦਾ ਕੰਮ ਹੈ ਸਾਰਿਆਂ ਤੋਂ ਬਈ ਹੂੰ ਜਿਹੜੇ ਪੰਜਾਬ ਸਰਕਾਰ ਨੂੰ ਹਿਲਾਉਣ ਦਾ ਦਮ ਰੱਖਦੇ ਚੈਨਲ ਉਹਨਾਂ ਤੋਂ ਰੁਪਏ ਲੈਤੇ ਹੋਏ ਆਪਾਂ ਤੇ ਉਹਨਾਂ ਨੇ ਤੁਹਾਨੂੰ ਨਹੀਂ ਹਲਾਇਆ ਵੀ ਮੰਤਰੀ-ਮੰਤਰੀ ਤੋਂ ਕਹਾ ਦਿੰਦੇ ਕਿ ਇਸ ਤੋਂ ਫੂਟਰਾ ਦੇਣੇ ਮੈਂ ਕਹਿੰਦਾ ਮਾਨਸਾ ਵਿੱਚ ਕਿਹੜਾ ਐਮਐਲਏ ਕਿਹੜਾ ਮੰਤਰੀ ਕਿਹੜਾ ਵੱਡਾ ਬੰਦਾ ਜੀ ਇਹ ਤੋਂ ਫੋਨ ਨਹੀਂ ਆਇਆ ਮੈਨੂੰ ਹਾਂ ਪਰ ਆਪਾਂ ਥੱਲੇ ਤਾਂ ਲੱਗਾਂਗੇ ਜੇ ਆਪਾਂ ਕਿਸ ਤੋਂ ਕੁਝ ਲਵਾਂਗੇ ਕਿ ਇਸ ਤੋਂ ਆਪਾਂ ਕਦੇ ਸਪਾਰਸ਼ਲ ਬਈ ਹੋ ਜਾਂ ਅੱਗੇ ਬਈ ਜਿਹੜਾ ਬੰਦਾ ਪ੍ਰਾਈਵੇਟ ਸੈਕਟਰ ਚ ਹੁੰਦਾ ਨਾ ਤੁਸੀਂ ਕਿਸੇ ਨੂੰ ਜੋ ਵੀਡੀਓ ਦੇਖ ਰਿਹਾ ਹੋਗਾ ਪ੍ਰਾਈਵੇਟ ਸੈਕਟਰ ਵਾਲਾ ਕਿਸੇ ਦਾ ਆਸਾਨ ਨਹੀਂ ਰਖਦਾ ਹੁੰਦਾ ਕਿਉਂਕਿ ਆਸਾਨ ਉਹ ਤੇ ਆਊ ਕਿੱਥੋਂ ਉਹਨੂੰ ਤਾਂ ਆਪਦੀ ਪ੍ਰਜਾ ਉਲਟੀ ਲੁੱਟੀਦੀ ਨਹੀਂ ਸਾਰਾ ਦਿਨ ਵੀ ਹੱਥ ਨੂੰ ਟਾਰਗੇਟ ਕਿਵੇਂ ਪੂਰਾ ਕਰਨਾ ਪਹਿਲਾ ਅੱਜ ਦੱਸ ਰਹੇ ਹਾਂ ਪਬਲਿਕਲੀ ਪਬਲਿਕਲੀ ਮੈਂ ਮਤਲਬ ਆਪਦੇ ਜੋ ਮੇਰੇ ਮਿੱਤਰ ਉਹਨਾਂ ਨੂੰ ਪਤਾ ਹੈ ਨਹੀਂ ਉਹਨਾਂ ਨੂੰ ਤਾਂ ਪਤਾ ਉਹ ਵੈਸੇ ਕੈਮਰੇ ਤੇ ਅੱਜ ਦੱਸ ਰਹੇ ਹਾਂ ਕੈਮਰੇ ਤੇ ਸ਼ਾਇਦ ਇੱਕ ਦੇ ਨਾਲ ਕਿਤੇ ਗੱਲ ਹੋਈ ਪਰ ਮੈਂ ਜ਼ਿਆਦਾ ਦੱਸੇ ਨਹੀਂ ਕਿਸੇ ਹੂੰ ਪਰ ਅਸੀਂ ਇਹ ਅੱਜ ਕਹਿ ਸਕਦੇ ਹਾਂ ਵੀ ਲੋਬੀ ਇਹ ਖਲਾਸਾ ਹੋ ਗਿਆ ਸੰਸਨੀ ਗੇਰ ਖਲਾਸਾ ਹੈ ਹੈ ਬਹੁਤ ਵੱਡਾ ਵੀ ਸੋਨੂ ਵੀ ਹੈ ਮੰਤਰੀਆਂ ਸੰਤਰੀਆਂ ਦੇ ਫੋਨ ਆਏ ਹੈ ਲੈ ਵੀਡੀਓ ਖਾਤਰ ਯਾਰ ਕਮਾਲ ਦੀ ਮੈਨੂੰ ਜਿਹਦਾ ਵੀ ਕੱਲੇ ਕੱਲੇ ਫੋਨ ਵਿਵਾਦਿਤ ਵੀਡੀਓ ਜਾਂ ਪੋਲੀਟੀਕਲ ਗੱਲ ਕਰਕੇ ਨਹੀਂ ਆਉਂਦੇ ਵੀ ਆ ਫਲਾਨੀ ਗੱਲ ਕੱਟ ਦੋ ਵੀ ਐ ਵੀ ਆਉਂਦੇ ਆ ਬਈ ਫੋਨ ਦੀ ਸਾਨੂੰ ਆਸੀ ਗੱ ਮੈਂ ਉਹ ਨਾਂ ਤਾਂ ਲੈਂਦਾ ਨਹੀਂ ਕਿਹੜੇ ਕਿਹੜੇ ਐਮਐਲਏ ਦੇ ਜਾਂ ਕਿਹਦਾ ਮੰਤਰੀ ਦੇ ਜਾਂ ਕਿਹਦਾ ਬੁਣਾਇਆ ਜਿਹਦਾ ਵੀ ਬੁਣਾਇਆ ਫੇਰ ਬਾਲੇ ਆਉਣਗੇ ਜੇ ਨਾਂ ਲੈਤਾ ਫੇਰ ਉਹ ਮੇਰੇ ਨੇੜੇ ਦੇ ਸੀ ਬੰਦੇ ਚਲੋ ਸਾਰੇ ਮਿੱਤਰ ਹੀ ਹੁੰਦੇ ਨੇ ਏਰੀਆ ਦੇ ਮੈਨੂੰ ਕਹਿੰਦਾ ਯਾਰ ਤੂੰ ਆਹ ਵੀਡੀਓ ਜੀ ਯਾਰ ਕੀ ਰੋਲਾ ਤੇਰਾ ਮੈਂ ਕਿਹਾ ਜੀ ਕੁਛ ਨਹੀਂ ਰੋਲਾ ਸਾਨੂੰ ਨਹੀਂ ਪਤਾ ਆਪਾਂ ਇੱਕੋ ਚੀਜ਼ 'ਚ ਨਵੇੜਿਆ ਬਾਈ ਮੈਂ ਕਿਹਾ ਤੁਸੀਂ ਮਾਨਸਾ ਦੇ ਹੋ ਕਹਿੰਦੇ ਹਾਂਜੀ ਮੈਂ ਕਿਹਾ ਮੈਂ ਹੀ ਮਾਨਸਾ ਦਾ ਮਾਨਸਾ ਵਾਲਾ ਨੇੜੇ ਆ ਜਾਂ ਲੁਧਿਆਣੇ ਵਾਲਾ ਨੇੜੇ ਆ ਹਾਂ ਦੂਜੀ ਗੱਲ ਆਪਣੇ ਨਾਲ ਐਮਐਲਏ ਨੇ ਕੀਤੀ ਨਹੀਂ ਕਿਸੇ ਨੇ ਹੂੰ ਕਹਿੰਦਾ ਬਾਈ ਠੀਕ ਆ ਗੁਰੀ ਤੈਨੂੰ ਕੁਛ ਨਹੀਂ ਕਹ ਚੀਜ਼ ਪਤਾ ਕੀ ਹੈ ਬਾਈ ਮਿਹਨਤ ਮੇਰੀ ਤੇ ਮੈਂ ਕਹਣਾ ਕਮਾਈ ਵੀ ਮੇਰੀ ਆ ਤੇ ਹੁਣ ਇੱਕ ਉਹ ਕਿਸੇ ਨੇ ਉਹ ਗੱਲ ਨਹੀਂ ਕਰੀ ਕਿਹੜੀ ਬਾਈ ਵੀ ਤੂੰ ਕਿੰਨੇ ਲਾਏਗਾ ਵਿੱਚੋਂ ਮੈਨੂੰ ਇੰਨੇ ਦੇ ਦੇ ਤਰਾ ਕਰਾ ਦਿੰਨੇ ਆ ਤੇ ਇਹ ਗੱਲ ਵੀ ਚੱਲਦੀ ਆ ਨਹੀਂ ਬਾਈ ਉਹ ਆਪਾਂ ਉਹ ਗੱਲ ਦੀ ਨਹੀਂ ਹਾਂ ਆਪਾਂ ਉਹ ਸਿੱਧਾ ਚੈਨਲ ਨੂੰ ਕਹਤਾ ਵੀ ਬਾਈ ਜਿੱਦੇ ਸਿਮਰਜੀਤ ਸਿੰਘ ਮਾਨ ਜਿੱਤੇ ਨੇ ਹਾਂ ਉਹ ਤੇ ਸੰਗਰੂਰ ਸੀਗਾ ਹਾਂ ਹਾਂ ਉੱਥੇ ਸਾਡਾ ਸਵੇਰ ਉੱਤਿਆ ਅੱਛਾ ਤੇ ਤਿੰਨ ਬੰਦੇ ਆਹ ਉਹ ਚੈਨਲ ਨਾਲ ਆਹ ਉਹ ਤਿੰਨ ਬੰਦੇ ਉਹਨਾਂ ਨੇ ਨਾ ਗੱਡੀ ਲਈ ਮੇਰੇ ਮਗਰ ਫਿਰਦੇ ਸੀ ਮੈਂ ਲਾਈਵ ਚੱਲ ਰਿਆ ਸੀ ਉੱਥੇ ਮੇਰਾ ਲਾਈਵ ਦੇਖ ਕੇ ਆਏ ਉਹ ਮੈਨੂੰ ਉੱਥੇ ਕਹਿੰਦੇ ਵੀ ਆਹ ਲੈ ਨੇ ਮਗਰ ਨਾ ਐਗਰੀਮੈਂਟ ਪ੍ਰੋਪਰ ਹੋਊਗਾ ਕੱਲ ਨੂੰ ਨੀਕੀ ਦੀ ਆਪਾਂ ਗੱਲ ਨਹੀਂ ਕਰਦੇ ਹੈਗੇ ਹੂੰ ਦਫ਼ਤਰ ਅੱਜ ਮੈਂ ਖਾ ਬੈਠ ਕੇ ਗੱਲ ਕਰਦੇ ਹੂੰ ਪਰ ਮੇਨ ਗੱਲ ਆ ਵੀ ਹੁਣ ਲੋਕ ਐਜੂਕੇਟ ਕਰਤੇ ਆਪਾਂ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਜੇ ਕੋਈ ਵੀਡੀਓ ਬਣਾਉਂਦਾ ਤਾਂ ਮੈਨੂੰ ਫੋਨ ਕਰਦਾ ਭਾਈ ਮੇਰੀ ਵੀਡੀਓ 40 ਲੱਖ ਦੇ ਬ ਤੇਰਾ ਚੈਨਲ ਮੋਨਟਾਈਜ਼ ਹੋ ਸਕਦਾ ਜੇ ਤੇਰੇ ਚ ਕਲਾ ਪਰ ਕਰੀ ਚੱਜਦਾ ਇੱਕ ਮਿਆਰ ਰੱਖੀ ਇੱਕ ਆਪਣੀ ਅਣਖ ਰੱਖੀ ਇੱਕ ਪੰਜਾਬੀਅਤ ਨੂੰ ਜਿੰਦਾ ਰੱਖੀ ਤੇ ਕੁਦਰਤ ਦੇ ਪਾਣੀ ਵਾਲੀ ਗੱਲ ਜੋ ਤੁਸਾਨੂੰ ਪਤਾ ਹੀ ਆ ਉਹ ਤਾਂ ਮੈਂ ਸ਼ੁਰੂ ਦੀ ਕਹਿਣਾ ਮਤਲਬ ਵੀ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਜਿਵੇਂ ਤੁਸੀਂ ਦਾ ਚਲੋ ਕਲਾਸਾਂ ਲਾਉਣੇ ਤੁਸੀਂ ਉਦੋਂ ਵੀ ਆ ਹੁਣ ਵੀ ਮੈਨੂੰ ਕੱਲ ਫੋਨ ਤੇ ਅਸਰ ਆਈ ਵੀ ਬਾਈ ਆ ਜਿਓ ਪ੍ਰੋਗਰਾਮ ਆ ਸਾਡੇ ਹਣਾ ਮੈਨੂੰ ਇਹ ਜ਼ਰੂਰ ਲੱਗਦਾ ਜਿਵੇਂ ਤੁਹਾਡੇ ਨਾਲ ਆਪਾਂ ਕਹਿ ਰਹੀ ਵੀ ਤੁਹਾਡਾ ਸਰਕਲ ਜ਼ਿਆਦਾ ਹੋ ਗਿਆ ਚੈਨਲ ਵਾਲੇ ਮੁੰਡਿਆਂ ਦਾ ਜਿਵੇਂ ਸਾਨੂੰ ਵੀ ਸੁਣਦੇ ਹੋਣਗੇ ਜਾਂ ਆਪਣਾ ਜਿੰਨਾ ਕੁ ਲੋਕ ਸੁਣਨਗੇ ਵੀ ਇੱਕ ਚੀਜ਼ ਆਪਾਂ ਕਹਿਣੀ ਚਾਉਂਦੇ ਆ ਵੀ ਜਿਹੜੇ ਬੰਦੇ 30 ਵੀਡੀਓ ਬਣਾਉਂਦੇ ਆ ਜੇ ਆਪਾਂ ਕਹਿ ਲਈਏ ਵੀ 7 ਵੀਡੀਓ ਬਣਾਉਂਦੇ ਆ ਸੱਤਾਂ ਚੋਂ ਇੱਕ ਦੋ ਜਾਂ 30ਾਂ ਚੋਂ 7-8 ਵੀਡੀਓ ਇਹੇ ਜੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਤੁਹਾਨੂੰ ਪੈਸੇ ਤੁਹਾਨੂੰ ਆਪਦੇ ਮਤਲਬ ਧਰਤੀ ਕਰਕੇ ਜਾਂ ਆਉਦੇ ਪਰਿਵਾਰ ਮੈਂ ਸੇਹ ਦੇਣ ਵਾਲੀਆਂ ਤਾਂ ਕੱਲੂ ਤੁਸੀਂ ਵੀ ਨਜ਼ਰ ਨਜ਼ਰਾਂ ਚ ਨਜ਼ਰਾਂ ਪਾ ਕੇ ਸ਼ੀਸ਼ੇ ਮੂਰੇ ਖੜਕ ਕਹੋ ਵੀ ਆਹ ਅਸੀਂ ਕੰਮ ਵਧੀਆ ਕਰਿਆ ਜਾਂ ਲੋਕ ਤੁਹਾਨੂੰ ਕਹਿਣ ਵੀ ਆਹ ਯਾਰ ਤੁਸੀਂ ਗੰਦੇ ਆ ਪਾਈਆਂ ਪਰ ਤੁਸੀਂ ਕੰਪੈਰੀਟਿਵ ਇਹ ਵੀ ਕਹਿ ਸਕਦੇ ਹੋ ਵੀ ਅਸੀਂ ਆਹ ਕੁਝ ਜਿਵੇਂ ਸਾਡੀਆਂ ਇੰਟਰਵਿਊਜ਼ ਦਾ ਮੇਰਾ ਹੁੰਦਾਗਾ ਵੀ ਚਾਰ ਪੰਜ ਆਪਾਂ ਇੰਟਰਵਿਊਜ਼ ਇਹ ਜੀ ਇਹਦਾ ਪਹਿਲੇ ਹੀ ਪਤਾ ਹੁੰਦਾ ਵੀ ਸ਼ਾਇਦ ਨਹੀਂ ਚੱਲਣੀਆਂ ਕਿਉਂਕਿ ਇੱਕ ਇਹ ਵੀ ਫਾਰਮੈਟ ਬਣ ਗਿਆ ਨਾ ਮੰਗ ਦੇ ਵਿੱਚ ਸਾਡੇ ਵੀ ਬਣ ਗਿਆ ਵੀ ਸਿਆਣੀ ਗੱਲ ਯਾਰ ਘੱਟ ਸੁਣਦੇ ਆ ਲੋਕ ਜੀ ਤਾਂ ਪਰ ਉਹ ਇਹ ਹੁੰਦਾਗਾ ਵੀ ਮੈਸੇਜ ਕੁਝ ਵਧੀਆ ਯਾਰ ਆਪਾਂ ਨੂੰ ਇਹ ਤਾਂ ਲੱਗੇ ਯਾਰ ਵੀ ਆਪਾਂ ਇੱਕ ਪੋਜ਼ਿਟਿਵ ਚੀਜ਼ ਕਰੀ ਸੀ ਤੇ ਇਹ ਮੇਨ ਗੱਲ ਉਹੀ ਹੈ ਬਈ ਜਦੋਂ ਮੈਂ ਸ਼ੁਰੂਆਤ ਕੀਤੀ ਆਪਾਂ ਤੁਸੀਂ ਵੀ ਕਿਤੇ ਨਾ ਕਿਤੇ ਕਹਿੰਦੇ ਲੜਖੜਾ ਆ ਜਾਂਦਾ ਬੰਦਾ ਹਾਂ ਬਿਲਕੁਲ ਬਿਲਕੁਲ ਕਿਤੇ ਪੈਸਾ ਵੀ ਆ ਜਾਂਦਾ ਕਿਤੇ ਫੇਮ ਵੀ ਆ ਜਾਂਦੀ ਬੰਦੇ ਨੂੰ ਕਿਤੇ ਔਕੜਾਂ ਵੀ ਆ ਜਾਂਦੀਆਂ ਕਿਤੇ ਦੋਸਤ ਮਿੱਤਰਤਾ ਵੀ ਮਿਲਵਾ ਜਾਂਦੀ ਵੀ ਕਹਿੰਦਾ ਯਾਰ ਵੀ ਹੁਣ ਤੂੰ ਐਡਾ ਵੱਡਾ ਹੋ ਗਿਆ ਵੀ ਵੀਡੀਓ ਨਹੀਂ ਕਰੇਗਾ ਤਾਂ ਮੈਂ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਦੰਨਾਂ ਜਿਹਦੇ ਟਾਈਮ ਦੀ ਹੁਣ ਲਾਟਰੀਆਂ ਦਾ ਸਿਸਟਮ ਚੱਲੀ ਜਾਂਦਾ ਹਾਂ ਬਹੁਤ ਜ਼ਿਆਦਾ ਲਾਟਰੀਆਂ ਪੈ ਰਹੀਆਂ ਉਹ ਤੁਸੀਂ ਵੀ ਕਰਦੇ ਹੋ ਨਹੀਂ ਮੈਂ ਨਹੀਂ ਕਰਦਾ ਮੈਂ ਇੱਕ ਵੀਡੀਓ ਕਰੀ ਸੀ ਹਾਂ ਕਿਸੇ ਮਿੱਤਰਾਂ ਦੇ ਮਤਲਬ ਆਪਣੇ ਖਾਸ ਮਿੱਤਰਾਂ ਕਰਕੇ ਮੈਂ ਵੀਡੀਓ ਕੀਤੀ ਵੀ ਜਿਹੜੇ ਆ ਟਰੈਕਟਰ ਮੋਟਰਸਾਈਕਲ ਨਿਕਲਦੇ ਮੈਨੂੰ ਪਤਾ ਵੀ ਨਹੀਂ ਸੀ ਵਿੱਚ ਕੀ ਸਿਸਟਮ ਹੁੰਦਾ ਉਹ ਵੀ ਮੈਂ ਉਸੇ ਦਿਨ ਕੀਤੀ ਜਦ ਸਿਮਰਜੀਤ ਸਿੰਘ ਬਾਣ ਜਿੱਤੇ ਨੇ ਉਹ ਸੰਰੂਰੀ ਕਰਕੇ ਆਇਆ ਸੀ ਠੀਕ ਹੈ ਉਹ ਬੰਦੇ ਫਰਾਡ ਨਿਕਲੇ ਆਪਾਂ ਉਸ ਤੋਂ ਬਾਅਦ ਵੀਡੀਓ ਪਾਦੀ ਵੀ ਆਪਾਂ ਇਹ ਚੀਜ਼ ਤੇ ਕੰਮ ਨਹੀਂ ਕਰਨਾ ਫਰਾਡ ਮਤਲਬ ਵੀ ਕਿਵੇਂ ਵੀ ਉਹਨਾਂ ਨੇ ਉਹਨਾਂ ਨੇ ਸਹੀ ਨਹੀਂ ਕੱਢਿਆ ਗੁੱਢਾ ਹੁਣ ਅੱਛਾ ਉਹ ਕੱਢਿਆ ਨਹੀਂ ਮਤਲਬ ਰੋਲਾ ਪੈ ਗਿਆ ਉਹਨਾਂ ਦਾ ਹਾਂ ਉਹਨਾਂ ਨੇ ਆਪਾਂ ਨੂੰ ਦੱਸਿਆ ਨਹੀਂ ਜਿਵੇਂ ਲਾ ਲਓ ਜਿੰਨੇ ਚੈਨਲ ਸੀ ਮੈਂ ਜਿੰਨੇ ਮੇਰੇ ਕੋਲੇ ਆਉਂਦੇ ਮਨ ਨੂੰ ਕਹਿਣਾ ਉਹਨਾਂ ਨੂੰ ਮੈਂ ਖੈ ਇੱਕ ਚੀਜ਼ ਤੇ ਨਾ ਬੜੋ ਪਹਿਲੀ ਚੀਜ਼ ਮੈਂ ਨੋਟ ਕੀਤੀ ਚਲੋ ਇਹ ਸ਼ਾਰਟ ਟਰਮ ਹੈ ਇਹ 6 ਮਹੀਨੇ ਸਾਲ ਚੱਲੂ ਇਹ ਹਟ ਜਾਣਾ ਮੈਂ ਇਹ ਵੀਡੀਓ ਕੋਈ ਨਹੀਂ ਕਰਦਾ ਮੈਨੂੰ ਲੱਖ ਲੱਖ ਰੁਪਏ ਦਾ ਕਾਫਰ ਆਉਂਦਾ ਵੀ ਸਾਡੀ ਤੋਂ ਪੋਸਟ ਪਾ ਦੇ ਲਾਟਰੀ ਲਈ ਆਪਾਂ ਇਹ ਨਹੀਂ ਕਰਦੇ ਦੂਜਾ ਮੈਂ ਦੇਖ ਤਰਤੀਹ ਲਿਆ ਦਾਂਗੇ ਘਰ ਹਲਿਆ ਦਾਂ ਕਿਸੇ ਦਾ ਉਹ ਮੈਂ ਕਾਲੇ ਜਾਦੂ ਵਾਲੇ ਕਾਲੇ ਜਾਦੂ ਵਾਲੇ ਉਹ ਮੈਨੂੰ ਕਹਿੰਦੇ ਪੱਟੀ ਲਾ ਦੇ ਤੇਰੇ ਚੈਨਲ ਤੇ ਮੈਂ ਕਿਹਾ ਵੀ ਇਹ ਕਦੇ ਵੀ ਨਹੀਂ ਲੱਗਦੀ ਚਾਹੇ 1 ਰੁਪਿਆ ਨਾ ਆਵੇ ਸਾਨੂੰ ਚੈਨਲ ਤੋਂ ਪਰ ਆਹ ਚੀਜ਼ ਚ ਅਸੀਂ ਕਦੇ ਨਹੀਂ ਬੜਦੇ ਉਹ ਵੀ ਆਪਾਂ ਪੱਕਾ ਬੈਨ ਕੀਤਾ ਹੋਇਆ ਮੈਂ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਜੇ ਚੰਗੇ ਬਣਨਾ ਉਹ ਉਹਨਾਂ ਦਾ ਚੰਗਾ ਹੋਰ ਪਾਸਾ ਵੀ ਹੋ ਸਕਦਾ ਵੀ ਉਹ ਜਿਹੜੀ ਚੀਜ਼ ਮੈਂ ਪਾਉਣਾ ਸ਼ਾਇਦ ਉਹ ਸੋਚਦੇ ਨੇ ਅਸੀਂ ਇਹ ਨਹੀਂ ਪਾਉਂਦੇ ਉਹ ਤੇ ਚੰਗੇ ਹੋ ਸਕਦੇ ਪਰ ਮੇਰਾ ਮੰਨਣਾ ਇਹ ਚਾਰ ਤਿੰਨ ਚਾਰ ਚੀਜ਼ਾਂ ਨੇ ਤੀਜੀ ਚੀਜ਼ ਭਾਈ ਮੈਂ ਬਾਹਰ ਭੇਜਣ ਵਾਲਿਆਂ ਦੀ ਹੁਣ ਤੁਸੀਂ ਆਖੋਗੇ ਯਾਰ ਇਹ ਤਾਂ ਸਾਰਾ ਪੰਜਾਬ ਲੱਗਿਆ ਹੋਇਆ ਇਮੀਗ੍ਰੇਸ਼ਨ ਆਇਲਸ ਮੈਂ ਕਿਸੇ ਦੀ ਵੀਡੀਓ ਨਹੀਂ ਕਰਦਾ ਹਮ ਅੱਜ ਤੱਕ ਇੱਕ ਕੀਤੀ ਹੈ ਜਿੰਨਾ ਤੋਂ ਮੈਂ ਇੰਗਲਿਸ਼ ਪੜ੍ਹਿਆ 12ਵੀਂ ਪਾਸ ਕੀਤੀ ਹੈ ਉਹਨਾਂ ਦੀ ਇੱਕ ਵੀਡੀਓ ਕਰਕੇ ਆਇਆ ਤੇ ਉਹ ਆਪਣੇ ਕੋਲੋਜ਼ ਮਿੱਤਰ ਸੀ ਉਹ ਵੀ ਮੈਂ ਅਜ ਤੋਂ 8 ਮਹੀਨੇ ਸਾਲ ਪਹਿਲਾਂ ਕੀਤੀ ਹੈ ਪਰ ਉਹ ਵੀ ਆਪਣੀ ਕਾਟੀ ਮਰੀ ਹੋਈ ਆ ਆ ਕੁਝ ਫਾਰਮੈਟ ਤੁਸੀਂ ਸਾਡੇਾਂ ਵੀ ਰੱਖਿਆ ਹੋਇਆ ਸਾਡਾ ਵੀ ਇਹ ਹੈਗਾ ਹਾਂ ਤੇ ਇੱਕ ਬਈ ਰਹਿ ਜਾਂਦਾ ਜਿਹੜੇ ਕਹਿੰਦੇ ਇੱਕ ਦਿਨ ਚ ਪੱਥਰੀ ਠੀਕ ਕਰਾ ਲਓ ਇੱਕ ਦਿਨ ਚ ਆਹ ਠੀਕ ਕਰਾ ਲਓ ਦੇਸੀ ਵੈਦ ਹਮ ਉਹਨਾਂ ਨਾਲ ਵੀ ਆਪਾਂ ਉਹ ਵੈਦੀ ਵੀਡੀਓ ਕਰ ਦਾਂਗੇ ਜਿਹੜਾ ਚੰਗੀ ਚੀਜ਼ ਦੱਸੂਗਾ ਵੀ ਆਹ ਖਾਣ ਨਾਲ ਸਰੀਰ ਨੂੰ ਫਾਇਦਾ ਹੁੰਦਾ ਸਾਡੇ ਬੰਦੇ ਨੂੰ ਦੱਸ ਕੇ ਜਾਈਆਂ ਰਦਾ ਢਿੱਡ ਖਰਾਬ ਰਹਿੰਦਾ ਹਾਂ ਉਹ ਉਹ ਬੰਦੇ ਦੀ ਅਸੀਂ ਵੀਡੀਓ ਕਰ ਦਾਂਗੇ ਪਰ ਜਿਹੜਾ ਇਹ ਕਹਿੰਦਾ ਵੀ ਇਹ ਮੇਰਾ ਸ਼ਰਤੀਆ ਇਲਾਜ ਹੈ ਮੈਂ ਤਾਂ ਵੀ ਬਸ ਕਾਲੇ ਵਾਲ ਕਰ ਦੂੰ ਐ ਕਰ ਦੂੰ ਹੱਥ ਨੂੰ ਇਹ ਕਰ ਦੂੰ ਉਹ ਬੰਦੇ ਅਸੀਂ ਵੀਡੀਓ ਇਹ ਚਾਰ ਚੀਜ਼ਾਂ ਬਈ ਮੈਂ ਸੋਚੀਆਂ ਨੇ ਅੱਜ ਦੇ ਟਾਈਮ 'ਚ ਜਿਹੜੀਆਂ ਨੈਗੇਟਿਵ ਚੱਲ ਰਹੀਆਂ ਨੇ ਹਮ ਹੁਣ ਮੈਨੂੰ ਇਮੀਗ੍ਰੇਸ਼ਨ ਵਾਲੇ ਵੀ ਬਹੁਤ ਕਹਿੰਦੇ ਨੇ ਯਾਰ ਹਰੇਕ ਬੰਦਾ ਬਾਹਰ ਜਾਣ ਨੂੰ ਫਿਰਦਾ ਤੂੰ ਸਾਡੀ ਵੀਡੀਓ ਨਹੀਂ ਕਰਦਾ ਮਾਖਾ ਭਾਈ ਮੈਂ ਬਾਹਰ ਵਾਲਿਆਂ ਨੂੰ ਤਾਂ ਇੱਧਰ ਸੱਦਨ ਨੂੰ ਫਿਰਦਾ ਮੈਂ ਕਿੱਥੋਂ ਫਿਰਦਾ ਵੀ ਚੀਜ਼ਾਂ ਵੀ ਮਿਆਰ ਤੁਹਾਨੂੰ ਦੇਖਣਾ ਬੂ ਤੁਸੀਂ ਕਹੇਜੀ ਵੀਡੀਓ ਕਰਦੇ ਨਹੀਂ ਬਿਲਕੁਲ ਬਿਲਕੁਲ ਤਾਂ ਤੁਹਾਨੂੰ ਜਿਵੇਂ ਤੁਸੀਂ ਗੱਲ ਕਰੀ ਵੀ ਤੁਹਾਨੂੰ ਵੀ ਮੁਸ਼ਕਲਾਂ ਜਿਵੇਂ ਸਾਡੀ ਮੈਂ ਆਪਦੀ ਗੱਲ ਕਰਦਾ ਇੱਕ ਥੋੜੀ ਹੈਗੀ ਤਾਂ ਨਿੱਜੀ ਗੱਲ ਆ ਵੀ ਅਸੀਂ ਜਿੱਥੋਂ ਮੈਂ ਤਾਂ ਛੱਡ ਕੇ ਆਇਆ ਸੀ ਜਾਂ ਜਿੱਥੋਂ ਮੈਂ ਆਪਦਾ ਆਹ ਟਾਕ ਵਿਦ ਰਤਨ ਪਲੇਟਫਾਰਮ ਸ਼ੁਰੂ ਕਰਾਇਆ ਸੀ ਜੇ ਉਹਦਾ ਮੈਂ ਜਮਾ ਰੈਲਿਟੀ ਦੱਸਣੀ ਹੋਵੇ ਜਾਂ ਜਮਾ ਆਪਾਂ ਕਹਦੇ ਵੀ ਸੱਚ ਦੱਸਣਾ ਹੋਵੇ ਉਹ ਲੋਕ ਕਹਿਣਗੇ ਵੀ ਯਾਰ ਐਵੇਂ ਵੀ ਹੋ ਸਕਦਾਗਾ ਜੀ ਵੀ ਐਵੇਂ ਵੀ ਉਹ ਕੁਝ ਤੁਹਾਨੂੰ ਆਪਦੇ ਰੂਲ ਬਣਾਉਣੇ ਪੈਂਦੇ ਆ ਕੁਝ ਕੇਰਾ ਉਹ ਜਾ ਜਿਵੇਂ ਇੱਕ ਅਸੀਂ ਬਹੁਤ ਵੱਡੇ ਚੈਨਲ ਚ ਗਏ ਹਨਾ ਮੈਂ ਚਲੋ ਉਹ ਏਰੀਆ ਦਾ ਨਾਮ ਨਹੀਂ ਦੱਸੂਗਾ ਏਰੀਆ ਦਾ ਨਾਮ ਦੱਸਦਾ ਲੋਕਾਂ ਨੇ ਫੜ ਲੈਣਾ ਵੀ ਕਿੱਥੇ ਬਹੁਤ ਵੱਡਾ ਦਫਤਰ ਉਹਨਾਂ ਉਹਨਾਂ ਦੇ ਜਿਹੜੇ ਮਤਲਬ ਮੇਨ ਐਡੀਟਰ ਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਬਿਨਾ ਐਡ ਤੋਂ ਤੂੰ ਸਰਵਾਈਵ ਕਰ ਰਿਹਾ ਜੀ ਤੇ ਮੈਨੂੰ ਲੱਗਦਾਗਾ ਵੀ ਬਿਨਾ ਐਡ ਤੋਂ ਬੰਦਾ ਸਰਵਾਈਵ ਕਰ ਸਕਦਾ ਜੇ ਤੁਸੀਂ ਆਪਦੇ ਖਰਚੇ ਸੀਮਤ ਰੱਖੇ ਆ ਜਾ ਕੁਛ ਗੱਲਾਂ ਆਈਆਂ ਜਿਵੇਂ ਸਾਡੇ ਨਾਲ ਇੱਕ ਹੁਣ ਬਾਈ ਜੀ ਸੰਪਰਕ ਕਰ ਰਹੇ ਆ ਉਹ ਇਮੀਗ੍ਰੇਸ਼ਨ ਵਾਲੇ ਆ ਸੰਪਰਕਤਾ ਹਾਲਾਂਕਿ ਮੈਨੂੰ ਟਾਕ ਵਿੱਚ ਰਤਨ ਤੇ ਬਹੁਤ ਟਾਈਮ ਦੇ ਹੋ ਰਿਹਾ ਉੱਥੇ ਤਾਂ ਮੈਂ ਕਾਂਟੀ ਹੀ ਮਾਰੀ ਵੀ ਆ ਵੀ ਅਸੀਂ ਉਹੋ ਜਿਹਾ ਇੰਟਰਵਿਊ ਜਾਂ ਉਹੋ ਜਿਹਾ ਸਿਸਟਮ ਅਸੀਂ ਲੈ ਕੇ ਹੀ ਨਹੀਂ ਆਉਣਾ ਸਿੱਧੇ ਜਵਾਬ ਦੇ ਦਿੰਨੇ ਆਂ ਅਸੀਂ ਪਰ ਅਸੀਂ ਪੌਡਕਾਸਟ 'ਚ ਜ਼ਰੂਰ ਆ ਵੀ ਅਸੀਂ ਇੱਕ ਦੋ ਬੰਦੇ ਇਹੇ ਜੇ ਲੈ ਕੇ ਆਉਣੇ ਆ ਉਹਨਾਂ ਨੂੰ ਜਿਵੇਂ ਇਹ ਗੱਲਾਂ ਬਾਤਾਂ ਵਾਲਾ ਵੀ ਉਹਨਾਂ ਨੂੰ ਖੋਲਣਾ ਹੈਗਾ ਵੀ ਅਸੀਂ ਇਹ ਇੱਕ ਚੱਕਰ ਕੀ ਹੈ ਚੱਕਰ ਕੀ ਹੈ ਵੀ ਕਿਵੇਂ ਆ ਕੀ ਗੱਲਬਾਤ ਹੈ ਕਿਉਂਕਿ ਕਈ ਲੋਕ ਇਸ ਚੀਜ਼ ਦੇ ਉੱਤੇ ਬਹੁਤ ਵੱਡਾ ਫਰਾਡ ਕਰ ਗਏ ਉਹ ਕਹਿੰਦੇ ਵੀ ਬਾਹਰ ਜਾਣ ਤੋਂ ਬਾਅਦ ਹੀ ਸਾਰੀ ਪੇਮੈਂਟ ਤੋਂ ਜਾਂ ਕਿਵੇਂ ਆ ਉਹ ਕਈ ਵਾਰੀ ਤਾਂ ਹੁਣ ਇੱਕ ਇਹੋ ਜੀ ਚੀਜ਼ ਨਿਕਲਾਈ ਉਹ ਬੱਚਿਆਂ ਨੂੰ ਐਡਮਿਸ਼ਨਾਂ ਇਹੀ ਉੱਥੇ ਪ੍ਰਾਈਵੇਟ ਕਾਲਜਾਂ ਚ ਉਹ ਬਾਅਦ ਚ ਉਹਨਾਂ ਦੇ ਪੱਕੇ ਹੋਣ ਚ ਦਿੱਕਤ ਆ ਰਹੀ ਆ ਕਾਫੀ ਗੱਲਾਂ ਨਿਕਲ ਲੈਣਾ ਉਹ ਬਾਅਦ ਚ ਆਪਾਂ ਬਲਬੂਸਾ ਪਤਾ ਲੱਗਦਾ ਵੀ ਅਸਲ ਦੇ ਵਿੱਚ ਕਹਾਣੀ ਕੀ ਆ ਜਾਂ ਅਸਲ ਦੇ ਵਿੱਚ ਗੱਲ ਕੀ ਆ ਅਸਲ ਭਾਈ ਉਹੀ ਆ ਨਾ ਜੀ ਜਦੋਂ ਇੱਕ ਪਬਲਿਕ ਫਿਗਰ ਤੇ ਆਪਾਂ ਇੱਕ ਚੈਨਲ ਤੇ ਬੈਠੇ ਆ ਪਰ ਉਹ ਇੱਕ ਐ ਵੀ ਅਗੁਰੀ ਜਿੰਮੇ ਹੁਣ ਸਾਨੂੰ ਫੋਨ ਆ ਗਿਆ ਵੀ ਤੁਸੀਂ ਉਹ ਚਲਾ ਦਿਓ ਭਾਈ ਬਾਹਰ ਭੇਜਣ ਵਾਲੀਆਂ ਪੱਕਾ ਸਾਡਾ ਸ਼ਰਤਿਆਲਾ ਆ ਜਾ ਪਥਰੀ ਦਾ ਉਹ ਨਾਂ ਤਾਂ ਹੁੱਡਾ ਨਾ ਛੋਡੇ ਭਰੋਸੇ ਜਿਹੜਾ ਬੰਦਾ ਹੁੱਡੇ ਨਾਲ ਜਿਹੜਾ ਵਾ ਉਹ ਛੋਡੇ ਭਰੋਸੇ ਜਾ ਰਿਹਾ ਜੀ ਉਹ ਬੰਦੇ ਦੇ ਨਹੀਂ ਉਹਨੂੰ ਪਹਿਲਾ ਭਰੋਸਾ ਤੁਹਾਡਾ ਹੈਗਾ ਜਿਹਦੇ ਐਡ ਚੱਲੀ ਆ ਜੀ ਹਾਂ ਇਹਦੇ ਲਈ ਬਈ ਇੱਕ ਹੋਰ ਮੈਂ ਆਪ ਦੀ ਗੱਲ ਲਾ ਦਾਂ ਵੀ ਹੁਣ ਕਈ ਬੰਦੇ ਕਹਿੰਦੇ ਨੇ ਤੂੰ ਇੰਨਾ ਕਿਵੇਂ ਸੋਚ ਲੈਣਾ ਜੀ ਹੁਣ ਮੇਰੇ ਨਾਲ ਇੱਕ ਫਰੈਂਡ ਸਰਕਲ ਹੈ ਹਾਂ ਅਸੀਂ ਯਾਰ ਬੇਲੀ ਸਾਡਾ ਵਟਸਐਪ ਤੇ ਗਰੁੱਪ ਹੈ ਹਾਂ ਅਸੀਂ ਸੱਤ ਕੇ ਜਾਣੇ ਯੂਨੀਵਰਸਿਟੀ ਵਾਲੇ ਠੀਕ ਹੈ ਜਿਹੜੀ ਮੈਂ ਕੋਈ ਵੀਡੀਓ ਪਾਉਣਾ ਹੈ ਉਹਦੇ ਵਿੱਚ ਜਾਂਦੀ ਆ ਨਾਲ ਦੀ ਨਾਲ ਹੂੰ ਜੇ ਉੱਥੋਂ ਇੱਕ ਵਾਰ ਮੈਸੇਜ ਆ ਗਿਆ ਵੀ ਗੁਰੀ ਵੀਡੀਓ ਡਿਲੀਟ ਕਰ ਦੇ ਤਾਂ ਮੈਨੂੰ ਚਾਹੇ ਉਹ ਤੋਂ 1000 ਡਾਲਰ ਆਉਣੇ ਚਾਹੇ ਮੈਨੂੰ ਆਉਣਾ 1 ਡਾਲਰ ਉਹ ਵੀਡੀਓ ਡਿਲੀਟ ਹੈ ਹੂੰ ਉਹਦੀ ਹਿੰਮਤ ਕਿਵੇਂ ਹੋ ਸਕਦੀ ਹੈ ਅਪਣੀ ਡਿਲੀਟ ਕਰਨ ਦੀ ਇਹ ਵੀ ਇੱਕ ਜਿਹੜੇ ਦੇਖ ਰਹੇ ਨੇ ਮਿੱਤਰ ਮੈਂ ਉਹਨਾਂ ਲਈ ਦੱਸਦਾ ਜੇ ਕੋਈ ਨਵਾਂ ਸਟਾਰਟ ਕਰਨਾ ਚਾਹੁੰਦਾ ਕਿਸੇ ਨਾਲ ਵੀ ਕੋਈ ਕਮਿਟਮੈਂਟ ਨਾ ਕਰਕੇ ਉਹ ਜੇ ਆਪਾਂ ਕਿਤੇ ਕੋਈ ਨਿਊ ਚੈਨਲ ਆਪਣੇ ਕੋਲੇ ਆਉਂਦਾ ਉਹ ਕਹਿ ਕੇ ਜਾਂਦਾ ਵੀ ਤੁਸੀਂ ਦੇਣਦਾਰ ਹੋ ਜਿਹੜੀ ਗੱਲ ਕਹਿ ਰਹੇ ਹਾਂ ਹਾਂ ਤਾਂ ਮੈਂ ਜਿਹਦੀ ਵੀਡੀਓ ਬਣਾਉਣਾ ਪਾਉਂਦਾ ਨੇ ਕੱਲ ਕਰਕੇ ਆਉਣਾ ਮੈਨੂੰ ਤੂੰ ਖਰਚਾ ਪਾਣੀ ਦਿੱਤਾ ਨਹੀਂ ਦਿੱਤਾ ਵੀਡੀਓ ਮੇਰੀ ਆ ਮੈਂ ਕਦੋਂ ਵੀ ਡਿਲੀਟ ਕਰ ਸਕਦਾ ਕਿਤੇ ਨਾ ਕਿਤੇ 1921 ਚ ਬਈ ਜਦੋਂ ਆਪਾਂ ਮਾਰਕੀਟ ਚ ਰੋਜ਼ ਜਾਂਦੇ ਆਂ ਕਈ ਵਾਰੀ ਗੱਲ ਨਿਕਲਦੀ ਕੋਈ ਬੰਦੇ ਫਰੋਡ ਵਾਲੇ ਬੰਦੇ ਆਪ ਨੂੰ ਮਿਲ ਕੇ ਆਪਣੇ ਤੋਂ ਵੀਡੀਓ ਬਣਵਾ ਲੈਂਦੇ ਕੋਈ ਵੱਡੀ ਗੱਲ ਕਈ ਵਾਰੀ ਯਾਰ ਬੰਦੇ ਕੀ ਇਹ ਗੱਲਾਂ ਬੰਦਾ ਗਲਤੀਆਂ ਦਾ ਪੁਤਲਾ ਆਂ ਨਾਲੇ ਗੱਲਾਂ ਚ ਵੀ ਆ ਜਾਂਦੇ ਆ ਸਾਰਾ ਕੁਝ ਗਲਤੀਆਂ ਦਾ ਪੁਤਲਾ ਆ ਹੁਣ ਜੇ ਮੈਂ ਅੱਜ ਤੇ ਤੁਹਾਡੇ ਕੋਲੇ ਆਇਆ ਆ ਤੁਹਾਡਾ ਇੱਥੇ ਕੋਈ ਦੁਕਾਨ ਆ ਕੋਈ ਮਿੱਤਰ ਦਾ ਕੋਈ ਕੰਮ ਹੈ ਹੁਣ ਤੁਹਾਨੂੰ ਮੈਂ ਤੁਹਾਡੇ ਤੇ ਫੇਤ ਕਰਦਾ ਤੁਸੀਂ ਉਥੇ ਫੇਤ ਕਰਦੇ ਹੋ ਉਹ ਅੱਗੇ ਆਪਾਂ ਨੂੰ ਪਤਾ ਨਹੀਂ ਕੀ ਕਰਾ ਦੇ ਪਰ ਬਾਅਦ ਚ ਜਦੋਂ ਆਪਣੇ ਵਾਲੇ ਫਰੈਂਡ ਸਰਕਲ ਮੈਨੂੰ ਕਹਿ ਜਾਂਦਾ ਮੇਰੇ ਮਿੱਤਰ ਨੇ ਫਤੇਗੜ ਸਾਹਿਬ ਹੁਸ਼ਿਆਰਪੁਰ ਅੰਮ੍ਰਿਤਸਰ ਤੇ ਸਭ ਤੋਂ ਉਹ ਮੈਨੂੰ ਜੋ ਮੈਸੇਜ ਕਰਦਾ ਉਹ ਵੀ ਡਿਲੀਟ ਕਰਦੇ ਮੈਂ ਕੋਈ 19 21 ਗੱਲ ਹੀ ਨਹੀਂ ਕਰਦਾ ਆਪਾਂ ਵੀਡੀਓ ਡਿਲੀਟ ਉਹ ਚੀਜ਼ ਕਰਕੇ ਮੈਂ ਕਹਣਾ ਵੀ ਆਪਣਾ ਅਜ ਨਾਮ ਹੈ ਲੋਕਾਂ ਨੂੰ ਪਤਾ ਵੀ ਯਾਰ ਬੰਦਾ ਉਹ ਚੀਜ਼ ਤੋਂ ਭੱਜ ਜਾਂਦਾ ਜਿਹੜੀ ਚੀਜ਼ ਗਲਤ ਹੈ ਇਹ ਉਹਦੇ ਨੇੜੇ ਜਾ ਕੇ ਨਹੀਂ ਰਾਜੀ ਉਹ ਮਿਆਰ ਰੱਖਣਾ ਜਿੰਨਾ ਯਾਰ ਮਿਆਰ ਰੱਖਾਂਗੇ ਉਹਨਾਂ ਚਿਰ ਜਾਉਂਦੇ ਆ ਜੇ ਅਣਖਾਪਾ ਖਤਮ ਕਰ ਲਈ ਫਿਰ ਕੋਈ ਫਾਇਦਾ ਨਹੀਂ ਇੱਥੇ ਪੈਸਾ ਤਾਂ ਜਦੋਂ ਮਰਜ਼ੀ ਕਮਾ ਲਓ ਬਈ ਪੈਸਾ ਤਾਂ ਮੇਰੇ ਕੋਲੇ ਜਿਹੜਾ ਬੰਦਾ ਕਹਿੰਦਾ ਭਾਈ ਮੈਂ ਬੜਾ ਗਰੀਬ ਆ ਮੈਂ ਉਹਨੂੰ ਇਹ ਜਿਹੜੀਆਂ ਟ੍ਰਿਕਾਂ ਦੱਸੂ ਉਹ ਤੁ ਜਿੰਨਾ ਮਰਜ਼ੀ ਪੈਸਾ ਕਮਾ ਲੇ ਪਰ ਕੱਲਾ ਪੈਸਾ ਨਹੀਂ ਨਾ ਕੰਮ ਕਰਦਾ ਜਿੱਥੇ ਨਾ ਕੰਮ ਕਰਦਾ ਬਈ ਇੱਕ ਮੈਨੂੰ ਹੋਰ ਗੱਲ ਦੱਸੋ ਜੀ ਵੀ ਜਿਹੜਾ ਹੁਣ ਡਾਲਰਾਂ ਵਾਲਾ ਭੰਬਲ ਭੂਸਾ ਮੈਂ ਅਕਸਰ ਸਾਡੇ ਜਿਹੜੇ ਨਾਲ ਮੁੰਡਿਆਂ ਉਹਨਾਂ ਨੂੰ ਵੀ ਦੱਸਦਾ ਨਾ ਹੋਰ ਬਹੁਤ ਬੰਦਿਆਂ ਨੂੰ ਦੱਸਦਾ ਜਿਵੇਂ ਹੁਣ ਉਹ ਪੌਡਕਾਸਟ ਤੇ ਆਪਣੇ ਨਾਲ ਮੁੰਡਾ ਆਗਾ ਕੋਟਕਪੁਰੇ ਤੋਂ ਸਿਮਰਣਾ ਆਇਆਗਾ ਹਣਾ ਵੀ ਇਹ ਜਿਹੜਾ ਡ ਫੇਰ ਤਾਂ ਆਪਣਾ ਚੈਨਲ ਆ ਕਾਮਯਾਬ ਜੀ ਜੇ ਡਾਲਰਾਂ ਵਾਲੇ ਭੰਬਲ ਭੂਸੇ 'ਚ ਰਹੇ ਫੇਰ ਆਪਾਂ ਕਾਮਯਾਬ ਨਹੀਂ ਚਾਹੇ ਆਪਾਂ 10000 ਡਾਲਰ ਹੀ ਕਿਉਣਾ ਕਮਾਉਂਦੇ ਹੋਈਏ ਮਹੀਨੇ ਦਾ ਬਿਲਕੁਲ ਭਾਈ ਉਹਦੇ ਲੈ ਕੇ ਵੀ ਉਹ ਕਿੰਨੇ ਕ ਬੰਦੇ ਆਉਂਦੇ ਓਡੇ ਕੋਲੇ ਵੀ ਜਿਹੜੇ ਸਿਰਫ ਇੱਕ ਉਸ ਦੌੜ 'ਚ ਹੀ ਆ ਜਾਂ ਉਸ ਮੈਂ ਪਰਸੈਂਟੇਜ 100 'ਚ ਆਪਾਂ ਉਵੇਂ ਨਹੀਂ 90% ਤਾਂ ਪੈਸੇ ਲਈ ਆਉਂਦੇ ਆ ਪੈਸੇ ਲਈ ਆਉਂਦੇ ਹਰ ਕੋਈ ਇਹ ਸੋਚਦਾ ਹੈ ਜਦੋਂ ਚੈਨਲ ਮੋਨਟਾਈਜ਼ ਹੋ ਜਾਂਦਾ ਕਾਨੂੰਨ ਦਾ ਪਤਾ ਹੀ ਹੈ ਵੀ ਚੈਨਲ ਮੋਨਟਾਈਜ਼ ਹੋਣ ਤੋਂ ਬਾਅਦ ਤਾਂ ਪਹਿਲੀ ਗੱਲ ਇਹ ਹੁੰਦੀ ਹੈ ਬਾਈ 100 100 ਡਾਲਰ ਉਹ 0.11 ਜਿਵੇਂ ਸੈਂਟ ਸੈਂਟ ਹੋ ਜਾਂਦੇ ਨੇ ਡਾਲਰ ਦਾ ਪੂਰਾ ਹੋਇਆ ਨਹੀਂ ਹੁੰਦਾ ਹੂੰ ਉਸ ਟਾਈਮ ਹੀ ਫੋਨ ਆਉਂਦਾ ਹੈ ਬਾਈ 11 ਹੋ ਗਿਆ ਕਿੰਨੇ ਬਣ ਗਏ ਮੈਂ ਕਿਹਾ ਬਾਈ 11 ਨਹੀਂ ਹੋਏ ਹਜੇ 1 ਡਾਲਰ ਪੂਰਾ ਹੋ ਲੈਣ ਦੇ ਇਹਨੂੰ ਸਾਹ ਲੈਣ ਦਿਓ ਮਤਲਬ ਵੀ ਉਹ ਪੈਸੇ ਤੇ 80% 90% ਕੱਲੇ ਪੈਸੇ ਤੇ ਤੇ ਵਿੱਚ ਕੁਦਰਤ ਪ੍ਰੇਮੀ ਆਉਂਦੇ ਆ ਇੱਕ ਵੀਰ ਮੇਰਾ ਹੁਸ਼ਿਆਰਪੁਰ ਤੋਂ ਤੇ ਪਠਾਨਕੋਟ ਸਾਈਡ ਤੋਂ ਆ। ਠੀਕ ਹੈ। ਉਹ ਪਾਣੀਆਂ ਦੇ ਮੁੱਦੇ ਤੇ ਗੱਲ ਕਰਦੇ ਆ। ਹੂੰ। ਉਹਨਾਂ ਨੇ ਵੀ ਕਦੇ ਤੁਹਾਨੂੰ ਮੌਕਾ ਦੇਵਾਂਗੇ। ਬਹੁਤ ਨੌਲੇਜਰ ਉਹਨਾਂ ਨੂੰ। ਬਿਲਕੁਲ। ਉਹ ਕਹਿੰਦੇ ਮੈਂ ਤਾਂ ਪੰਜਾਬੀ ਇਹਨਾਂ ਦੱਸਣਾ ਚਾਹਣਾ। ਕਿਹੜੇ ਲਾਂ ਡ੍ਰਪ ਕਿੱਥੇ ਕਿਹੜੀ ਨਹਿਰ ਕਿਵੇਂ ਦਿੱਤੀ। ਹਾਂ। ਆਪਣੇ ਖਾਲ ਵਰਤ ਲੋ ਪਾਣੀ ਵਰਤ। ਪਰ ਬਹੁਤ ਲੋਕ ਆ ਮੈਂ ਯਾਰ ਇੰਸਟਾਗ੍ਰam ਤੇ ਇੱਕ ਦਿਨ ਚੈੱਕ ਕਰਿਆ ਜਿਵੇਂ ਆਪਾਂ ਚੈੱਕ ਨਹੀਂ ਕਰਦੇ ਹਨ ਵੈਸੀ ਉਹ ਇੱਕ ਸਾਊਥ ਦੀ ਲੜਕੀ ਦੀ ਵੀਡੀਓ ਆ ਗਈ ਸਾਹਮਣੇ। ਜੀ। ਉਸ ਤੋਂ ਬਾਅਦ ਉਹ ਆਪਾਂ ਜਦੋਂ ਇੱਕ ਉਹ ਜੀ ਦੇਖ ਲਈਏ ਤਾਂ ਆਪਾਂ ਨੂੰ ਉਹ ਉਹ ਜਾ ਮਟੀਰੀਅਲ ਕਹੜਾ ਕਨਸੈਪਟ ਆ ਹਰੇ ਆਪਣੇ ਪੰਜਾਬ ਚ ਨਹੀਂ ਮਤਲਬ ਕਈ ਬੰਦੇ ਦੱਸ ਰਹੇ ਆ ਆਪਾਂ ਨੂੰ ਆਪਦੀ ਪੁਰਾਣੀ ਹਿਸਟਰੀ ਬਾਰੇ ਜਾਂ ਮਤਲਬ ਦੱਸਣ ਦਾ ਤਰੀਕਾ ਗੱਲ ਤਾਂ ਉਹੀ ਆ ਦੱਸਦਾ ਪਰ ਤਰੀਕਾ ਤੇ ਉਹ ਕਰ ਕੀ ਰਿਹਾ ਕੱਲੀਆਂ ਰੀਲਾਂ ਹੀ ਪਾ ਰਹੇ ਆ ਉਹ 30 30 40 40 40 ਸੈਕਿੰਟਾਂ ਚ ਉਹ ਇਹੇ ਜੀ ਤੁਹਾਨੂੰ ਬਿਹਤਰੀਨ ਨੌਲੇਜ ਦੇ ਰਿਹਾ ਜਿਵੇਂ ਉਹ ਮੁੰਡੇ ਦੀ ਆਪਾਂ ਇੰਟਰਵਿਊ ਕਰੀ ਸੀ ਗੁਰੇ ਕਪਾਲ ਆਪਣਾ ਭਰਾਈ ਆ ਮੁੰਡਾ ਇੰਗਲੈਂਡ ਰਹਿੰਦਾ ਚੀਵ ਹੈਪਲੀ ਵਾਲਾ ਜਿਹੜਾ ਪੋਜ਼ਿਟਿਵ ਵੀਡੀਓ ਹਾਂਜੀ ਹਾਂ ਬਹੁਤ ਵਧੀਆ ਵੀਡੀਓ ਪਾਉਂਦਾ ਤਾਂ ਉਹ ਮਤਲਬ 30 ਸੈਕਿੰਟਾਂ ਦੇ ਵਿੱਚ ਜਾਂ 1 ਮਿੰਟ ਦੇ ਵਿੱਚ ਡਿਪ ਆਪਾਂ ਜੂਜ ਕਿੰਨੀਆਂ ਉਹ ਚੀਜ਼ਾਂ ਨਾਲ ਰਹੇ ਆ ਆਪਣੇ ਸਮਾਜ ਦੇ ਵਿੱਚ ਆ ਹਨ ਤੇ ਆਪਾਂ ਲੱਖਾਂ ਰੁਪਇਆ ਚੱਕੀ ਫਿਰਦਾ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਤੇ ਉਹ 30 ਘੰਟਿਆਂ ਦੇ ਵਿੱਚ 1 ਮਿੰਟ ਦੇ ਵਿੱਚ ਤੁਸੀਂ ਕੁਝ ਚੀਜ਼ਾਂ ਲਾਗੂ ਕਰ ਲਈਆਂ ਚਲੋ ਇੱਕ ਬੰਦਾ ਤਾਂ ਹੈਗਾ ਤੰਗੀ 'ਚ ਇੱਕ ਬੰਦਾ ਦਾ ਹੈਗਾ ਆਪਾਂ ਕਹਈਏ ਵੀ ਡੇਲੀ ਦਾ ਕੰਮਕਾਰ ਚ ਬਿਜ਼ੀ ਆ ਪਰ ਕਈ ਬੰਦੇ ਸੁਖਾਲੇ ਬੰਦਿਆਂ ਨੂੰ ਤਾਂ ਜ਼ਿਆਦਾ ਉਹ ਪ੍ਰੋਬਲਮ ਆਂਗੀਆਂ ਤੇ ਉਹ ਬੰਦੇ ਆ ਆਪਣੀ ਜ਼ਿੰਦਗੀ ਚ ਕੁਝ ਚੀਜ਼ਾਂ ਦੀਆਂ ਤਬਦੀਲੀਆਂ ਕਰਕੇ ਕੁਝ ਆਪਦੀ ਜ਼ਿੰਦਗੀ ਦੇ ਕਾਨੂੰਨ ਬਦਲ ਕੇ ਤੇ ਬਹੁਤ ਕੁਝ ਹਾਸਲ ਕਰ ਸਕਦੇ ਬਿਲਕੁਲ ਬਈ ਬਿਲਕੁਲ ਹੁਣ ਇਹ ਚ ਬਈ ਸਭ ਤੋਂ ਵੱਡੀ ਐਗਜ਼ਾਮਪਲ ਇੱਕ ਹੋਰ ਦੇ ਦੇਣਾ ਹਮ ਜਿਹੜੇ ਦਾਨੀ ਵੀਰ ਨਹੀਂ ਹਾਂ ਜ਼ਿਆਦਾ ਇਹਨਾਂ ਦੇ ਵੀ ਸਾਨੂੰ ਇੱਕ ਬਹੁਤ ਵੱਡੀ ਗੱਲ ਲੱਗਦਾ ਕਿਉਂਕਿ ਮੇਰੇ ਕੋਲੇ ਆਉਂਦੇ ਆ ਨਾ ਹਮ ਉਹਨਾਂ ਚੋ ਵੀ ਮੈਨੂੰ ਲੱਗਦਾ 50% ਬਈ ਸਿਰਪਾਗਮਤੀ ਆ ਕਿਉਂਕਿ ਜੇ ਆਪਾਂ ਕਿਤੇ ਸੇਵਾ ਕਰਨੀ ਆ ਜਦ ਕਿਤੇ ਵੀ ਆਪਾਂ ਜਾਣੇ ਹੂੰ ਉਹਨੂੰ ਬਲੌਗ ਇਸ ਤਰੀਕੇ ਨਾਲ ਬਣਾਉਣਗੇ ਤੇ ਮੈਨੂੰ ਉਹਨਾਂ ਦੀ ਇੰਨੀ ਕੀ ਰਿਪੋਰਟ ਆਈ ਹੈ ਵਿੱਚ ਵਿੱਚ ਬੰਦਿਆਂ ਦੀ ਮੇਰੇ ਕੋਲੇ ਮਤਲਬ ਫੋਨ ਉਹ ਬੰਦੇ ਦੇ ਆਉਂਦਾ ਜਿਹੜਾ ਦੁਖੀ ਹੁੰਦਾ ਹੈ ਹਾਂ ਵੀ ਭਾਈ ਯਾਰ ਆ ਵੀਡੀਓ ਤਾਂ ਸਾਡੀ ਸੀ ਪੈਸੇ ਉਹ ਕਮਾਈ ਜਾਂਦਾ ਇਹਦੀ ਸੇਵਾ ਦਾ ਸੀ ਕਰ ਰਹੇ ਆ ਅਜੇ ਤੁਸੀਂ ਕਈਆਂ ਦੇ ਪਰਦੇ ਖੋਲੋਗੇ ਹਾਂ ਉਹ ਮੇਰੇ ਕੋਲੇ ਕੀ ਹੈ ਨਾ ਉਹ ਕਹਿੰਦੇ ਵੀ ਮੇਰੇ ਕੋਲੇ ਕੋਈ ਆਏ ਵਧੀਆ ਉਹਨਾਂ ਦਾ ਸੇਵਾਪਾ ਬਣਾਉਂਦਾ ਭਾਈ ਉਹਨਾਂ ਦਾ ਚੱਲਦਾ ਆਪਾਂ ਨਾ ਪਗੇ ਤਾਂ ਲੈਂਦੇ ਨਹੀਂ ਜੀ ਜੀ ਉਹ ਕਹਿੰਦੇ ਭਾਈ ਯਾਰ ਇੰਨੇ ਜਾਣੇ ਸਾਹਮੇ ਦਾ ਸੀ ਨੇ ਵੀਡੀਓ ਕਿਸੇ ਹੋਰ ਬੰਦੇ ਨੇ ਪਾਈ ਆ ਵੀ ਪਰ ਸੜਕ ਤੋਂ ਚੱਕਣ ਦੀ ਵੀਡੀਓ ਕੋਈ ਹੋਰ ਬੰਦਾ ਪਾਉਂਦਾ ਹੈ। ਸਾਵਧਾਨ ਉਹ ਕੋਈ ਹੋਰ ਬੰਦਾ। ਹੂੰ। ਮਤਲਬ ਇਹਦੇ ਵਿੱਚ ਇਹ ਵੀ ਔਲਾ ਹੈ। ਉਹ ਕੱਲੇ ਡਾਲਣਾ ਪਿੱਛੇ। ਹੂੰ। ਤੇ ਮੈਂ ਕਹਣਾ ਵੀ ਚਲੋ ਆ ਆਪਾਂ ਉਹ ਚੀਜ਼ ਤੇ ਜਾਂਦੇ ਨਹੀਂ। ਜਿਹੜਾ ਬੰਦਾ ਕਮਾਉਂਦਾ ਹੈ ਉਹਨੂੰ ਲਾਉ ਵੀ ਸਹੀ। ਇੱਕ ਦਸਵੰਦ। ਗੁਰੂਆਂ ਨੇ ਆਪਾਂ ਨੂੰ ਇੱਕ ਇੱਕ ਉਹ ਸ਼ਬਦ ਨਹੀਂ। ਇੱਕ ਆਪਣਾ ਇਹ ਜੀ ਸਿੱਖਿਆ ਦਿੱਤੀ ਹੈ ਵੀ ਜੇ ਤੁਸੀਂ ਦਸਬੰਦ ਕੱਢਾ ਲਾ ਕੇ ਮੈਂ ਤੁਹਾਨੂੰ ਗੁਰੀ ਦੱਸਦਾ ਇੱਕ ਗੱਲ ਗਲਤ ਆ ਹੈਗੀ ਪੜੀ ਕੌੜੀ ਹੈ ਨਾ ਹੋ ਸਕਦਾ ਤੁਹਾਡਾ ਤਜਰਬਾ ਵੀ ਇਹ ਹੋਊਗਾ ਪਰ ਉਹਦੇ ਅਗੂ ਜਿਵੇਂ ਮੈਨੂੰ ਲੱਗਦਾ ਨਾ ਵੀ 6 ਸਾਲ ਹੋ ਗਏ ਮੈਨੂੰ ਇਹ YouTube ਵਾਲੇ ਸਿਸਟਮ 'ਚ ਜਾਂ ਖਬਰਾਂ ਵਾਲੇ ਸਿਸਟਮ 'ਚ ਕਈ ਬੰਦੇ ਮੈਂ ਇਹ ਜੇ ਦੇਖਿਆ ਵੀ ਜਿਹੜਾ ਨੂੰ ਮਹੀਨੇ ਦਾ 15000 ਤੋਂ 25000 ਡਾਲਰ ਆਉਂਦਾਗਾ ਸਾਡੇ ਖਬਰਾਂ ਵਾਲਿਆਂ ਨੂੰ ਠੀਕ ਹੈ ਜੀ ਪਰ ਉਹਨਾਂ ਦਾ ਜਦੋਂ ਆਪਾਂ ਕਹਈਏ ਨਾ ਵੀ ਜੇ ਉਹਨਾਂ ਨੂੰ ਮਹੀਨੇ ਦਾ 10000 ਡਾਲਰ ਬਣਾਇਆ ਪਿਆਗਾ ਪਹਿਲੇ 20 ਦਿਨਾਂ ਦਾ ਜਾਂ ਤੁਸੀਂ ਐ ਮੰਨ ਕੇ ਚੱਲੋ 29 ਤੇ ਦੋ ਦਿਨ ਰਹਿੰਦੇ ਆ ਮਹੀਨੇ ਦੇ ਵਿੱਚ ਜਾਂ 27 ਦਿਨਾਂ ਦਾ ਦੋ ਤਿੰਨ ਦਿਨ ਰਹਿੰਦੇ ਆ ਹਨਾ ਤਾਂ ਕੋਈ ਪੰਜਾਬ 'ਚ ਇਹੋ ਜਿਹੀ ਘਟਨਾ ਹੋਗੀ ਤਾਂ ਉੱਥੇ ਆਪਦਾ ਉਹ ਇਹੋ ਜਿਹਾ ਜ਼ਮੀਰ ਵੇਚਦੇ ਆ ਇਹੋ ਜਿਹਾ ਸਿਸਟਮ ਕਰਦੇ ਆ ਮਤਲਬ ਉਹ ਸਬਰ ਨਹੀਂ ਸਬਰ ਨਹੀਂ ਵਾਪਰ ਉਹੀ ਆ ਨਾ ਬਾਈ ਬੜਾ ਖਤਰਨਾਕ ਖਾਸ ਕਰਕੇ ਚੀਜ਼ ਮੈਨੂੰ ਮਹਿਸੂਸ ਹੋਈ ਜਦੋਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਚਸਕਾਰ ਵਾਲੇ ਦਿਨਾਂ ਉਹ ਉਹ ਦਿਨਾਂ ਦੇ ਵਿੱਚ ਮਤਲਬ ਤੁਸੀਂ ਆਪਾਂ ਕਹਿ ਸਕਦੇ ਆਂ ਵੀ ਯਾਰ YouTube ਦਾ ਜਾਂ ਖਬਰਾਂ ਵਾਲੇ ਉਹਦਾ ਨਾ ਮਿਆਰ ਤੁਸੀਂ ਸੋਚ ਨਹੀਂ ਸਕਦੇ ਮਤਲਬ ਉਹ ਸ਼ਬਦਾਂ ਦੇ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ ਮੇਰਾ ਤਾਂ ਪਿੰਡ ਹੀ ਨਾਲ ਬਾਈ ਦੀ ਆ ਸਿੱਧੂ ਦੇ ਵੀ ਸ਼ਬਦਾਂ ਦੇ ਵਿੱਚ ਮੈਨੂੰ ਲੱਗਦਾ ਵੀ ਮੈਂ ਸ਼ਬਦਾਂ ਦੇ ਵਿੱਚ ਉਹ ਗੱਲ ਬਿਆਨ ਕਰੂੰਗਾ ਮੈਂ ਦੱਸੂੰਗਾ ਵੀ ਤੇ ਨਾਲੇ ਆਪਦੇ ਮੂੰਹ ਤੇ ਥਪੜੇ ਮਾਰੀ ਚੱਲੇਗੇ ਵੀ ਯਾਰ ਅਸੀਂ ਇਹ ਲੈਵਲ ਤੱਕ ਜਾ ਚੁੱਕੇ ਹਾਂ ਬਈ ਮੈਂ ਇਹਦੀ ਬਹੁਤ ਵੱਡੀ ਐਗਜ਼ਾਮਪਲ ਤੁਹਾਨੂੰ ਦੱਸਦਾ ਹਾਂ ਮੈਂ ਜਦੋਂ ਬਾਈ ਦੀ ਡੈਥ ਹੋਈ ਆ ਮੈਂ ਲੇਹ ਲਦਾਖ ਸੀ ਉਸ ਦਿਨ ਅਸੀਂ ਉਹਦੀ ਟੂਰ ਕੈਨਸਲ ਕਰਤਾ ਸੀ ਵਾਪਸ ਆ ਗਏ ਅਸੀਂ ਤੀਜੇ ਦਿਨ ਆ ਗਏ ਸੀ ਸ਼੍ਰੀਨਗਰ ਵਾਲੇ ਦੀ ਠੀਕ ਹੈ ਜੀ ਤੇ ਕਿਉਂਕਿ ਮੇਰਾ ਤਾਂ ਸਾਡਾ ਤਾਂ ਆਉਣਾ ਜਾਣਾ ਮਾਂ ਸਾਡੇ ਪਿੰਡਾਂ ਦਾ ਤਾਂ ਸਿੱਧੂ ਦੇ ਘਰੇ ਸਿੱਧੂ ਹੋ ਜਾਂਦਾ ਹਾਂ ਪਿੰਡਾਂ ਦਾ ਤਾਂ ਭਾਈਚਾਰ ਆ ਗਿਆ ਭਾਈਚਾਰ ਤੇ ਖੇਤ ਵੀ ਨਾਲ ਲੱਗਦੇ ਸਾਡੇ ਪਿੰਡ ਦੇ ਘਰਾਗਨੇ ਦੇ ਤੇ ਮੈਂ ਉੱਥੇ ਦੇਖਿਆ ਯਾਰ ਵੀ ਉਹਦੇ ਸੰਝੇ ਜੱਤ ਨੇ ਆਉਣਾ ਸੀ ਜਿੱਦੇ ਮੈਂ ਪਹੁੰਚਿਆ ਹਾਂ ਹਾਂ ਉਹ ਖਬਰ ਚੱਲੀ ਜਾਂਦੀ ਸੀ ਸੰਝੇ ਦਾ ਤਾਊ ਸੰਝੇ ਦਾ ਤਾਊ ਉਹਦੇ ਸੌਹ ਜਾਈ ਵੀ ਨਹੀਂ ਪਤਾ ਵੀ ਆਏ ਆ ਕਿ ਨਹੀਂ ਕਿਸੇ ਆਏ ਜਾਂ ਨਹੀਂ ਆਏ ਉਹ ਪਰਿਵਾਰ ਜਾਣਦਾ ਜਾਂ ਸੰਝੇ ਜੱਤ ਜਾਣਦਾ ਹਾਂ ਪਰ ਇਹਨਾਂ ਨੇ ਸਾਰਾ ਦਿਨ ਵੀ ਇਹੀ ਦਿਖਾਇਆ ਵੀ ਆ ਗਿਆ ਉਹ ਮੈਂ ਉੱਥੇ ਅੰਦਰ ਬੈਠਾ ਮੇਰੇ ਨਾਲ ਦੇ ਪਿੰਡ ਦੇ ਨੌਜਵਾਨ ਮੈਨੂੰ ਕਹਿੰਦੇ ਵੀ ਇਹ ਕੀ ਗੱਲਬਾਤ ਹੈ ਮੈਂ ਕਿਹਾ ਡੱਲਾ ਡਿੱਗੀ ਜਾਂਦੇ ਹਾਂ ਹੂੰ ਮਗਾ ਹਰ ਇੱਕ ਬੰਦੇ ਨੂੰ ਦੁੱਖਾ ਬਾਈ ਦੀ ਮੌਤ ਦਾ ਹਰ ਇੱਕ ਲੇਡੀਜ਼ ਬੱਚਾ ਵੱਡਾ ਸਿਆਣਾ ਬਜ਼ੁਰਗ ਸਭ ਦੇਖ ਰਹੇ ਨੇ ਤੇ ਇਹਨਾਂ ਨੂੰ ਮਿਲੀਆਣਾ ਘੰਟਿਆਂ ਚ ਵੀਊ ਆ ਰਹੇ ਨੇ ਤੇ ਇਹਨਾਂ ਨੂੰ ਕੱਲੇ ਡਾਲਰਾਂ ਤੱਕ ਮਤਲਬ ਜੋ ਤੁਸੀਂ ਕਹਿੰਦੇ ਜਮੀਰ ਵੇਚਣ ਵਾਲਾ ਕੰਮ ਉਸ ਦਿਨ ਉਹਨਾਂ ਨੇ ਕੋਈ ਮਤਲਬ ਵੀ ਮੈਂ ਕਹਣਾ ਸਿੱਧੂ ਬਾਈ ਦਾ ਡੌਗ ਵੀ ਨਹੀਂ ਛੱਡਿਆ ਕੋਈ ਕੋਈ ਪੰਛੀ ਵਹਿ ਕੇ ਆ ਕੇ ਉਹ ਵੀ ਨਹੀਂ ਛੱਡਿਆ ਵੀ ਇਹ ਪੰਛੀ ਤਾਂ ਆਉਂਦਾ ਆਏ ਆਉਂਦਾ ਬਹੁਤ ਆਉਂਦਾ ਇੱਕ ਸਟੋਰੀਆਂ ਮੰਨ ਘਰਤ ਬਣਾ ਕੇ ਤੇ ਉਹ ਲੋਕਾਂ ਨੇ ਇੰਨਾ ਕ ਪੈਸਾ ਕਮਾਇਆ ਤੇ ਪਰ ਉਹਨਾਂ ਨੇ ਜਮੀਰਾਂ ਵੇਚੀਆਂ ਨੇ ਮੇਰੇ ਕੋਲ ਦਫ਼ਤਰ ਚੋਂ ਦੇ ਨੈੱਟ ਵੀ ਯੂਜ਼ ਕਰਦੇ ਰਹੇ ਨੇ ਕਈ ਬੰਦੇ ਤੇ 40 40 42 42 ਲੱਖ ਰੁਪਏ ਵੀ ਉਹਨਾਂ ਨੇ ਕਮਾਏ ਮਹੀਨੇ ਦਾ ਤੇ ਅਸੀਂ 70000 80000 ਲੱਖ ਵਾਲੇ ਆ ਅਸੀਂ ਮਤਲਬ ਵੀ ਆਪਦਾ ਲੈਵਲ ਉੱਥੋਂ ਤੱਕ ਰੱਖਿਆ ਵੀ ਜੇ ਇਦੋਂ ਬਾਅਦ ਜਾਵਾਂਗੇ ਫਿਰ ਲਾਲਚ ਵਧੂਗਾ ਫਿਰ ਆਪਣਾ ਦਿਮਾਗ ਹੋਇ ਜਾਊਗਾ ਹੂੰ ਤੇ ਅਸੀਂ ਭਈ ਜਿੰਨੇ ਕੁ ਮੇਰੇ ਨਾਲ ਜੁੜੇ ਵੀ ਹੋਏ ਨੇ ਬਹੁਤ ਬੰਦੇ ਨੇ ਜੋ ਇਹ ਚੀਜ਼ ਨੂੰ ਫੀਲ ਵੀ ਕਰਦੇ ਨੇ ਮਗਾ ਆਪਾਂ ਵੀਡੀਓ ਨਹੀਂ ਪੋਣੀ ਉਹਨਾਂ ਨੇ ਪਾਈ ਵੀ ਨਹੀਂ ਹੈਗੀ ਲੰਬੀ ਰੇਸ ਦੇ ਘੋੜੇ ਤਾਂ ਤਾਂ ਹੀ ਹੋ ਜਿੱਤੀ ਪੈਸੇ ਪਾਸੇ ਪਾਸੇ ਰੱਖ ਕੇ ਚੱਲਦੇ ਇੱਕ ਵੀ ਵੀਡੀਓ ਨਹੀਂ ਪਾਈ ਹਮ ਅਜੇ ਸ਼ਵੀਰ ਲਈ ਬਾਈ ਦੇ ਉੱਤੇ ਵੀ ਸਾਡੇ ਪਿੰਡੋਂ ਪਾਣੀ ਨਹੀਂ ਟੈਂਕੀ ਲੈ ਗਏ ਮੁੰਡੇ ਸਾਡੇ ਕਿਸੇ ਮੁੰਡੇ ਨੇ ਵੀਡੀਓ ਨਹੀਂ ਪਾਈ ਫੋਟੋ ਤੱਕ ਨਹੀਂ ਖਿੱਚੀ ਗਈ ਹੈ ਹਮ ਜੇ ਆਪਾਂ ਮਰੇ ਤੋਂ ਪੈਸਾ ਕਮਾਉਣਾ ਬਾਈ ਫਿਰ ਤਾਂ ਇਹ ਦੂਤੇ ਦਾ ਫਿਰ ਹੈ ਨਹੀਂ ਕੁਝ ਹਮ ਉਹ ਤਾਂ ਇਨਸਾਨੀਅਤ ਦੇ ਆਪਾਂ ਕਹਦੇ ਵੀ ਜਮੀ ਜ਼ੀਰੋ ਲੈਵਲ ਹੈ ਜਮੀ ਜ਼ੀਰੋ ਲੈਵਲ ਜ਼ੀਰੋ ਤੋਂ ਵੀ ਥੱਲੇ ਹੋ ਗਿਆ ਜੇ ਕੋਈ ਚੀਜ਼ ਨਹੀਂ ਬਿਲਕੁਲ ਨਹੀਂ ਬਿਲਕੁਲ ਹਮ ਚੰਗੀ ਚੀਜ਼ ਆ ਦਿਖਾਓ ਕੋਈ ਚੱਕਰ ਨਹੀਂ ਹਮ ਬਹੁ ਹੂੰ 12500 600 ਪਿੰਡ ਹੈ ਤੇ ਤੁਸੀਂ ਤਾਂ ਹਰ ਤੋਂ ਵੱਧ ਹੀ ਘੁੰਮੇ ਹੋਗੇ ਹਰ ਪਿੰਡ ਚ ਜਿਹਦੇ ਜੇਸ ਪਿੰਡ ਚ ਮੈਂ ਵਗ ਜਾ ਪੰਜ ਚੰਗੀਆਂ ਸਟੋਰੀ ਨਿਕਲ ਜਾਂਦੀਆਂ ਨੇ ਹਾਂ ਹਾਂ ਪਰ ਕਾਰਨ ਨੂੰ ਤਿੰਨ ਹੁੰਦੀਆਂ ਨੇ ਯਾਰ ਚੰਗੀਆਂ ਚੀਜ਼ਾਂ ਹੈਗੀਆਂ ਹੀਆਂ ਚੰਗੀਆਂ ਚੀਜ਼ਾਂ ਹੈਗੀਆਂ ਹੀਆਂ ਜੇ ਤੁਸੀਂ ਉਸ ਪੱਖ ਤੋਂ ਵੀ ਨਹੀਂ ਦੇਖਦੇ ਤਾਂ ਇੱਕ ਉਹ ਸੈਟੀਸਫੈਕਸ਼ਨ ਤਾਂ ਹੈਗੀ ਆ ਨਾ ਕਿ ਤੁਸੀਂ ਯਾਰ ਮੈਨੂੰ ਇਹ ਲੱਗਦਾ ਹੈਗਾ ਇਤੋਂ ਵਧੀਆ ਗੱਲ ਕੀ ਹੋਊਗੀ ਜੇ ਤੁਸੀਂ ਚਾਰ ਬੰਦਿਆਂ ਨੂੰ ਰੋਜ਼ਗਾਰ ਦੇ ਰਹੇ ਰੋਜ਼ਗਾਰ ਦੇ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਜੇ ਤੁਸੀਂ ਰੋਜ਼ਗਾਰ ਚਾਰ ਬੰਦਿਆਂ ਨੂੰ ਦੇ ਰਹੇ ਹੋ ਜਾਂ ਦੋ ਬੰਦਿਆਂ ਨੂੰ ਰੋਜ਼ਗਾਰ ਦੇ ਰਹੇ ਹੋ ਤਾਂ ਇਹਦਾ ਮਤਲਬ ਤੁਹਾਡਾ ਕਾਰਬੀ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਭਾਈ ਤੇ ਜਿਹੜਾ ਰੋਜ਼ਗਾਰ ਆ ਕਿਸੇ ਦਾ ਚੁੱਲ੍ਹਾ ਤੁਹਾਡੇ ਕਰਕੇ ਚੱਲਣਾ ਉਹਦੇ ਨਾਲ ਤਾਂ ਮੈਨੂੰ ਲੱਗਦਾ ਵੀ ਘੈਂਟ ਗੱਲ ਹੋ ਨਹੀਂ ਸਕਦੀ ਹੋ ਨਹੀਂ ਸਕਦੀ ਭਾਈ ਜੀ ਹੂੰ ਅਗਲਾ ਕਹਿ ਦਿੰਦਾਗਾ ਵੀ ਜਿਵੇਂ ਮੈਨੂੰ ਇੱਕ ਲੱਗਦਾ ਹੁੰਦਾ ਕਈ ਬੰਦੇ ਕਹਿ ਦਿੰਦੇ ਵੀ ਜਿਹੜੇ ਵੱਡੇ ਇੰਡਸਟਰੀਅਲਿਸਟ ਨੇ ਕਈ ਬੰਦਿਆਂ ਦਾ ਇੱਕ ਬੰਦਿਆਂ ਦਾ ਮੈਂ ਪਿੱਛੇ ਆਪਣੇ ਦੇਖ ਕੇ ਆ ਬਣਾਪਟ ਉਹਨਾਂ ਦਾ ਪਬਲਿਕ ਦੇ ਵਿੱਚ ਤਾਂ ਬੜਾ ਨਾਮ ਖਰਾਬ ਆਉਵੇਂ ਹੈ ਹਨਾ ਪਰ ਕਿਹੜੀ ਚੀਜ਼ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਹਰ ਸਾਲ ਤਰੱਕੀ ਤਰੱਕੀ ਕਰਵਾਈ ਜਾਂਦੀ ਹੈ ਤਾਂ ਉਹ ਹੀ ਹੈ ਵੀ ਜਿਹੜਾ 4000 5000 ਬੰਦੇ ਦਾ ਉਹਨਾਂ ਦੇ ਸਿਰ ਤੇ ਚੁੱਲ੍ਹਾ ਚੱਲ ਰਿਹਾ ਹੈਗਾ ਚੁੱਲ੍ਹਾ ਜੰਲ ਰਿਹਾ ਬਾਈ ਬਿਲਕੁਲ ਉਹਨਾਂ ਨੇ ਪੈਸਾ ਲਾਇਆ ਏਡੀਆਂ ਏਡੀਆਂ ਇੰਡਸਟਰੀਆਂ ਲਾਈਆਂ ਤਾਂ ਕਿਸੇ ਲਈ ਤਾਂ ਕੋਈ ਬੰਦਾ ਰੱਬ ਹੈਗਾ ਕਿਸੇ ਦਾ ਘਰ ਤਾਂ ਚਲਾਈ ਰਿਹਾ ਹਾਂ ਕਿਸੇ ਲਈ ਤਾਂ ਕੋਈ 네ਗਟਿਵ ਬੰਦਾ ਵੀ ਰੱਬ ਹੈਗਾ ਯਾਰ ਹਾਂ ਬਹੁਤ ਸਾਰੀਆਂ ਚੀਜ਼ਾਂ ਆਈਆਂ ਜਿਵੇਂ ਹੁਣ ਕਲਾਕਾਰਾਂ ਦੇ ਨਾਲ ਸਾਜੀ ਹੁੰਦੇ ਆ ਕਿੰਨਾ ਕੁਝ ਹੁੰਦਾਗਾ ਬਹੁਤ ਸਾਰੀਆਂ ਤੁਸੀਂ ਇੱਕ ਉਸ ਤੋਂ ਲੈ ਕੇ ਤੇ ਉੱਪਰ ਤੱਕ ਤੁਹਾਡੇ ਨਾਲ ਕੋਈ ਡਰਾਈਵਰ ਜਾਂ ਤੁਹਾਡਾ ਕੋਈ ਸਹਾਯੋਗੀ ਜਾਂ ਕਿਵੇਂ ਤੁਸੀਂ ਕਿੰਨਾ ਸਿਸਟਮ ਚਲਾ ਰਹੇ ਹੋ ਜੀ ਉਹ ਹੋ ਸਕਦਾ ਵੀ ਤੁਹਾਡਾ ਸਰਕਲ ਜਿੰਨਾ ਕਿ ਤੁਹਾਨੂੰ ਪੈਸਾ ਆਉਂਦਾ ਉਹ ਥੋੜਾ ਹੋ ਸਕਦਾ ਵੱਡਾ ਹੋ ਸਕਦਾ ਪਰ ਬਹੁਤ ਘੈਂਟ ਗੱਲ ਉਹ ਮੈਨੇ ਰੱਖਦਾ ਭਾਈ ਉਹ ਹਾਂ ਜਿਵੇਂ ਉਹ ਇੱਕ ਕਿਸੇ ਨੇ ਨਾ ਵੀਡੀਓ ਪਾਈ ਵੀ ਅੰਬਾਨੀਆਂ ਦੇ ਘਰੇ 700 ਨੌਕਰਾਂ ਜੀ ਵੀ ਉਹਨੇ ਤਨਖਾਹ ਵੀ ਇੰਨੀ ਇੰਨੀ ਵੀ ਉਹਨੇ ਡਰਾਈਵਰ ਦੀ ਪਤਾ ਨਹੀਂ ਕਿੰਨੇ ਲੱਖਾਂ ਚ ਤਨਖਾਹ ਸਿਕਿਉਰਟੀ ਦਾ ਤਾਂ ਯਾਰ ਕਿਸੇ ਦਾ ਤਾਂ ਚੁੱਲ੍ਹਾ ਚੱਲਦਾਣਾ ਉਹ ਇੱਕ ਪਰਿਵਾਰ ਦੀ ਗੱਲ ਨਹੀਂ ਉਹਨਾਂ ਦੀਆਂ ਗਾਂ ਰਿਸ਼ਤੇਦਾਰੀਆਂ ਜਾਂ ਕਿਵੇਂ ਵੀ ਆ ਕੁਝ ਚੀਜ਼ਾਂ ਦਾ ਵਧੀਆ ਤੁਸੀਂ ਉਹ ਪੋਜ਼ਿਟਿਵ ਲੱਭਣ ਦੀ ਆਪਾਂ ਕੋਸ਼ਿਸ਼ ਕਰੋ। ਬਈ ਮਿਹਨਤ ਜੇ ਪੋਜ਼ਿਟਿਵ ਰਹੋਗੇ ਤੁਸੀਂ ਮਾਰ ਹੀ ਨਹੀਂ ਖਾ ਸਕਦੇ। ਹਾਂ ਕੁਝ ਪੋਜ਼ਿਟਿਵ ਲੱਭੋ। ਹਾਂ ਜੇ ਤੁਸੀਂ ਉਹਦੇ ਚ ਨੈਗੇਟਿਵ ਲੱਭਣਾ ਤਾਂ 100 ਗੱਲਾਂ ਤੁਸੀਂ ਨੈਗੇਟਿਵ ਹੀ ਲੱਭੋ। ਹਾਂ ਮੇਰਾ ਤਾਂ ਬਈ ਇੱਕੋ ਹੀ ਰੂਲਾ ਆ ਵੀ ਮਿਹਨਤ ਕਰ ਲਓ ਪੋਆਇਟਿਵ ਰਹੋ। ਹਾਂ ਜੋ ਲਿਖਿਆ ਉਹ ਹੀ ਜਾਣਾ ਆਪਦੇ ਆਪ ਕੋਈ ਨਹੀਂ ਹਟਾ ਸਕਦਾ ਨਾ ਕੋਈ ਖੋ ਸਕਦਾ। ਕੋਈ ਕੁਝ ਨਹੀਂ ਕਰ ਸਕਦਾ ਜਿੰਨਾ ਯਾਰ ਤੁਸੀਂ ਮਿਹਨਤ ਕਰੀਏ। ਮੈਂ ਤੁਹਾਨੂੰ ਦੱਸਦਾ ਹੁਣ ਆਪਦੀ ਤੁਹਾਨੂੰ ਇੱਕ ਹੱਡੀ ਬੀਤੀ ਦੱਸਦਾ। ਜਦੋਂ ਮੈਂ ਇਹ ਟਾਕ ਬੈਦਰਤਾਂ ਸ਼ੁਰੂ ਕਰਿਆਗਾ ਆ ਦੋ ਦੋ ਮੁੰਡੇ ਜਿਹੜੇ ਮੇਰੇ ਨਾਲ ਆ ਇਹੀ ਸ਼ੁਰੂ ਤੋਂ ਹੀ ਨਾਲ ਆ ਜੀ ਠੀਕ ਆ ਇੱਕ ਸਾਡਾ ਮੁੰਡਾ ਡਾਇਰੈਕਟਰ ਸੀ ਉਹ ਕੈਨੇਡਾ ਚਲਾ ਗਿਆ ਹੁਣ ਚਾਰ ਪੰਜ ਦਿਨ ਹੀ ਹੋਏ ਆ ਉਹਨੂੰ ਗਏ ਨੂੰ ਤਾਂ ਇਹ ਬੜੀ ਗੱਲ ਸੀਗੀ ਕਿਉਂਕਿ ਮੈਂ ਬਹੁਤ ਲੱਖਾਂ ਵਾਲੇ ਫਾਰਮੈਟ ਚੋਂ ਨਿਕਲਿਆ ਵਾ ਸੀ ਮਤਲਬ ਪੈਸਿਆਂ ਵਾਲਾ ਤਾਂ ਹੈਗੇ ਸੀ ਲੱਖਾਂ ਵਾਲਾ ਸਿਸਟਮ ਮਤਲਬ ਵੀ 뷰 ਵਾਲਾ 뷰 ਵਾਲਾ ਵੀ ਘੰਟੇ ਦੇ ਵਿੱਚ ਸਾਨੂੰ 25000 ਬੰਦਾ ਦੇ ਹੈ ਗਿਆ 10000 ਤਾਂ ਮੰਨ ਕੇ ਚੱਲੋ ਵੀ ਆਮ ਸੀ ਤਾਂ ਉਹ ਮਤਲਬ ਜਦੋਂ ਹੁਣ ਕਿਸੇ ਨੂੰ 10000 ਬੰਦਾ ਘੰਟੇ ਦੇਖ ਕੇ ਜਾਂਦਾ ਤੇ ਜਦੋਂ ਉਹਨੂੰ ਘੰਟੇ 'ਚ 100 ਬੰਦਾ ਦੇਖਦਾਗਾ ਤਾਂ ਮੈਨੂੰ 2 ਮਹੀਨੇ ਪਰ ਮੈਨੂੰ ਐਂ ਲੱਗਦਾਗਾ ਵੀ ਮੈਂ 6 ਮਹੀਨਿਆਂ ਦੇ ਵਿੱਚ ਆਪਦੇ ਆਪ ਨੂੰ ਸਟੇਬਲ ਕਰ ਲਿਆ ਤੇ ਮੈਨੂੰ ਇਹ ਲੱਗਦਾ ਵੀ ਆਪਣੀ ਬਹੁਤ ਵੱਡੀ ਪ੍ਰਾਪਤੀ ਆ। ਜੀ ਤੇ ਹੁਣ ਇਹ ਵੀ ਲੱਗਦਾ ਸੀ 2 ਦਿਨ ਵੀ ਨਗਾ ਦਿੰਨੇ ਆ। ਜਿਵੇਂ ਅਸੀਂ ਫਾਰਮਟ ਰੱਖਿਆ ਵੀ 15 ਇੰਟਰਵਿਊਜ਼ ਕਰਨੀਆਂ ਹਨਾ। ਉਹਦੇ ਟਾਕ ਵਿੱਚ ਰਤਨ ਦੇ ਵੀ ਕਈ ਵਾਰੀ 2 ਦਿਨ ਵੀ ਲੱਗ ਜਾਂਦੇ ਆ। ਕਈ ਵਾਰੀ 1 ਦਿਨ 'ਚ 2 ਵੀ ਪੈ ਜਾਂਦੀਆਂ। ਕਈ ਵਾਰੀ ਸਾਡਾ ਕੋਈ ਉਹ ਜਿਹਾ ਮੁੱਦਾ ਹੋ ਜਾਂਦਾ ਜਾਂ ਸਾਡਾ ਫਿਰ ਵੀ ਥੋੜਾ ਜਿਹਾ মিডিਆ ਵਾਲਾ ਸਿਸਟਮ ਆ ਹਨਾ ਤਾਂ ਇਹ ਜੀ ਗੱਲ ਵੀ ਹੋ ਜਾਂਦੀ ਆ। ਜੀ ਹਾਂ ਮੈਂਨ ਬਈ ਉਹੀ ਮੈਂ ਦੱਸਦਾ ਮੈਂ 13 ਅਕਤੂ ਵੀ 6-7 ਸਾਲ ਹੋ ਗਏ ਵਿਆਹ ਹੋਏ ਨੂੰ ਵੀ ਕਿਤੇ ਘੁੰਮ ਕੇ ਆਵਾਂਗੇ ਪਹਿਲਾਂ ਫਿਰ ਕੰਮ ਸ਼ੁਰੂ ਕਰਾਂਗੇ ਹੂੰ ਤੇ ਜਾ ਹੋਰ ਆਪਣੇ ਜਿੰਮੇਵਾਰੀਆਂ ਹੁੰਦੀਆਂ ਨੇ ਪਰ ਹਾਂ ਬਿਲਕੁਲ ਮੈਂ ਕਿਹਾ ਚਲੋ ਬਾਅਦ ਚ ਦੇਖਾਂਗੇ ਪਹਿਲਾਂ 18 ਤਰੀਕ ਦੀ ਮੈਂ ਪਹਿਲੀ ਕਲਾਸ ਰੱਖੀ ਹਾਂ 15 ਤਰੀਕ ਨੂੰ ਮੈਂ ਆਫਸ ਦਾ ਉਦਘਾਟਨ ਕਰਦਾ ਹਾਂ ਮੈਂ ਸਿਰਫ 14 ਤਰੀਕ ਲੈਤੀ ਇੱਕ ਹੂੰ ਮਤਲਬ ਮੇਨ ਗੱਲ ਕੀ ਉਹ ਤੁਹਾਡਾ ਮੇਨ ਫੋਕਸ ਕੀ ਸੀਗਾ ਮੈਨੂੰ ਪਤਾ ਹੈ ਵੀ ਆਪਾਂ ਇਹ ਕੰਮ ਕਰਨੇ ਪਹਿਲਾਂ ਉਹ ਕੰਮ ਸ਼ੁਰੂ ਕਰ ਲਿਆ ਆਪਣਾ ਚੱਲੀ ਜਾਣਾ ਸਾਰਾ ਕੁਝ 18 ਤਰੀਕ ਨੂੰ ਮੈਂ ਪਹਿਲੀ ਕਲਾਹ ਲਾਤੀ ਸੀ ਮੇਰੇ ਬੈਂਕ ਵਾਲੇ ਵੀ ਆਏ ਕਹਿੰਦੇ ਸੀ ਵੀਰੇ ਕਿਵੇਂ ਕਰ ਗਿਆ ਤੂੰ 5 ਦਿਨਾਂ ਚ ਇਨਾ ਕੁਝ ਤਾਂ ਉਹ ਮੇਨ ਗੱਲ ਕੀ ਸੀਗੀ ਵੀ ਮੈਂ ਜਿਹੜੀ ਚੀਜ਼ ਸੋਚੀ ਸੀ ਉਹ ਕਰਨੀ ਆ ਉਹ ਤੇ ਮਿਹਨਤ ਕਰਨੀ ਦਿਨ ਰਾਤ ਕਰਾਂ ਚਾਹੇ ਮੈਂ ਤੇ ਪਰ ਮੈਂ ਕਰਨੀ ਆ ਜੀ ਉਹ ਆਪਣਾ ਅੱਜ ਦਾ ਜਿਹੜਾ ਪੌਡਕਾਸਟ ਸੀ ਮਨ ਲੰਦਾ ਬਹੁਤ ਘੰਟੇ ਦਾ ਹੋ ਗਿਆ ਬਈ हां ਘੰਟੇ ਦਾ ਹੋ ਗਿਆ ਜੇ ਤੁਸੀਂ ਕੁਝ ਮੈਨੂੰ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਕੋਈ ਗੱਲਬਾਤ ਕਈ ਵਾਰੀ ਹੁੰਦੀ ਹੈ ਨਾ ਬੰਦੇ ਦੇ ਦਿਲ 'ਚ ਕੋਈ ਹੁੰਦਾਗਾ ਉਹ ਹੋ ਜਾ ਸਿਸਟਮ ਨਹੀਂ ਬਾਈ ਬਸ ਇੱਕ ਇਹੀ ਪੁੱਛਣਾ ਆਪਾਂ ਦਾ ਵੀ ਤੁਸੀਂ ਕੀ ਸਮਝਦੇ ਹੋ ਜਿਹੜਾ ਅਸੀਂ ਜਿਵੇਂ ਕਲਾਸ ਲਾਉਣੀ ਆ ਨਹੀਂ ਨਹੀਂ ਵਧੀਆ ਯਾਰ ਵਧੀਆ ਰੋਜ਼ਗਾਰ ਵਾਸਤੇ ਰੋਜ਼ਗਾਰ ਦੇਖੋ ਮੇਰੀ ਗੱਲ ਇਹ ਆ ਤੁਹਾਨੂੰ ਮੈਂ ਇੱਕ ਸਿੰਪਲ ਜੀ ਗੱਲ ਦੱਸ ਦਿੰਦਾ ਸ਼ਾਇਦ ਆਪਾਂ ਉਹ ਤੁਸੀਂ ਕਿਹਾ ਸੀ ਆਪਾਂ ਸ਼ਾਇਦ ਮੈਂ ਉਸ ਦਿਨ ਜੇ ਫ੍ਰੀ ਹੋਇਆ ਆਪਾਂ ਮਿਲਾਂਗੇ ਵੀ ਉੱਥੇ ਆਉਂਗਾ ਵੀ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਰੋਜ਼ਗਾਰ ਲਈ ਜਿਹੜਾ ਬੰਦਾ ਕੁਝ ਵੀ ਕਰ ਰਿਹਾ ਹੈਗਾ ਵਧੀਆ ਪਰ ਉਹ ਗੱਲ ਵਧੀਆ ਹੋਣੀ ਚਾਹੀਦੀ ਹੈ ਇਹ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਨਸ਼ਾ ਵੇਚਣ ਲੱਗ ਰਹੇ ਹੋ ਤੁਸੀਂ ਚੋਰੀ ਕਰਨ ਲੱਗ ਰਹੇ ਪਰ ਉਹਦੇ ਤੇ ਇੱਕ ਗੱਲ ਆ ਬਸ ਇੱਕੀ ਛੋਡੇ ਕੋਲੇ ਛੋਟੀ ਜੀ ਸਾਡੀ ਰਿਕਵੈਸਟ ਆ ਤੇ ਬਹੁਤ ਲੋਕਾਂ ਦੀ ਹੋਊਗੀ ਜਿਵੇਂ ਆਪਾਂ ਕਹਿ ਦਈਏ ਵੀ ਇਹ ਚ ਇੱਕ ਪੋਜ਼ਿਟਿਵ ਚੀਜ਼ ਇਹੀ ਆ ਵੀ ਜਦੋਂ ਤੁਹਾਡੇ ਕੋਲੇ ਜਿਹੜੇ ਮੁੰਡੇ ਆ ਰਹੇ ਆ ਨੌਜਵਾਨ ਚਾਹੇ ਉਹ 20 ਸਾਲ ਦਾਗਾ ਚਾਹੇ ਉਹ 50 ਸਾਲ ਦਾਗਾ ਪਰ ਉਹ ਇਹੀ ਆ ਵੀ ਆਪਦੇ ਸਮਾਜ ਲਈ ਤੁਸੀਂ ਕੁਝ ਯਾਰ ਵਧੀਆ ਕਰੋ। ਵੀ ਚੰਗਾ ਦੇਵੇ। ਜਿਵੇਂ ਸਾਡੇ ਇੱਕ ਪੱਤਰਕਾਰੀ ਚ ਇੱਕ ਗੱਲ ਹੁਣ ਬੜੀ ਚੱਲੀ ਜਾਂਦੀ ਹੈ ਪਹਿਲੇ 2 ਸਾਲਾਂ ਜੋ ਵੀ 50% ਹੀ ਕੋਈ ਬੰਦਾ ਪੱਤਰਕਾਰੀ ਕਰ ਰਿਹਾ ਹਨ ਤਾਂ ਉਹ ਸਿਰ ਆਗਾ। ਠੀਕ ਹੈ ਜੀ। ਇਹ ਗੱਲ ਆ। ਬਸ ਇੱਥੇ ਹੀ ਗੱਲ ਸਾਰੀ ਖੜਦੀ ਹੈ। ਇਹੀ ਕੁੰਡੀ ਆ ਵੀ ਤੁਸੀਂ ਆਪਦੇ ਸਮਾਜ ਲਈ ਵਧੀਆ ਕਰੋ। ਕੀ ਹੋ ਗਿਆ? ਪਹਿਲਾਂ ਆਪਾਂ ਇਹ ਦੱਸ ਦਈਏ ਵੀ ਕੈਮਰਾ ਹੋ ਗਿਆ ਹੀ ਬੰਦ ਜੀ ਇਹਨਾਂ ਸਮਝ ਲਈ ਵੀ ਕੱਟ ਹੋ ਗਿਆ ਸੀਗਾ ਕਿਉਂਕਿ ਉਹ ਨੇਚਰਲ ਨੇਚਰਲ ਦਾ ਫਾਰਮੈਟ ਹੀ ਇਹ ਹੈ ਉਹ ਗਰਮ ਹੋ ਜਾਂਦਾ ਯਾਰ ਇਹ ਘੰਟੇ ਬਾਅਦ ਇਹਨੂੰ ਮਸ਼ੀਨ ਬਦਲਣੀ ਪਊਗੀ ਥੋੜੀ ਜੀ ਕੋਈ ਕਰ ਦਿਆਂ ਦਾ ਹੱਲ ਲੱਭ ਲੈਨੇ ਆ ਮਹੀਨੇ 'ਚ ਉਹ ਮੰਨ ਲਾਉਣਾ ਕੋਈ ਛੋਟਾ ਪੱਖਾ ਕੋਈ ਹਾਂ ਕੋਈ ਛੋਟਾ ਪੱਖਾ ਜਾਂ ਕੁਝ ਕਰਾਉਣਾ ਪਊ ਮੱਲਾ ਦਾ ਕਮਰੇ 'ਚ ਕੋਈ ਸਿਸਟਮ ਜਾ ਹਨਾ ਤੇ ਆਪਾਂ ਗੱਲ ਉਹੀ ਕਰ ਰਹੇ ਸੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਇਹ ਨਾ ਸਾਨੂੰ ਵੀ ਬਹੁਤ ਕਹਿੰਦੇ ਆ ਗੱਲ ਤਾਂ ਸਵਾਦ ਇਹ ਆ ਵੀ ਅੱਖ ਚੱਕ ਪਾ ਕੇ ਕੋਈ ਤੁਹਾਨੂੰ ਕਦੇ ਵੀ ਤੁਸੀਂ ਗਲਤ ਕਰ ਰਹੇ ਹੋ ਫਿਰ ਤੁਸੀਂ ਉਹਨ ਕਿਵੇਂ ਡੀਲ ਕਰਦੇ ਕਿਵੇਂ ਡੀਲ ਕਰਦੇ ਪਿੱਠ ਪਿੱਛੇ ਤਾਂ ਯਾਰ ਤੁਸੀਂ ਆਪਾਂ ਨੂੰ ਦੁਨੀਆ ਨੇ ਪਿੱਠ ਪਿੱਛੇ ਤਾਂ ਆਪਣੇ ਗਮਾਣ ਦੇ ਵਿੱਚ ਹੋਰ ਬਹੁਤ ਕੁਝ ਕਹਿੰਦੇ ਆ ਫਿਰ ਸਾਰਿਆਂ ਨੂੰ ਆਪਾਂ ਰਾਜੀ ਵੀ ਨਹੀਂ ਕਰ ਸਕਦੇ ਨਾ ਹੀ ਆਪਾਂ ਰਾਜੀ ਕਰਨ ਦਾ ਠੇਕਾ ਲਿਆ ਕੋਸ਼ਿਸ਼ ਕਰਨ ਦਾ ਮਤਲਬ ਵੀ ਤੁਸੀਂ ਵਧੀਆ ਯਾਰ ਬਹੁਤ ਵਧੀਆਗਾ ਜੇ ਤੁਸੀਂ ਕਿਸੇ ਨੂੰ ਰੋਜ਼ਗਾਰ ਪਾਤਾ ਜਿਵੇਂ ਤੁਸੀਂ ਉਹ ਦੱਸਿਆ ਬਾਈ ਦਾ ਬਿਦਰਾਖ ਤਾਲੇ ਦਾ ਉਦੋਂ ਵਧੀਆ ਮੈਂ ਕਹਣਾ ਕੰਮ ਹੀ ਨਹੀਂ ਹੋਣਾ ਕੰਮ ਹੀ ਨਹੀਂ ਹੋਣਾ ਅਸੀਂ ਵੀ ਨਹੀਂ ਉਹੋ ਜਿਹਾ ਕੰਮ ਕਰ ਰਹੇ ਜੀ ਸਾਡੇ ਵਾਲਾ ਕੰਮ ਵੀ ਆਪਾਂ ਕਹਦੇ ਆ ਵੀ ਕੰਟਰੋਵਰਸ਼ੀਅਲ ਜਾਂ ਪਤਾ ਨਹੀਂ ਕੀ ਕੀ ਆ ਅਸੀਂ ਵੀ ਨਹੀਂ ਉਹੋ ਜਿਹਾ ਕਰ ਰਹੇ ਜਿਵੇਂ ਤੁਸੀਂ ਉਹ ਦੱਸਿਆ ਕਿ ਪਾਣੀ ਵਾਲਾ ਬਾਈ ਦੱਸੀ ਜਾਂਦਾਗਾ ਵੀ ਆਹ ਸਿਸਟਮ ਪਠਾਨਕੋਟ ਦੀ ਸ਼ੈ ਤੁਸੀਂ ਜੇ ਕਰੇ ਹਾਂਜੀ ਹਾਂ ਬਾਈ ਬਾਈ ਬਹੁਤ ਵਧੀਆ ਕੰਮ ਨੇ ਜੀ ਜਿਹੜੇ ਇੱਕ ਹੋਰ ਮੈਂ ਸਾਡੇ মিডিਆ ਤੋਂ ਹੀ ਵੱਖ ਹੋਏ ਨੇ ਉਹ ਮੀਆਂ ਬੀਬੀ ਨੇ ਉਹ ਕੰਮ ਰਹੇ ਨੇ ਪਰ ਉਹ ਨਾਲ ਉਹ ਇੱਕ ਗੱਲ ਵੀ ਦੱਸ ਰਹੇ ਨੇ ਵਾਕਬੀਦਰ ਵਾਕਬੀਦਰ ਉਹ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਜੇ ਮੈਨੂੰ ਮੈਂ ਤਾਂ ਇਹ ਗੱਲ ਕਹਿਣਾਗਾ ਹਾਲਾਂਕਿ ਮੈਂ ਉਹਨਾਂ ਨੂੰ ਜਾਣਦਾ ਨਹੀਂ ਨਾ ਮੈਂ ਇਹ ਤਾਂ ਕੰਮ ਲਿਆ ਮੈਂ ਵੀ ਨਹੀਂ ਮਿਲਿਆ ਪਰ ਮੈਨੂੰ ਵਧੀਆ ਲੱਗਦਾ ਹਾਂ ਹਾਂ ਉਹ ਤਾਂਗਾ ਤਾਂਗਾ ਇੱਕ ਤਾਂ ਮੈਂ ਉਹਨਾਂ ਦਾ ਪਹਿਲਾਂ ਦੇਖਿਆ ਸੀਗਾ ਕਿਉਂਕਿ ਉਹ ਨਿਊਜ਼ੀਲੈਂਡ ਦੇ ਸਾਡੇ ਬੰਦੇ ਆ ਉਹ ਵੱਖਰਾ ਕਰਿਆ ਉਹਨਾਂ ਨੂੰ ਸਮਝਾ ਪੋਲੀਟੀਕਲੀ ਵੀ ਸਾਰੀਆਂ ਗੱਲਾਂ ਹੀ ਸਮਝਾ ਤੇ ਜੇ ਉਹ ਮੰਨ ਕੇ ਚੱਲੋ 20 ਵੀਡੀਓ ਕਰਦੇ ਆ ਮਹੀਨੇ ਦੀਆਂ ਤੇ ਵੀਹਾਂ ਦੇ ਵਿੱਚੋਂ ਮੈਨੂੰ ਪੱਕਾ ਪਤਾ ਵੀ 12-13 ਵੀਡੀਓ ਉਹਨਾਂ ਦੀਆਂ ਬਹੁਤ ਕੈਂਟ ਹੁੰਦੀਆਂ ਜੀ ਦੇ ਵਿੱਚ ਬਹੁਤ ਵਧੀਆ ਮੈਸੇਜ ਹੁੰਦਾ ਜਿਵੇਂ ਉਹ ਐਮਪੀ ਵਾਲਾ ਗਿਆ ਸੀ ਉਹਨਾਂ ਦਾ ਸਾਰਾ ਸਿਸਟਮ ਹਾਂ ਉਹਨਾਂ ਨੇ ਦੇਖਿਆ ਵੀ ਆਪਣੇ ਲੋਕ ਕਿੰਨੀ ਕਿੰਨੀ ਯਾਰ ਤਰੱਕੀ ਕਰੀ ਬੈਠੇ ਆ ਕਿੰਨੀ ਤਰੱਕੀ ਕਿੰਨੀ ਮਿਹਨਤ ਕੀਤੀ ਆ ਤਾਂ ਸਾਰੀ ਗੱਲ ਦੱਸ ਦਿਆ ਹੁਣ ਉਹ ਉਧਰ ਜਾ ਕੇ ਆਇਆ ਲਾਹੌਰ ਨਨਕਾਣਾ ਸਾਹਿਬ ਜਾ ਕੇ ਆਇਆ ਤਾਂ ਵਧੀਆ ਗੱਲ ਆ ਯਾਰ ਬਹੁਤ ਲੋਕ ਬਹੁਤ ਕੈਂਟ ਗੱਲ ਕਰ ਰਹੇ ਆ ਐਣੀ ਵੀ ਹੁਣ ਫਿਰ ਸਾਰੇ ਭਾਂਤ ਦੀ ਆ ਐ ਤਾਂ ਹੁਣ ਇੰਸਟਾਗ੍ਰਾਮ ਤੇ ਗੰਦ ਬਾਹ ਪੈਂਦਾਗਾ ਬਿਲਕੁਲ ਇੰਸਟਾਗ੍ਰਾਮ ਤੇ ਗੰਦੇ ਬਾ ਉਹ ਤਾਂ ਉਹ ਹੀ ਜਿਵੇਂ ਦੇਖਣ ਵਾਲੀ ਅੱਖ ਜਿਹੀ ਜੀ ਆਪਾਂ ਉਹ ਹੀ ਦੀ ਆਪਣਾ ਨਾਲੇ ਨੇ ਇਹ ਇਹਦਾ ਨਾਲੇ ਫਾਰਮੈਟ ਹੀ ਉਹ ਹੋ ਗਿਆ ਮੈਂ ਉਹ ਅੰਗਰੇਜ਼ੀ ਦਾ ਸ਼ਬਦ ਭੁੱਲ ਗਿਆ ਉਹ ਕਹਿੰਦੇ ਵੀ ਆਪਣੇ ਆਪ ਜਿਹੜੀ ਤੁਹਾਡੇ ਗੱਲ ਦਿਮਾਗਤ ਹੁੰਦੀ ਹੈ ਦਿਖਾ ਦਿੰਦਾ ਜੇ ਆਪਾਂ ਇੱਕ ਵੀਡੀਓ ਦੇਖਦੇ ਹਾਂ ਐਲਗੋਰਿਦਮ ਉਹ ਸਰਚ ਕਰਦੇ ਆ ਤਾਂ ਜਿਹੇ ਜਿਹਾ ਆਪਾਂ ਦੇਖਦੇ ਆ ਉਹੋ ਜੀ ਤੁਹਾਡੇ ਸਾਹਮਣੇ ਆ ਹੀ ਜਾਂਦਾ ਹੈ ਬਿਲਕੁਲ ਹਾਂ ਜੇ ਤੁਸੀਂ ਵਧੀਆ ਦੇਖੋਗੇ ਤਾਂ ਵਧੀਆ ਗੱਲਾਂ ਸਮਝ ਆਉਣਗੀਆਂ ਨੌਲੇਜ ਵਾਲੀਆਂ ਦਾ ਯਾਰ ਮੈਂ ਕਹਿੰਦਾ ਪੰਜਾਬ ਦੇ ਵਿੱਚ ਤਾਂ YouTube ਨੂੰ ਲੈ ਕੇ Facebook ਨੂੰ ਲੈ ਕੇ ਇੰਨਾ ਸਪੇਸ ਖਾਲੀ ਪਿਆ ਤੁਸੀਂ ਸੋਚ ਨਹੀਂ ਸਕਦੇ ਚੱਕਰੇ ਆ ਵੀ ਆਪਾਂ ਬੰ ਹਣਾ ਕਰਦਗੇ ਬੰਦ ਹੋ ਗਿਆ ਦੂਜੀ ਵਾਰੀ ਬੰਦ ਹੋ ਗਿਆ ਆਪਾਂ ਗੱਲਾਂ ਬਾਤਾਂ ਬਹੁਤ ਕਰ ਲੀਆਂ ਫੇਰ ਆਪਾਂ ਜੇ ਆਪਾਂ ਨੂੰ ਲੋਕ ਕਹਿਣਗੇ ਜਿਵੇਂ ਹੁਣ ਗੱਲ ਦਾ ਕਰਿਆ ਆਪਾਂ ਪੋਡਕਾਸਟ ਉਹ ਲੋਕ ਥੱਲੇ ਗਈ ਜਾਂਦੇ ਵੀ ਸੈਕੰਡ ਲੈ ਕੇ ਆਓ ਜੇ ਆਪਾਂ ਨੂੰ ਕਹਿਣਗੇ ਆਪਾਂ ਫੇਰ ਕਰ ਲਾਂਗੇ ਇਹਦਾ ਕੀ ਆਪਣੇ ਤਾਂ 50 ਕਿਲੋਮੀਟਰ ਦੀ ਬਾਟ ਆ ਜੀ ਬਾਈ ਹਾਂ ਤੇ ਅੱਜ ਦਾ ਮੈਨੂੰ ਲੱਗਦਾ ਤੁਹਾਨੂੰ ਵੀ ਵਧੀਆ ਲੱਗਿਆ ਹੋਊ ਤੇ ਦਰਸ਼ਕਾਂ ਨੂੰ ਵੀ ਵਧੀਆ ਲੱਗਿਆ ਹੋਊ ਇੱਕ ਨਵਾਂ ਫਾਰਮੈਟ ਆ ਤੇ ਆਪਾਂ ਨਵੀਂ ਚੀਜ਼ ਇੱਕ ਲੈ ਕੇ ਆ ਗਏ। ਨਹੀਂ ਬਹੁਤ ਵਧੀਆ ਲੱਗਿਆ। ਤੇ ਆਪਾਂ ਇਹਦੇ ਚ ਇਹ ਵੀ ਰੱਖਿਆ ਹੈਗਾ ਗੁਰੂ ਜੀ। ਮੈਂ ਕਹਾਂ ਹੋਰ ਵੀ ਦੱਸ ਦਾਂ ਜਿਵੇਂ ਲੋਕਾਂ ਨੇ ਬਹੁਤ ਦੇਖਣਾ ਤੁਹਾਨੂੰ ਆळ्या ਨੂੰ ਵੀ ਦੇਖਣਾਗਾ। ਵੀ ਇਹ ਮਸ਼ਹੂਰੀ ਵਾਲੀ ਗੱਲ ਵੀ ਹੈ ਜਿਵੇਂ ਅਸੀਂ ਮੈਂ ਗੱਲ ਦੱਸਣ ਲੱਗਾਗਾ। ਇਹਦੇ ਚ ਇਹ ਵੀ ਹੈ ਇਹ ਨਹੀਂ ਵੀ ਗੁਰੂੀ ਘਰਾਂ ਗਣੇ ਕੋਲੇ 8 ਲੱਖ ਬੰਦਾ 5 6 10 1 ਮਿਲੀਅਨ ਬੰਦਾ ਤਾਂ ਸੱਦੇ ਹੂੰ। ਤਾਂ ਨਹੀਂ। ਜੀ। ਇਹ ਗੱਲ ਤਾਂ ਤੁਸੀਂ ਭਲੱਖਾ ਕੱਢਦੇ ਹੋ। ਠੀਕ। ਇਹ ਹੋਰ ਗੱਲ ਕਰ ਤੇ ਜਿਹੜਾ ਨੂੰ ਵੀ ਸੱਦਰਾਂਗਾ ਉਹ ਹੋਰ ਗੱਲਾਂ ਕਰਕੇ ਇਥੇ ਮਾਸਟਰਾਂ ਨੇ ਵੀ ਆ ਕੇ ਬੈਠਣਾ ਬੇਰੋਜ਼ਗਾਰਾਂ ਨੇ ਵੀ ਆ ਕੇ ਬੈਠਣਾਗਾ ਬਹੁਤ ਬਹੁ ਟਾਈਪ ਦੇ ਬੰਦੇ ਆ ਕੇ ਬੈਠਣਾਗਾ ਤਾਂ ਇਹਦੇ ਚ ਆਪਾਂ ਗੱਲਾਂ ਬਾਤਾਂ ਹੋਰ ਕਰਨੀਆਂ ਆਈਆਂ ਵੀ ਸਾਡੀਆਂ ਗੱਲਾਂ ਬਾਤਾਂ ਆਉਣ ਵਾਲੇ 50 ਸਾਲ ਜਾਂ 100 ਸਾਲਾਂ ਨੂੰ ਬੰਦੇ ਦੇਖਣ ਘੜ ਘੜ ਕੇ ਵੀ ਹਾਂ ਇਹ ਇਹ ਜਿਹੇ ਬੰਦੇ ਹੋਏ ਨੇ ਹਨਾ ਵੀ ਘਰਾਂਗਣਾਂ ਵਾਲਾ ਗੁਰੀ ਹੋਇਆਗਾ ਹਾਂ ਚਲੋ ਠੀਕ ਆ ਬਾਈ ਧੰਨਵਾਦ ਤੁਸੀਂ ਸਮਾਂ ਦਿੱਤਾ ਬਾਈ ਤੇ ਸੋ ਇਹ ਅੱਜ ਦਾ ਪੰਜਾਬੀ ਪੌਡਕਾਸਟ ਸੀਗਾ ਗੁਰਪ੍ਰੀਤ ਸਿੰਘ ਗੁਰੀ ਘਰਾਂਗਣੇ ਦੇ ਨਾਲ ਤੇ ਬਾਈਕੋਟੀਆਂ ਵਾਲੀਆਂ ਵੀਡੀਓ ਪਾਉਂਦੇ ਆ ਬਹੁਤ ਕੋਸ਼ਾ ਤੇ ਕਾਫੀ ਤਿਆਰਬੇ ਜਿਹੜੇ ਇਹਨਾਂ ਨੇ ਸਾਂਝੇ ਕਰੇ ਲੀਡਰਾਂ ਦੀਆਂ ਧਮਕੀਆਂ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਮਾਜ ਨੂੰ ਵੀ ਸੇਧ ਦਿੰਦੀਆਂ ਚੰਗੀਆਂ ਗੱਲਾਂ ਤੇ ਉੱਥੇ 네ਗੇਟਿਵ ਗੱਲਾਂ ਵੀ ਪਰ 네ਗੇਟਿਵ ਗੱਲਾਂ ਚੋਂ ਤੁਸੀਂ ਕਿਵੇਂ ਪੋਜ਼ਿਟਿਵ ਆਪਦੀ ਜ਼ਿੰਦਗੀ ਵੱਲ ਜਾਂ ਹਾਂ ਪੱਖੀ ਹੰਗਾਰੇ ਵੱਲ ਕਿਵੇਂ ਆ ਸਕਦੇ ਹੋ ਇਹ ਤੁਸੀਂ ਵਿਖੂਬੀ ਸੁਣ ਸਕਦੇ ਹੋ ਸਾਡੇ ਇਸ ਪੌਡਕਾਸਟ ਦੇ ਵਿੱਚ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਜਾ ਮੈਂ ਤੇ ਸਿਮਰਾਵਾਂਗੇ ਅਗਲੇ ਪੌਡਕਾਸਟ ਦਾ ਤੁਹਾਨੂੰ ਬੇਸਬਰੀ ਦੇ ਨਾਲ ਤੁਸੀਂ ਇੰਤਜ਼ਾਰ ਕਰਿਓ ਕਿਉਂਕਿ ਇੱਕ ਬਹੁਤ ਵਧੀਆ ਸਰਪ੍ਰਾਈਜ਼ ਵੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਤੇ ਗੁਰੀ ਘਰਾਂਗਣਾ ਨੂੰ ਦੋ ਇਜਾਜ਼ਤ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ